ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੈਨ ਯੂਐਸਸੀ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ ਪੰਜਾਬ ਫੋਕਸ ਪ੍ਰੋਗਰਾਮ ਦੇ ਪਿਆਰੇ ਦਰਸ਼ਕੋ ਜੀ ਆਇਆਂ ਨੂੰ ਅੱਜ ਦਾ ਉਹ ਮਸਲਾ ਦੱਸੋ ਕਿਹੜਾ ਜਿਹੜਾ ਲੋਕਾਂ ਦੀ ਨਜ਼ਰ ਹੈ ਔਰ ਲੋਕ ਨੂੰ ਚਾਰਿਆ ਕੇ ਕੋਨਾ ਨਾਲ ਸਾਂਝਾ ਕੀਤਾ ਜਾਵੇ ਦੇਖੋ ਜੀ ਮਸਲਾ ਤਾਂ ਇੱਕੋ ਹੀ ਹੈ ਜਿਹੜਾ ਕੱਲ ਦਾ ਕਾਫੀ ਮਗਿਆ ਹੋਇਆ ਹੈ ਜੀ ਜੋ ਐਡਵਾਈਜ਼ਰੀ ਕਮੇਟੀ ਬਣੀ ਹੈ ਹਮ ਪੰਜਾਬ ਸਰਕਾਰ ਨੇ ਬਣਾਈ ਹੈ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਰਾਘਵ ਛੱਡਾ ਹਾਂ ਉਹਨਾਂ ਨੂੰ ਲੈ ਕੇ ਕਾਫੀ ਸਿਆਸਤ ਗਰਮ ਹੈ ਕਿ ਰਾਘਵ ਛੱਡਾ ਨੂੰ ਤੁਸੀਂ ਚੇਅਰਮੈਨ ਨਿਯੁਕਤ ਕੀਤਾ ਉਹਦੇ ਪਿੱਛੇ ਕਾਰਨ ਕੀ ਨੇ ਔਰ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਲੱਭਾ ਨਹੀਂ ਹੋਰ ਬੰਦਾ ਜਿਹਨੂੰ ਤੁਸੀਂ ਚੇਅਰਮੈਨ ਬਣਾ ਸਕੋ ਔਰ ਨਾਲ ਏਵੀ ਗੱਲ ਹੈ ਕਿ ਐਡਵਾਈਜ਼ਰੀ ਕਮੇਟੀ ਦੀ ਲੋਡ ਕੀ ਪੈ ਗਈ ਤੁਹਾਡੇ ਕੋਲ ਆਪਣੇ ਵਿਧਾਇਕ ਇੰਨੇ ਸਾਰੇ ਹੈਗੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਚੱਲੋ ਤਾਂ ਤੁਸੀਂ ਆਪਸ ਦੇ ਵਿੱਚ ਸਲਾਹ مشورہ ਕਰ ਸਕਦੇ ਹੋ ਇਨਾਲ ਪੰਜਾਬ ਦੇ ਅੰਦਰ ਇੰਨੇ ਇੰਟੈਲੀਜੈਂਟ ਲੋਕ ਬੈਠੇ ਨੇ ਵਾਡੇ ਵਾਡੇ ਅਨੁਭਵ ਵਾਲੇ ਲੋਕ ਬੈਠੇ ਨੇ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਤੁਸੀਂ ਐਡਵਾਈਜ਼ਰੀ ਕਮੇਟੀ ਬਣਾਉਂਦੇ ਉਹਨਾਂ ਵਿੱਚੋਂ ਕਿਸੇ ਨੂੰ ਕਿਉਂ ਨਹੀਂ ਤੁਸੀਂ ਚੇਅਰਮੈਨ ਬਣਾਉਂਦੇ ਸੋ ਇਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਖਲ ਹੋ ਗਈ ਆ ਔਰ ਦੋ ਤਿੰਨ ਦਿਨ ਚੋਦੀ ਵੀ ਸੁਣਵਾਈ ਹੋਣੀ ਹੈ ਇਹ ਸਾਰਾ ਮਸਲਾ ਪੱਕਿਆ ਹੋਇਆ ਇਸ ਵਕਤ ਹਾਂ ਮੈਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ ਕਿ ਤੁਸੀਂ ਜਿਹੜਾ ਵੀ ਮਸਲਾ ਲੈਂਦੇ ਹੋ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਦੋਂ ਅਸੀਂ ਕਹਿੰਦੇ ਕਿ ਪ੍ਰੋਗਰਾਮ ਦਾ ਜਿਹੜਾ ਆਗਾਜ਼ ਬੜੇ ਛੇ ਮਸਲੇ ਨਾਲ ਸ਼ੁਰੂ ਹੋ ਜਾਂਦਾ ਜੀ ਜੀ ਤੇ ਉਹਦੇ ਵਿੱਚ ਇਹ ਮਸਲਾ ਵਾਕਈ ਭਖ ਰਿਆ ਪੰਜਾਬ 'ਚ ਹਰ ਇੱਕ ਬੰਦੇ ਦੀ ਜ਼ੁਬਾਨ 'ਤੇ ਹੈ ਕਿ ਕੀ ਗੱਲ ਪੰਜਾਬ ਦੇ ਵਿੱਚ ਜਿਹੜੇ ਸੂਝਵਾਨ ਬੁੱਧੀਜੀਵ ਜਾਂ ਜਿਹੜੇ ਸਕਾਲਰ ਨੇ ਹੈ ਨਹੀਂਗੇ ਜਦੋਂ ਕਿ ਇਹਨਾਂ ਦੇ 92 ਜਿਨ੍ਹਾਂ ਤੁਸੀਂ ਜ਼ਿਕਰ ਕੀਤਾ ਐ ਐਮ ਐਲ ਏ ਬਣੇ ਆ ਉਹਨਾਂ 'ਚ ਕੋਈ ਡਾਕਟਰ ਆ ਕੋਈ ਪ੍ਰੋਫੈਸਰ ਆ ਰਿਟਾਇਰਡ ਕੋਈ ਸਰਵਿਸ ਕਰ ਰਿਆ ਸੀਗਾ ਕੋਈ ਡਿਜ਼ਾਈਨ ਕਰਕੇ ਆਇਆ ਆ ਔਰ ਸਾਰੇ ਮਹਿਕਮਿਆਂ ਤੋਂ ਔਰ ਇੰਟੈਲੀਜੈਂਟ ਲੋਕ ਆਏ ਔਰ ਉਹ ਉਸੇ ਤਰ੍ਹਾਂ ਬੈਠੇ ਰਹੇ ਜਿਸ ਤਰ੍ਹਾਂ ਹੈ ਨਾ ਪੀਸੀਐਸ ਵੀ ਅਧਿਚੇ ਗਿਆ ਆਈਪੀਐਸ ਵੀ ਗਿਆ ਆਈਐਸਪੀ ਆਫੀਸਰ ਆਗੇ ਨਾ ਔਰ ਉਹ ਕੀ ਗੱਲ ਉਹਨਾਂ ਨੂੰ ਕਿਸੇ ਗੱਲ ਤੋਂ ਉਹਨੇ ਸੀ ਜਾਨਾ ਉਹਨਾਂ ਨੂੰ ਪਤਾ ਨਹੀਂ ਸੀਗਾ ਔਰ ਇਸੇ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਦਿੱਲੀ ਤੋਂ ਲੈ ਕੇ ਆਓ ਕਿਉਂਕਿ ਦਿੱਲੀ ਦੇ ਜਿਹੜੇ ਲੋਕ ਨੇ ਪੰਜਾਬ ਦੇ ਮਸਲਿਆਂ ਨੂੰ ਜਾਦਾ ਨੇੜਿਓਂ ਕੇ ਤੱਕ ਦੇਖ ਇਸ ਕਰਕੇ ਹੈਗਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੀ ਗਲੀ ਗੁਆਂਢ ਆਪਣੇ ਪੂਰੀ ਜਿਹੜੀ ਪੈਰੀਫੇਰੀਆ ਜਾਂ ਪੰਗੋਲਕ ਅਵਸਥਾ ਜਾਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਨਹੀਂ ਪਤਾ ਹੈਗਾ ਇਸ ਕਰਕੇ ਅਸੀਂ ਸਾਡਾ ਪ੍ਰੋਗਰਾਮ ਸਾਡਾ ਮੀਡੀਆ ਨਹੀਂ ਕਹਿ ਰਿਹਾ ਲੋਕ ਵੀ ਕਹਿ ਰਿਹਾ ਪਬਲਿਕ ਨੇ ਇਹਨੂੰ ਬਹੁਤ ਹੀ ਬੁਰੀ ਤਰ੍ਹਾਂ ਸਮਝਿਆ ਔਰ ਇਸ ਕਰਕੇ ਸਮਝਿਆ ਕਿ ਇੱਕ ਹੋਰ ਗੱਲ ਵੀ ਲੋਕਾਂ ਨੇ ਕਹੀ ਹੈ ਕਿ ਜਦੋਂ ਬਾਹਰਲੇ ਦੇਸ਼ਾਂ 'ਚ ਸਾਡੇ ਜਿਹੜੇ ਮੰਤਰੀ ਨੇ ਬਣੇ ਮੰਤਰੀ ਆ ਕੈਨੇਡਾ 'ਚ ਦੇਖ ਲਓ ਸੱਜਣ ਸਿੰਘ ਡਿਫੈਂਸ ਮਿਨਿਸਟਰ ਸੀਗਾ ਔਰ ਉਹ ਤੋਂ ਬਾਅਦ ਐਮ ਐਲ ਏ ਵੀ ਆ ਕਈ ਐਮ ਪੀ ਵੀ ਆ ਤੇ ਗਰਮੀਤ ਸਿੰਘ ਜਿਹੜੇ ਉਹਨਾਂ ਦੀ ਇੱਕ ਪਾਰਟੀ ਹੈ ਕੰਜ਼ਰਵੇਟਿਵ ਔਰ ਉਹ ਉੱਥੇ ਆਪਣੇ ਇਸ ਤਰ੍ਹਾਂ ਦੀ ਹੈਗਾ ਕਿ ਟਰੂਡੋ ਸਾਹਿਬ ਦੇ ਬੜੇ ਨੇੜੇ ਨੇ ਔਰ ਉਹ ਦੇਖੋ ਬਾਹਰਲੇ ਦੁਨੀਆ 'ਚ ਉਹਨਾਂ ਦਾ ਸਾਇ ਸ਼ਤਰਾ ਉਹਨਾਂ ਦੀ ਪੂਰੀ ਇੱਜ਼ਤ ਆ ਸਤਕਾਰ ਔਰ ਅਸੀਂ ਕ ਆਪਣੇ ਪੰਜਾਬ 'ਚ ਬੈਠੇ ਜਿਹੜੇ ਲੋਕ ਨੇ ਜਾਂ ਸੂਜਵਾਨ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਦੇ ਕਿਉਂਕਿ ਇਹ ਕਹਿੰਦੇ ਆ ਕਿ ਜਿਹੜਾ ਇੱਕ 4.5 ਬੰਦੇ ਜਾਂ 5 ਬੰਦੇ ਜਾਂ 2 ਬੰਦੇ ਦਿੱਲੀ ਬੈਠੇ ਨੇ ਨੇਤਾ ਤੇ 2-3 ਇੱਥੇ ਬੈਠੇ ਆ ਇਹਨਾਂ ਨੂੰ ਸੂਜ ਅਗੀ ਸਿਆਸਤੀ ਬਾਕੀਆਂ ਨੂੰ ਪਰ ਹੁਣ ਲੋਕਾਂ ਨੇ ਆਪਣੇ ਇਸ ਗੁੱਸੇ ਅਨੁਸਾਰ ਕਰਨ ਲਈ ਹਾਈ ਕੋਰਟ ਚ ਜਾਚ ਦਾ ਦਾਇਰ ਕਰ ਦਿੱਤੀ ਹੈ ਉਹਦੀ ਹੁਣ ਸੁਣਵਾਈ ਹੁੰਦੀ ਕੀ ਕਰਦੀ ਹੈ ਲੀਗਲ ਤੌਰ ਤੇ ਜੋ ਕੁਝ ਹੁੰਦਿਆ ਨਗਪਾਲਿਕਾ ਜੋ ਵੀ ਕਹਿੰਦੀ ਹੈ ਪਰ ਲੋਕਾਂ ਦਾ ਜਿਹੜਾ ਗੁੱਸਾ ਮੱਠਾ ਨਹੀਂ ਪਿਆ ਕਿਉਂਕਿ ਪਵੇਂ ਨੂੰ ਕਾਰਜਕਾਰੀ ਬਣਾਇਆ ਜਾਂ ਪੱਕਾ ਬਣਾਇਆ ਪਰ ਇਹ ਲੋਕਾਂ ਨੂੰ ਨਹੀਂ ਗੱਲ ਪਚੀ ਲੋਕ ਕਿਤੇ ਨਾਰਾਜ਼ ਸਵੀਕਾਰ ਨਹੀਂ ਹੈ ਆ ਅੱਪਾ ਇੱਕ ਚੀਜ਼ ਦੇ ਉੱਤੇ ਜੇ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਕਿ ਇਹ ਫੈਸਲਾ ਕਿੰਨਾ ਦਾ ਹੋ ਸਕਦਾ ਹੈ ਮਾਨ ਸਾਹਿਬ ਦਾ ਹੋ ਸਕਦਾ ਹੈ ਜਾਂ ਫਿਰ ਮਾਨ ਸਾਹਿਬ ਨੂੰ ਇਹ ਫੈਸਲਾ ਲੈਣ ਵਾਸਤੇ ਕਿਹਾ ਗਿਆ ਹੈ ਹਮ ਹਾਈ ਕਮਾਂਡ ਵੱਲੋਂ ਇਹ ਗੱਲ ਹਾਇਤਾ ਸਹੀ ਹੈ ਜਿਹੜੇ ਲੋਕ ਰਾਏ ਆ ਜਾਂ ਲੋਕਾਂ ਦੇ ਜਨ ਜੁੰਝ ਚਰਚਾ ਨੇ ਜਾਂ ਲੋਕਾਂ ਦੀ ਜਿਹੜੀ ਲੋਕ ਪੱਖ ਹੈ ਉਹ ਇਹ ਹੈਗੀ ਆ ਕਿ ਜਿਹੜਾ ਰਿਮੋਟ ਉਹਨਾਂ ਦਾ ਜਿਹੜਾ ਲੋਕਾਂ ਨੇ ਕਹਿ ਦਿੱਤਾ ਕਿ ਦਿੱਲੀ ਆ ਦਿੱਲੀ ਤੋਂ ਹੀ ਨਪਿਆ ਜਾਂਦਾ ਤੇ ਪੰਜਾਬ ਚ ਆ ਕੇ ਉਹਦੇ ਤੇ ਜਿਹੜਾ ਵੀ ਸਟੇਸ਼ਨ ਲੱਗਣਾ ਲੱਗ ਜਾਂਦਾ ਉਹਦੇ ਤੇ ਉਹ ਬੋਲਣ ਲੱਪੇ ਉਸੇ ਤਰ੍ਹਾਂ ਹੀ ਔਰ ਉਹਦੇ ਚ ਹੋ ਸਕਦਾ ਸੁਪਰੀਮੋ ਕੇਜਰੀਵਾਲ ਸਾਹਿਬ ਜੀ ਹੋਣਗੇ ਜਾਂ ਰਗਵ ਚੱਡਾ ਨੇ ਵੀ ਇੰਟਰਸਟ ਸ਼ੋ ਕੀਤਾ ਹੋਊਗਾ ਔਰ ਰਹੀ ਗੱਲ ਇਥੋਂ ਜਿਹੜਾ ਉਹਦੇ ਤੇ ਮੀਲ ਪੱਥਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਜਦੋਂ رائے ਕੀਤੀ ਹੋਗੀ ਕੁਝ ਐਮਐਲਏ ਨਾਲ ਮਿਲੇ ਹੋਣਗੇ ਜਾਂ ਉਹਨਾਂ ਨਾਲ ਜਿਹੜੀ ਕੈਬਨਿਟ ਮਨਿਸਟਰ ਆ ਉਹਨਾਂ ਦੀ ਵੀ رائے ਲਈ ਹੋ ਜਾਂ ਨਹੀਂ ਲਈ ਹੋਈ ਇਹ ਗੱਲਾਂ ਇੱਕ ਉਸੇ ਬੰਦਰ ਦੇ ਵਿੱਚੋਂ ਨਿਕਲ ਕੇ ਆਈਆਂ ਇਹ ਕਿਸੇ ਸਿੰਗਲ ਮੈਨ ਦਾ ਡਿਸੀਜਨ ਨਹੀਂ ਹੈਗਾ ਤੇ ਨਾ ਕੋਈ ਆਰਬਿਟਰੀ ਹੈਗਾ ਇਹ ਬਿਲਕੁਲ ਇਹਨਾਂ ਜੁਆਇੰਟਲੀ ਕੀਤਾ ਹੋਗਾ ਪਰ ਰਏ ਕੌਣ ਗਏ ਨਰਾਜ ਨਰਾਜਗੀ ਦੇ ਪਿੱਛੇ ਕੌਣ ਰਹੀ ਪਬਲਿਕ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਖਲਾਇਆ ਬਿਲਕੁਲ ਸਹੀ ਆ ਦੇਖੋ ਪਹਿਲਾਂ ਜਦੋਂ ਰਾਜ ਸਭਾ ਵਾਸਤੇ ਚੁਣੇ ਗਏ ਸੀ ਮੈਂਬਰ ਉਦੋਂ ਵੀ ਕਾਫੀ ਜ਼ਿਆਦਾ ਵਿਰੋਧ ਹੋਇਆ ਸੀ ਆਪਾਂ ਰੋਜ਼ ਇਹ ਗੱਲਾਂ ਕਰਦੇ ਆਂ ਅੱਜ ਜਦ ਇੱਕ ਨਵਾਂ ਡਵੈਲਪਮੈਂਟ ਸਾਹਮਣੇ ਆਇਆ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਹੈ ਹਾਲਾਂਕਿ ਕੱਲ ਹੀ ਹੋ ਗਈ ਸੀ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਇਹਦਾ ਪ੍ਰੋਗਰਾਮ ਦੇ ਵਿੱਚ ਔਰ ਅੱਜ ਫਿਰ ਉਹਦੇ ਉੱਤੇ ਨਵੀਆਂ ਟਿੱਪਣੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਰੋਧੀ ਧਿਰਾਂ ਵੱਲੋਂ ਵੀ ਪਬਲਿਕ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਕੁਝ ਚੱਲਦਾ ਪ ਹੁਣ ਇਹ ਵਾਕਈ ਵਿਚਾਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੇ ਅੰਦਰ ਸਾਨੂੰ ਕੋਈ ਬੰਦਾ ਨਹੀਂ ਲੱਭਦਾ ਜਿਹਨੂੰ ਆਰਥਿਕ ਮਾਮਲਿਆਂ ਦਾ ਮਾਹਿਰ ਆਪਾਂ ਕਹਿੰਦੇ ਆ ਆਪਾਂ ਕਹਿੰਦੇ ਆ ਕਿ ਰਾਗਵ ਚੱਡਾ ਆਰਥਿਕ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਨੇ ਜੋ ਉਹਨਾਂ ਵਾਸਤੇ رائے ਕਾਇਮ ਕੀਤੀ ਜਾਂਦੀ ਏ ਹੁਣ ਇਹ ਤਾਂ ਰੱਬ ਜਾਣੇ ਕੀ ਅਸਲ ਗੱਲ ਕੀ ਹੈਗੀ ਆ ਤੇ ਕੀ ਪੰਜਾਬ ਦੇ ਵਿੱਚ ਆਰਥਿਕ ਮਾਮਲਿਆਂ ਦੇ ਮਾਹਿਰ ਨਹੀਂ ਬੈਠੇ ਇੰਨੇ ਜ਼ਿਆਦਾ అనుభవੀ ਲੋਕ ਬੈਠੇ ਨੇ ਉਹਨਾਂ ਵਿੱਚੋਂ ਕੋਈ ਨਹੀਂ ਲੱਭਾ ਹੁਣ ਇਹਦੇ ਪਿੱਛੇ ਕਾਰਨ ਕੀ ਨੇ ਇਹ ਕਾਰਨ ਤੇ تحقیقات ਨਾਲ ਹੀ ਪਤਾ ਲੱਗਣਗੇ ਔਰ ਅੱਗੋਂ ਜਿਵੇਂ ਡਵੈਲਪਮੈਂਟਸ ਹੋਣਗੀਆਂ ਗੱਲਾਂ ਖੁੱਲਣਗੀਆਂ ਕਿ ਕਿਉਂ ਇਹ ਫੈਸਲੇ ਲਿੱਤੇ ਜਾ ਰਹੇ ਨੇ ਪਰ ਇਹ ਫੈਸਲਾ ਜੋ ਹੈ ਨਾ ਇਹ ਸਾਰੇ ਇਹੀ ਮੰਨਦੇ ਨੇ ਜੋ ਸਿਆਸੀ ਮਾਹਿਰ ਵੀ ਨੇ ਪੁਰਾਣੇ ਲੋਕ ਵੀ ਪੁਰਾਣੇ ਅਨੁਭਵੀ ਖਿਡਾਰੀ ਨੇ ਉਹ ਇਹ ਮੰਨਦੇ ਨੇ ਕਿ ਇਹ ਪੰਜਾਬ ਦੇ ਹੱਕ ਵਿੱਚ ਨਹੀਂ ਲੱਗਦਾ ਇਹ ਫੈਸਲਾ ਕਿਉਂਕਿ ਇਹਦੇ ਰਿਜ਼ਲਟਸ ਉਹ ਨਹੀਂ ਆਉਂਦੇ ਜੋ ਅਸੀਂ ਚਾਹੁੰਦੇ ਹਾਂ ਕਿ ਰੰਗਲਾ ਪੰਜਾਬ ਬਣਾਉਣ ਵਾਸਤੇ ਚਾਹੀਦੇ ਨੇ ਕਿਉਂਕਿ ਕਿਤਨਾ ਕਿਤੇ ਪੰਜਾਬੀਆਂ ਦੇ ਦਿਲ ਨੂੰ ਛੱਟ ਲੱਗੀ ਆ ਕਿ ਤੁਸੀਂ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਕੋਈ ਬੰਦਾ ਲੱਭਦੇ ਪਹਿਲਾਂ ਰਾਜ ਸਭਾ ਦੀ ਮੈਂਬਰਸ਼ਿਪ ਵਾਸਤੇ ਵੀ ਇਦਾਂ ਹੀ ਤੁਸੀਂ ਫੈਸਲੇ ਲੀਤੇ ਹੂੰ ਉਹਦੇ ਵਿੱਚ ਵੀ ਕੋਈ ਪੰਜ ਬੰਦੇ ਜਿਹੜੇ ਪਹਿਲਾਂ ਛੁਡੇ ਗਏ ਕੋਈ ਐਸਾ ਸੋਲਿਡ ਬੰਦਾ ਨਹੀਂ ਵਿਖਾਈ ਦਿੰਦਾ ਜੋ ਪੰਜਾਬ ਦਾ ਪੱਖ ਰੱਖ ਸਕੇ ਜੋ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕੇ ਠੀਕ ਹੈ ਸਾਰੇ ਪੰਜਾਬੀ ਜ਼ਰੂਰ ਨੇ ਰਾਗਵ ਚੰਡਾ ਵੀ ਕਿਹਾ ਜਾਂਦਾ ਕਿ ਪਹਿਲਾਂ ਸ਼ਾਇਦ ਜਲੰਧਰ ਰਹਿੰਦੀ ਸੀ ਫੈਮਲੀ ਫਿਰ ਬਾਅਦ ਚ ਦਿੱਲੀ ਸ਼ਿਫਟ ਹੋਈ ਹੈ ਜਿੰਸ ਤੱਕ ਇਨਫੋਰਮੇਸ਼ਨ ਮਿਲਦੀ ਹੈ ਕਿੱਥੇ ਤੱਕ ਇਹਦੀ ਸੱਚਾਈ ਹੈ ਕਿੱਥੇ ਤੱਕ ਇਹਦੀ ਡਿਟੇਲ ਹੈ ਉਹਦੇ ਆਪਣੇ ਕੋਲ ਨਹੀਂ ਹੈ ਪਰ ਇਹ ਗੱਲ ਬਾਤ ਹੁੰਦੀ ਆ ਜੋ ਵੀ ਹੈ ਪੰਜਾਬ ਦੇ ਅੰਦਰ ਬਹੁਤ ਸੂਝਵਾਨ ਲੋਕ ਬੈਠੇ ਨੇ ਉਹਨਾਂ ਵਿੱਚੋਂ ਬੰਦੇ ਚਾਹੀਦੇ ਸੀ ਰਿਪਰੈਜ਼ੈਂਟ ਕਰਨ ਵਾਸਤੇ ਹੁਣ ਜੇ ਰਿਮੋਟ ਕੰਟਰੋਲ ਦਿੱਲੀ ਹੈ ਤੇ ਉਹਨੇ ਰਿਮੋਟ ਕੰਟਰੋਲ ਅੱਗੇ ਕੀ ਕੀ ਜਲਵੇ ਕਰੇਗਾ ਇਹ ਤੇ ਹੁਣ ਅੱਗੇ ਆਉਣ ਵਾਲਾ ਟਾਈਮ ਹੀ ਦੱਸੇਗਾ ਪਰ ਘਟਨਾਵਾਂ ਬੜੀਆਂ ਦਿਲਚਸਪ ਨੇ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਉਥਲ-ਬੁਥਲ ਹੋਏਗੀ ਕੋਈ ਮੋੜੇ ਪੈਣਗੇ ਕੋਈ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ ਕੋਈ ਰੋਸੇ ਪੈਣਗੇ ਇਹ ਹੁਣ ਪਤਾ ਨਹੀਂ ਇਹਦਾ ਹੁਣ ਵਕਤ ਦੱਸੇਗਾ ਇਹ ਪਤਾ ਇੱਕ ਗੱਲ ਹੋਰ ਵੀ ਹੈ ਜਿਹੜੀ ਐਡ ਕਰਨੀ ਬਣਦੀ ਹੈ ਤੁਸੀਂ ਕਹਿੰਦੇ ਸੀ ਕਿ ਪੰਜਾਬ ਚ ਕਿੰਨੇ ਲੋਕ ਸੂਝਵਾਨ ਜਿਹੜੇ ਉਹਨਾਂ ਨੂੰ ਨ ਅਸੀਂ ਗਿਣਤੀ ਨਾਲ ਜੇ ਗਿਣਤੀ ਕਰੀਏ ਤਾਂ ਹਰ ਬੰਦੇ ਨੂੰ ਪਤਾ ਜਿਸ ਤਰ੍ਹਾਂ ਅਰਥ ਸ਼ਾਸਤਰੀ ਐਸਐਸ ਜੋਲ ਸਾਹਿਬ ਨੇ ਚਾਂਸਲਰ ਰਹੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਰਪਾਲ ਸਿੰਘ ਆਲਖ ਨੇ ਵਾਈਸ ਚਾਂਸਲਰ ਰਹੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਔਰ ਗੁਰੂਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਰਟਾਇਰਡ ਨੇ ਸਾਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਰਥ ਸ਼ਾਸਤਰੀ ਜਿਹੜੇ ਇਕਨੋਮਿਕਸ ਨਾਲ ਰਿਲੇਟਡ ਜਿਨ੍ਹਾਂ ਨੂੰ ਪਤਾ ਪਰ ਨਹੀਂ ਇਕੋ ਇਕਨੋਮਿਕਸ ਨਹੀਂ ਚਾਹੀਦੀ ਇਹਦੇ ਚ ਸੋਸ਼ਲਿਜ਼ਮ ਵੀ ਚਾਹੀਦਾ ਆਰਥਿਕਤਾਵਤ ਵੀ ਚਾਹੀਦੀ ਆ ਤਨ ਮਾ ਧਾਰਮਿਕ ਨੇਤਾ ਵੀ ਕੋਈ ਚਾਹੀਦੇ ਆ ਕਿਉਂਕਿ ਪੰਜਾਬ ਬੜੇ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਤਰ੍ਹਾਂ ਦੇ ਸਕਾਲਰ ਲੈਣੇ ਚਾਹੀਦੇ ਸੀ ਐਡਵਾਈਜ਼ਰੀ ਬੋਰਡ ਦੇ ਵਿੱਚ ਅਰਥਾਤ ਅਰਥਸ਼ਾਸਤਰੀ ਤਾਂ ਚਾਹੀਦੇ ਉਹਨਾਂ ਨੂੰ ਜਿਹੜਾ ਦੇਖਣ ਲਈ ਪਵੈ ਨਾ ਪੰਜਾਬ ਦਾ ਖਜ਼ਾਨਾ ਕਿੱਥੇ ਮਿਆਰ ਕੀ ਹੈ ਉਹ ਸਾਰਾ ਕੁਝ ਪਰ ਇਹ ਹੋ ਸਕਦਾ ਕਿ ਉਹਨਾਂ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਲੱਗਾ ਜਾਨਾ ਨੇ ਇਹ ਕੋਈ ਲਿਸਟ ਨਹੀਂ ਮੁਗਾਈ ਕਿਉਂਕਿ ਇਹ ਤਾਂ ਗਿਣੇ ਮਿੱਥੇ ਬੰਦੇ ਨੇ ਜਿਹੜੇ ਪੰਜਾਬ ਲਈ ਬਾਹਰ ਸੂਬਿਆਂ 'ਚ ਵੀ ਜਾਂਦੇ ਆ ਇਹਨਾਂ ਨੂੰ ਬਾਹਰ ਲਈ ਕੰਟਰੀਆਂ ਬੁਲਾਉਂਦੀਆਂ ਉੱਥੇ ਡਿਸਕਸ ਹੁੰਦਾ ਉਹ ਸਾਰਾ ਕੁਝ ਜਿਸ ਤਰ੍ਹਾਂ ਅਰਥਸ਼ਾਸਤਰੀ ਹਿੰਦੁਸਤਾਨ ਦਾ ਮਨਮੋਹਨ ਸਿੰਘ ਜਿਹੜੇ ਰਏ ਆਪਣੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਇਹਦੇ ਬਾਰੇ ਪਤਾ ਮੰਟੇਕ ਸਿੰਘ ਆਲੂ ਵਾਲੀਆ ਨੇ ਕਈ ਲੋਕ ਹੈਗੇ ਆ ਉਹਨਾਂ ਕੋਲ ایڈਵਾਈਸ ਲੈ ਸਕਦੇ ਆ ਕਈ ਕੁਝ ਜਦੋਂ ਜੋ ਕੋਈ ਪ੍ਰਸਤਾਵ ਪੇਸ਼ ਕਰਨਾ ਪਰ ਇਹ ਹੋ ਸਕਦਾ ਕਿ ਉਹਨਾਂ ਨੂੰ ਇਹ ਗੱਲ ਨਹੀਂ ਤਾਂ ਉਹਨਾਂ ਦੇ ਨਜ਼ਰ ਆਈ ਕਿ ਉਹਨਾਂ ਨੂੰ ਸਿਰਫ ਇਹੀ ਇੱਕ ਨਿਯੁਕਤੀ ਦੇਣ ਦਾ ਪਤਾ ਲੱਗ ਗਿਆ ਇਹ ਪੋਲਿਟੀਕਲ ਨਿਯੁਕਤੀ ਹੈ ਇਹਦੇ ਚ ਜਿਹੜੀ ਕੀਤੀ ਗਈ ਹੈ ਇੱਕ ਪਦਵੀ ਦਿੱਤੀ ਉਹਨਾਂ ਨੂੰ ਪਰ ਇਸ ਜਿਹੜਾ ਨੇਤਾ ਵਾ ਇਹਨਾਂ ਦਾ ਉਹ ਐਕਸਪੀਰੀਅੰਸ ਨਹੀਂ ਹੈਗਾ ਕਿ ਕੱਲ ਪਰसों ਤੇ ਦਾ ਨਾਂ ਸੁਣਿਆ ਸੀ ਇਹ ਪੰਜਾਬ ਚ ਆ ਗਿਆ ਤੁਸੀਂ ਆਪ ਹੀ ਕਹੋ ਕਿ ਇਹਨੂੰ ਪਹਿਲਾਂ ਕਿੰਨਾ ਨਾਂ ਸੁਣਿਆ ਸੀ ਬਿਲਕੁਲ ਨਹੀਂ ਸੁਣਿਆ ਇਲੈਕਸ਼ਨਸ ਦੇ ਵਿੱਚ ਸਾਹਮਣੇ ਆਏ ਕਿ ਜੋ ਇਹਨਾਂ ਨੇ ਇਲੈਕਸ਼ਨਸ ਮੈਨੇਜ ਕੀਤੀਆਂ ਨੇ ਉਸ ਨੂੰ ਲੈ ਕੇ ਇਹਨਾਂ ਦਾ ਨਾਂ ਸਾਹਮਣੇ ਆਇਆ ਪ੍ਰੈਸ ਕਾਨਫਰੰਸ ਕਰਦੇ ਰਹੇ ਨੇ ਆਮ ਆਦਮੀ ਪਾਰਟੀ ਦੀ ਜੀ ਜੀ ਉਹਨੂੰ ਇਹਨਾਂ ਦਾ ਨਾਂ ਸਾਹਮਣੇ ਆਇਆ ਅਦਰਵਾਈਜ਼ ਪਹਿਲਾਂ ਤੇ ਕਦੀ ਕਿਸੇ ਨੇ ਨਹੀਂ ਸੁਣਿਆ ਸੀ ਇਹਨਾਂ ਨੂੰ ਹਰ ਇਹ ਕੀ ਸਮਝਾਉਣਗੇ ਬਾਕੀ ਜਿਹੜੀ ਐਡਵਾਈਜ਼ਰੀ ਬੋਰਡ ਆ ਗਿਆ ਵਾ ਉਹਨਾਂ ਨੇ ਕੀ ਪ੍ਰਸਤਾਵ ਪੇਸ਼ ਕਰਨਗੇ ਇਹਨਾਂ ਨੂੰ ਕੀ ਪਤਾ ਕਿ ਪੰਜਾਬ ਚ ਕਿੰਨੇ ਪਿੰਡ ਕਿੰਨੇ ਪਿੰਡ ਆ ਪੰਜਾਬ ਚ ਕਿੰਨੀਆਂ ਤਹਿਸੀਲਾਂ ਹੈਗੀਆਂ ਪੰਜਾਬ ਦੇ ਵਿੱਚ ਰਿਮੋਟ ਏਰੀਆ ਕਿਹੜਾ ਹੈਗਾ ਪੰਜਾਬ ਦੀ ਐਗਰੀਕਲਚਰ ਦੀ ਦਿਸ਼ਾ ਕੀ ਹੈਗੀ ਆ ਪੰਜਾਬ ਦੇ ਮੁੰਡੇ ਕਿਉਂ ਬਾਹਰ ਜਾ ਰਹੇ ਹੈਗੇ ਆ ਬੇਰੋਜ਼ਗਾਰੀ ਕਿੱਥੇ ਹੈਗੀ ਆ ਜਿਹੜਾ ਨਸ਼ਿਆਂ ਦਾ ਦਲਦਲ ਹੈ ਇਹਦੇ ਵਿੱਚ ਕੀ ਹੈਗਾ ਇਹ ਕੌਣ ਇਹਦਾ ਸਾਲਵ ਕਰੂਗਾ ਇਹ ਕਰ ਸਕਦੇ ਆ ਜਿਹੜੇ ਪੰਜਾਬ ਦੀ ਮਿੱਟੀ ਚ ਜੰਮੇ ਫੜੇ ਆ ਵੱਡੇ ਹੋਏ ਆ ਜਿਨ੍ਹਾਂ ਨੂੰ ਪਤਾ ਵੀ ਪਿੰਡਾਂ ਚ ਕੀ ਹੁੰਦਾ ਪਸੀਨਾ ਕਿਵੇਂ ਆਉਂਦਾ ਲੋਕਾਂ ਨੂੰ ਕਿਸ ਤਰ੍ਹਾਂ ਦਿਹਾੜੀ ਕਰਦੇ ਆ ਕਿਸ ਤਰ੍ਹਾਂ ਸੜਕਾਂ ਬਣਦੀਆਂ ਬਿਲਕੁਲ ਸਹੀ ਜਿਹਨੇ ਪਿੰਡ ਦੀ ਪਿੰਡ ਦੀ ਜ਼ਮੀਨ ਵੇਖੀ ਪਿੰਡ ਦੇ ਲੋਕਾਂ ਨੂੰ ਵੇਖਿਆ ਭਾਸ਼ਾ ਨੂੰ ਜਾਣਦਾ ਹੈਗਾ ਲੋਕਾਂ ਦੀ ਲੜਾਈ ਨੂੰ ਜਾਣਦਾ ਹੈਗਾ ਉਹਨਾਂ ਨੂੰ ਜਿਨੇ ਆਪਣੇ ਸ਼ਾਂਤ ਕਿਦਾਂ ਕਰਨਾ ਉਹ ਉਹ ਨੁਕਤੇ ਜਾਣਦਾ ਜਿਨੇ ਆਪਣੇ ਪਿੰਡੇ ਤੇ ਹੰਡਾਇਆ ਆ ਉਹੀ ਮਸਲੇ ਹੱਲ ਕਰ ਸਕਦਾ ਆ ਗੱਲ ਬਹੁਤ ਵਧੀਆ ਜਿਹੜੇ ਬੰਦੇ ਨੇ ਆਪਣੇ ਦੁੱਖ ਸੁੱਖ ਪਿੰਡੇ ਦੇ ਅੰਦਾਕੇ ਤੇ ਪੰਜਾਬ ਦਾ ਸਾਰੇ ਦੁੱਖ ਦਿਲ ਇਧਰੇ ਵੇਖੇ ਆ ਹੁਣ ਰੰਗਲਾ ਪੰਜਾਬ ਤਾਂ ਕਹੀ ਜਾਂਦੇ ਆ ਰੰਗਲਾ ਪੰਜਾਬ ਵੀ ਇੱਕ ਡੈਫੀਨੇਸ਼ਨ ਮੇਰੇ ਲਈ ਆਜ ਨਾਲ ਕੋਈ ਕੀ ਇਹਦਾ ਮਤਲਬ ਕੀ ਹੈ ਰੰਗਲਾ ਪੰਜਾਬ ਦਾ ਮਤਲਬ ਹੈ ਰੰਗ ਥੋੜਾ ਪੰਜਾਬ ਤੇ ਕਰਨਾ ਕਰ ਰੰਗਲਾ ਪੰਜਾਬ ਨਹੀਂ ਖੁਸ਼ਹਾਲ ਪੰਜਾਬ ਕਰਨਾ ਪੰਜਾਂ ਦਰਿਆਵਾਂ ਦੀ ਧਰਤੀ ਹੈ ਪੰਜਾਬ ਹੈ ਇਹਨੂੰ ਇਹਦੇ ਤਹਿਜ਼ੀਬ ਨੂੰ ਉੱਚਾ ਕਰਨਾ ਇਹਦਾ ਰਹਿਣ ਦਾ ਜਿਹੜਾ ਰਹਿਣ ਸੈਣਾ ਉਹ ਉੱਚਾ ਕਰਨਾ ਹੈਗਾ ਉਹਦਾ ਆਬ ਹਵਾ ਨੂੰ ਠੀਕ ਕਰਨਾ ਹੈਗਾ ਰੰਗਲਾ ਪੰਜਾਬ ਦਾ ਐਵੇਂ ਐਵੇਂ ਬਣਾ ਦਿੰਦੇ ਗੱਲਾਂ ਜਿਸ ਤਰ੍ਹਾਂ ਅਸੀਂ ਕਰਦੇ ਨੇ ਨਾ ਹਾਂ ਪੰਜਾਬ ਨੂੰ ਰੰਗ ਨਹੀਂ ਕਰਨਾ ਪੰਜਾਬ ਨੂੰ ਤਾਂ ਜਿਹੜਾ ਪੇਂਟ ਨਹੀਂ ਕਰਨਾ ਇਹ ਰੰਗਲਾ ਪੰਜਾਬ ਤੇ ਇੱਕ ਜਿਹੜੀ ਚੀਜ਼ ਚੱਲ ਪੈਂਦੀ ਚੱਲ ਪੈਂਦੀ ਹੈ ਇਹ ਕੋਈ ਪੰਜਾਬ ਨੂੰ ਖੁਸ਼ਹਾਲੀ ਕਿਵੇਂ ਦੇਣੀ ਹੈ ਗਰੀਬੀ ਕਿੱਦਾਂ ਦੂਰ ਕਰਨੀ ਹੈ ਪੰਜਾਬ ਦੀ ਅਵਸਥਾ ਜਿਹੜੀ ਆ ਉਹਨੂੰ ਕਿਸ ਤਰ੍ਹਾਂ ਨਿੱਗਰ ਬਣਾਉਣਾ ਸੋਚ ਲੋਕਾਂ ਦੀ ਕਿਸ ਤਰ੍ਹਾਂ ਦੀ ਜਿਹੜੀਆਂ ਨੈਰੋਲ ਬਣਾਉਣੀ ਆ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਕਿਵੇਂ ਪੂਰੀਆਂ ਕਰਨੀਆਂ ਤਾਂ ਕਿ ਜ਼ਿੰਦਗੀ ਸੌਖੀ ਹੋ ਸਕੇ ਸੰਗਤ ਪੰਜਾਬ ਇੱਕ ਮੰਥਨ ਆ ਮੈਨੂੰ ਇਦਾਂ ਦੇ ਲਫ਼ਜ਼ ਜਿਹੜੇ ਆ ਉਹ ਲੋੜੇ ਕਨਫਿਊਜ਼ ਕਰਦੇ ਨੇ ਹਾਂ ਮੰਥਨ ਆ ਇਹ ਮੰਥਨ ਤਾਂ ਗੁਰੂਆਂ ਪੀਰਾਂ ਨੇ ਜਿਹੜੇ ਉਹਨਾਂ ਨੇ ਸਮੁੰਦਰ ਡੜਕਿਆ ਸੀ ਉਹ ਇੱਕ ਇਤਿਹਾਸ ਆ ਨਾਟ ਅ ਹਿਸਟਰੀ ਉਹ ਇਤਿਹਾਸ ਉਹਦੇ ਚ ਕੀ ਆ ਉਹਦੇ ਚੋਂ ਵਿਸ਼ ਕੱਢਿਆ ਗਿਆ ਉਹਦੇ ਚੋਂ ਦੁੱਧ ਕੱਢਿਆ ਗਿਆ ਅੰਮ੍ਰਿਤ ਕੱਢਿਆ ਗਿਆ ਉਹ ਵੀ ਗੱਲ ਠੀਕ ਹੈ ਕਿ ਸੋਚ ਨੂੰ ਚੰਗਾ ਦਰਸਤ ਕਰ ਲਈ ਇਹ ਚੀਜ਼ਾਂ ਕੱਢੀਆਂ ਗਈਆਂ ਸੋਚ ਦਾ ਮੰਥਨ ਹੋ ਸਕਦਾ ਹੈ ਇਨਟrospection ਐਨਾ ਐਨਾਲਾਈਜ਼ ਕਰਨਾ ਐਨਾਲਾਈਜ਼ ਕਰਨਾ ਉਹ ਹੈ ਪਰ ਉਹ ਮੰਥਨ ਮੰਥਨ ਹੀ ਸਾਰੀਆਂ ਨੇਤਾ ਗਈ ਜਾਂਦੇ ਇਹ ਪਤਾ ਕੀ ਹੁੰਦਾ ਇੱਕ ਚੀਜ਼ ਦੇ ਮਗਰ ਜਦੋਂ ਲੱਗ ਜਾਂਦਾ ਹੈ ਭੇਡ ਚਾਲੀ ਜਾ ਉਹ ਉਹ ਹੀ ਮੀਲ ਪੱਥਰ ਬਣ ਜਾਂਦਾ ਉਹ ਹੀ ਚੱਲ ਜਾਂਦਾ ਪਾਸ਼ਾ ਨੂੰ ਬਦਲਣ ਲਈ ਜਾਂ ਕਰਨ ਲਈ ਜੇ ਸੇ ਪਾਸ਼ਾ ਸਿੱਖਣੀ ਤਾਂ ਪਿੰਡਾਂ ਚ ਜਾਈ 200 ਲੋਕ ਬੋਲਦੇ ਆ ਜੱਟ ਬੋਲਦੇ ਆ ਤੇ ਮਜ਼ਦੂਰ ਬੋਲਦੇ ਆ ਕਿਰਤੀ ਬੋਲਦੇ ਆ ਸਰ ਇੱਥੇ ਤੇ ਬਿਲਕੁਲ ਅਜੀਬ ਹਾਲਤ ਨੇ ਕੋਈ ਦਰਨਾ ਪ੍ਰਦਰਸ਼ਨ ਕਰਨਾ ਵੇ ਠੇਕੇ ਦੇ ਬੰਦੇ ਲਿਆਉਂਦੇ ਨੇ ਉਹਨਾਂ ਨੂੰ ਬਿਠਾਇਆ ਹੁੰਦਾ ਜੇ ਤੁਹਾਨੂੰ ਪੁੱਛੋ ਕਾਦੇ ਵਾਸਤੇ ਬੈਠੇ ਹੋ ਬਾਈ ਉਹ ਇੱਕ ਦੂਜੇ ਦਾ ਮੂੰਹ ਦੇਖਦੇ ਨੇ ਬੈਠੇ ਕਾਦੇ ਵਾਸਤੇ ਆ ਸਭ 500 ਰੁਪਏ ਕੇ ਲਈ ਬੈਠੇ ਆ ਹੈਨਾ 200 ਰੁਪਏ ਮਿਲੇਗਾ ਹਮ ਸੋ ਆਪਾਂ ਅੱਗੇ ਚੱਲਦੇ ਆ ਜੀ ਜ਼ਰੂਰ ਬ੍ਰਿਟਾਨੀਆਂ ਦੀ ਧਰਤੀ ਦੇ ਉੱਤੇ ਸਾਡੇ ਭਾਰਤ ਦੇ ਲੋਕ ਵੀ ਕਮਾਲ ਕਰਦੇ ਪਏ ਨੇ ਸਾਨੂੰ ਬੜਾ ਫਕਰ ਹੈ ਉਹਨਾਂ ਦੇ ਉੱਤੇ ਬ੍ਰਿਟਾਨੀਆਂ ਵਿੱਚ ਭਾਰਤ ਮੂਲ ਨੇਤਾ ਰਿ ਹਾਂ ਇਹ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਨੇ ਇਸ ਵਕਤ ਕਿਉਂਕਿ ਜੌਨਸਨ ਸਾਹਿਬ ਨੇ ਰਿਜ਼ਾਈਨ ਕੀਤਾ ਕੁਝ ਦਿਨ ਪਹਿਲਾਂ ਹਾਂ ਤੇ ਉਸ ਤੋਂ ਬਾਅਦ ਇਹ ਨਵੇਂ ਕੈਂਡੀਡੇਟਸ ਜਿਹੜੇ ਸਾਹਮਣੇ ਆਉਂਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਦੇਖੋ ਅਸੀਂ ਭਾਰਤ ਦੇ ਲੋਕ ਕਿਸੇ ਵਕਤ ਬ੍ਰਿਟਾਨੀਆ ਨੇ ਸਾਡੇ ਦੇ ਰਾਜ ਕੀਤਾ ਸੀ 100 ਸਾਲ ਤੋਂ ਜ਼ਿਆਦਾ ਕੀਤਾ ਸੀ ਔਰ ਹੁਣ ਸਾਡਾ ਭਾਰਤ ਦਾ ਇੱਕ ਨੌਜਵਾਨ ਇੱਕ ਭਾਰਤ ਦਾ ਵਸਿੰਦਾ ਦੀ ਮੂਲ ਦੇ ਬੰਦੇ ਆ ਜੀ ਉੱਥੇ ਹੁਣ ਉਹ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਅੱਗੇ ਵਧਦੇ ਪਏ ਨੇ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਬੜੀ ਵੱਡੀ ਖੁਸ਼ੀ ਦੀ ਔਰ ਪੰਜਾਬ ਦੀ ਤਾਂ ਹਿੰਦੁਸਤਾਨ ਦੀ ਬੜੀ ਵੱਡੀ ਬਿਹਤਰੀ ਤੇ ਮਾਣ ਹੈਗਾ ਇਸ ਕਰਕੇ ਹੈਗਾ ਕਿ ਇਹ ਦੇਖੋ ਉਹ ਦੇਸ਼ਾ ਜਿਸ ਦੇਸ਼ ਵਿੱਚ ਅੱਗੇ ਆਪਾਂ ਨੂੰ ਕਾਲਿਆਂ ਦੇ ਨਾਂ ਜਾਣਿਆ ਜਾਂਦਾ ਸੀਗਾ ਉਹ ਗੋਰੇ ਜਿਹੜੇ ਨਹੀਂ ਸੀ ਰੱਖ ਦੇ ਨੇੜੇ ਜਿਹੜਾ ਰੈਸਿਜ਼ਮ ਦੇ ਲਿਹਾਜ਼ ਨਾਲ ਨਸਲਵਾਦ ਦੇ ਲਿਹਾਜ਼ ਨਾਲ ਜਾਣਿਆ ਜਾਂਦਾ ਸੀਗਾ ਪਰ ਜਦੋਂ ਕੋਈ ਪੰਜਾਬੀ ਗਏ ਹਿੰਦੁਸਤਾਨ ਦੇ ਲੋਕ ਗਏ ਇਹਨਾਂ ਨੇ ਆਪਣੀ ਉੱਥੇ ਬਿਲਕੁਲ ਮਾਣ ਵਧਾਇਆ ਸਤਕਾਰ ਵਧਾਇਆ ਔਰ ਉੱਥੇ ਜਾ ਕੇ ਇਹਨਾਂ ਨੇ ਪੋਲਿਟਿਕਸ ਜਦੋਂ ਆਗੇ ਤੇ ਫਿਰ ਇਹਨਾਂ ਨੇ ਆਹ ਦੇਖੋ ਇਹ ਤਾਂ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜਿਹੜਾ ਅਧਾਰਨ ਜਿਹੜੀ ਹੈ ਸਾਹਮਣੇ ਹੈਗੀ ਆ ਔਰ ਇਹ ਦੇਖੋ ਰਿਸ਼ੀ ਸੋਨਚੀ ਆਗੇ ਇਹਦੇ ਚ ਔਰ ਉਹਦੇ ਚ ਪ੍ਰੀਤੀ ਪਟੇਲ ਇਹਨਾਂ ਦੇ ਫੇਵਰ ਚ ਆ ਗਈ ਉਹਨਾਂ ਨੇ ਜ਼ਾਇਨ ਕਰਤਾ ਨਹੀਂ ਆ ਰਹੀ ਔਰ ਮੇਰਾ ਖਿਆਲ ਐਸ ਵੇਲੇ ਇਹਨਾਂ ਨੇ ਕਿਹਾ ਕਿ ਇਹਨਾਂ ਦੇ 45 ਮੈਂਬਰ ਜਿਹੜੇ ਮਿਲ ਚੁੱਕੇ ਆ ਔਰ ਇਹਨਾਂ ਨੂੰ ਉਹ ਉਹਨਾਂ ਨੇ ਕਹਿਤਾ ਕਿ ਜੀ ਤੁਹਾਡੇ ਨਾਲ ਉਹ ਤੁਹਾਡੇ ਹਿੱਤ ਚ ਲੜਾਂਗੇ ਔਰ ਆ ਤੁਹਾਡੀ ਗੱਲ ਜਿਹੜੀ ਕਹੀ ਹੈ ਬੜੀ ਵਧੀਆ ਸੀ ਕਿ ਤੁਸੀਂ ਕਿਹਾ ਕਿ ਮਿਆਰ ਇਤਨਾ ਉੱਪਰ ਹੋ ਗਿਆ ਔਰ ਉਹ ਹੈ ਜਿੰਨਾਂ ਨੇ ਸਾਡੇ ਤੇ ਰਾਜ ਕੀਤਾ ਸੀਗਾ ਅਸੀਂ ਉਹਨਾਂ ਦੇ ਗੁਲਾਮ ਰਹੇ ਹਾਂ ਹੁਣ ਅਸੀਂ ਰਾਜ ਕਰਾਂਗੇ ਉਹਨਾਂ ਤੇ ਇਹ ਜਿਹੜੀ ਹੈ ਨਾ ਹਿਸਟਰੀ ਰਿਪੀਟਸ ਇਟself ਇਤਿਹਾਸ ਦਹਾਉਂਦਾ ਆਪਣੇ ਆਪ ਨੂੰ ਉਹੀ ਹੈ ਕਿ ਭਾਂਡਾ ਹੁਣ ਮੁੱਦਾ ਹੋ ਕੇ ਉੱਪਰ ਆ ਔਰ ਇਸੇ ਕਰਕੇ ਆ ਗਿਆ ਕਿ ਲਾਇਕਤ ਵਾਲੇ ਲੋਕ ਆ ਗਏ ਸਿਰਫ ਇਹ ਨਹੀਂ ਹੈ ਕਿ ਉੱਥੇ ਉਹਨਾਂ ਦਾ ਨੇਤਾਗिरी ਕਰਨੀ ਅਗੇ ਯੋਗਤਾ ਨੇ ਦੇ ਅੰਦਰ ਨੇ ਐਲੀਜੀਬਿਲਿਟੀ ਯਾ ਯੋਗਤਾ ਇਸਕਾ ਕੀ ਹੈਗਾ ਹਾਂ ਕਿਉਂਕਿ ਇਨੇ ਪੜੇ ਲਿਖੇ ਸਮਾਜ ਦੇ ਵਿੱਚ ਸਾਨੂੰ ਐਕਸੈਪਟ ਕੀਤਾ ਜਾ ਰਿਹਾ ਜੀ ਐਜ਼ ਪ੍ਰਾਈਮ ਮਿਨਿਸਟਰ ਤੁਸੀਂ ਬੜਾ ਮਤਲਬ ਉਸ ਡੋਟਸ ਸ਼ਾਮਿਲ ਹੋਣਾ ਹੀ ਆਪਣੇ ਆਪ ਤੇ ਬਹੁਤ ਵੱਡੀ ਕੁਆਲਿਫਿਕੇਸ਼ਨ ਹੈ ਸੋ ਇਹ ਪੜੇ ਲਿਖੇ ਸਮਾਜ ਉਹਦੇ ਵਿੱਚ ਤੁਸੀਂ ਐਜ਼ ਪ੍ਰਾਈਮ ਮਿਨਿਸਟਰ ਕੰਪੀਟ ਕਰਨ ਲੱਗੇ ਹੋ ਅਮਰੀਕਾ ਚ ਦੇਖ ਲਓ ਅਮਰੀਕਾ ਚ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਨਹੀਂ ਹੈ ਉਹਦੇ ਦੇਖ ਲਓ ਇਹ ਇਹ ਤਾਂ ਹੈ ਹਰ ਕੰਟਰੀ ਚ ਔਰ ਸੁਪਰ ਕੰਟਰੀ ਕੌਣ ਹੈਗੇ ਅਮਰੀਕਾ ਔਰ ਯੂਨਾਈਟਿਡ ਸਟੇਟ ਤੇ ਨਾਲ ਆਪਣਾ ਹੁਣ ਇੰਗਲੈਂਡ ਦਾ ਬ੍ਰਿਟਾਨੀਆ ਆ ਗਿਆ ਹੈ ਨਾ ਜਿੱਥੇ-ਇਥੇ ਜਿਹੜੇ ਸੁਪਰ ਕੰਟਰੀ ਹੋਣਾ ਚ ਹਿੰਦੁਸਤਾਨ ਦਾ ਨਾਮ ਬੋਲਦਾ ਔਰ ਇਸੇ ਕਰਕੇ ਬੋਲਦਾ ਕਿ ਲੋਕਾਂ ਚ ਯੋਗਤਾ ਹੈਗੀ ਕੰਮ ਕਰਨ ਦੀ ਸਮਰੱਥਾ ਹੈਗੀ ਔਰ ਦੇਖੋ ਮੈਂ ਨਾਂ ਲਿਆਗੇ ਸਜਨ ਸਿੰਘ ਜੀ ਡਿਫੈਂਸ ਮਿਨਿਸਟਰ ਹੈ ਕੈਨੇਡਾਜ਼ ਔਰ ਹੋਰ ਸੀਗੇ ਮੋਗਾ ਨੇੜੇ ਦੇ ਗਰਮੀ ਸਬੰਧੀ ਕੰਮ ਹੋ ਰਹੇ ਆ ਹਾਂਜੀ ਔਰ ਉਹਨਾਂ ਦਾ ਨਾਂ ਅਜੇ ਵੀ ਚੱਲਦਾ ਪੂਰਾ ਜੀ ਹੁਣ ਆਪਾਂ ਅੱਗੇ ਵਧਦੇ ਹਾਂ ਥੋੜੀ ਵਿਦੇਸ਼ੀ ਧਰਤੀ ਦੇ ਆਪਾਂ ਜਦੋਂ ਆ ਹੀ ਗਏ ਆ ਤਾਂ ਫਿਰ ਪੈਰ ਲੱਗਣੇ ਔਖੇ ਹੋ ਜਾਂਦੇ ਆ ਆਪਣੀ ਜ਼ਮੀਨ ਤੇ ਤੁਸੀਂ ਯੂ ਐਸ ਦੇ ਵੀ ਗੱਲ ਛੇੜੀ ਹੈ ਵਿੱਚ ਹਾਂ ਸੋ ਕਮਲਾ ਹੈਰਿਸਨ ਦੀ ਗੱਲ ਤੁਸੀਂ ਕੀਤੀ ਹੈ ਜੋ ਉੱਥੋਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਭਾਰਤੀ ਮੂਲ ਦੇ ਹਾਂ ਸੋ ਯੂ ਐਸ ਨੇ ਇੱਕ ਹੋਰ ਕਦਮ ਚੁੱਕਿਆ ਹੈ ਵਰਲਡ ਬੈਂਕ ਦੇ ਨਾਲ ਮਿਲ ਕੇ ਕਿ ਜੋ ਰਸ਼ੀਆ ਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਹੈ ਤੇ ਯੂਕਰੇਨ ਦੇ ਵਿੱਚ ਜਿਹੜੀਆਂ ਸਿਹਤ ਸੇਵਾਵਾਂ ਨੇ ਉਹਨਾਂ ਦੇ ਬਹੁਤ ਬਾਣਾ ਅਸਰਪਿਆ ਹਸਪਤਾਲਾਂ ਤੇ ਬਾਣਾ ਅਸਰਪਿਆ ਇਸ ਕਰਕੇ ਲੋਕਾਂ ਦੀ ਸਿਹਤ ਠੀਕ ਰਵੇ ਤੇ ਜਿੱਥੇ ਜਿੱਥੇ ਡਾਕਟਰੀ ਸਹਾਇਤਾ ਦੀ ਲੋੜ ਹੈ ਉਹ ਠੀਕ ਤਰ੍ਹਾਂ ਨਾਲ ਕੰਮ ਕਰ ਸਕੇ ਸਾਰਾ ਮੈਕੈਨਿਜ਼ਮ ਸਾਰੀ ਮਸ਼ੀਨਰੀ ਉਸ ਵਾਸਤੇ 1.7 ਅਰਬ ਡਾਲਰ ਯੂ ایس ਗਵਰਨਮੈਂਟ ਤੇ ਵਰਲਡ ਬੈਂਕ ਮਿਲ ਕੇ ਯੂਕਰੇਨ ਨੂੰ ਇੱਕ ਸਹਾਇਤਾ ਐਡੀਸ਼ਨਲ ਮਦਦ ਦੇਣ ਜਾ ਰਹੇ ਨੇ ਇੱਕ ਚੰਗਾ ਮੂਵ ਹੈ ਕਿ ਤੁਸੀਂ ਇਸ ਦੁੱਖ ਦੇ ਕੜੀ ਦੇ ਵਿੱਚ ਇਸ ਸੰਤਾਪ ਦੀ ਕੜੀ ਦੇ ਵਿੱਚ ਜੋ ਹੰਡਾਰਿਆ ਯੂਕਰੇਨ ਆਪਣੇ ਉੱਤੇ ਨਾਲ ਖੜੇ ਹੁੰਦੇ ਹੋ ਔਰ ਲੋਕਾਂ ਦੀ ਸਿਹਤ ਸੁਵਿਧਾਵਾਂ ਵਾਸਤੇ ਕਦਮ ਚੁੱਕਦੇ ਹੋ ਨਾਲ ਗੱਲ ਇਹ ਵੀ ਬਣਦੀ ਹੈ ਕਿ ਯੁੱਧ ਇੰਨਾ ਬਹੁਤ ਲੰਮਾ ਹੋ ਗਿਆ ਔਰ ਜਾਣਨਾ ਜਾ ਰਹੀਆਂ ਨੇ ਇਹ ਵੀ ਅਸੀਂ ਜਾਣਦੇ ਹੀ ਆ ਸਾਰੇ ਆ ਇੱਕ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਜਿਹੜਾ ਲੋਕਾਂ ਦਾ ਭਲਾ ਬਹੁਤ ਵੱਡੀ ਗੱਲ ਹੈ ਜਿੱਥੇ ਬੱਚੇ ਵੀ ਫਟੜ ਹੋਏ ਆ ਇਹ ਤੇ ਫੌਜੀ ਵੀ ਮਰ ਰਿਆ ਜਿਹਦੇ ਵਿੱਚ ਮਾਵਾਂ ਵੀ ਮਰ ਰਹੀਆਂ ਸਭ ਕੁਝ ਹੋ ਰਿਹਾ ਕੋਈ ਕਿਤੇ ਵੀਡੀਓ ਦੇਖੋ ਮਾਵਾਂ ਬੱਚਿਆਂ ਨੂੰ ਚੁੱਕ ਕੇ ਅੱਗ ਦੀ ਲਪਟ ਤੋਂ ਬਾਹਰ ਭੱਜ ਰਹੀਆਂ ਔਰ ਉਹਨਾਂ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਆ ਮਜ਼ਾਈਲਾ ਚੱਲ ਰਹੀਆਂ ਉਹਦੇ ਵਿੱਚ ਕਿੰਨੇ ਹਥਿਆਰ ਮਾਰੂ ਚੱਲ ਰਹੇ ਆ ਔਰ ਹਵਾ ਉੱਥੋਂ ਦੀ ਆਵਾਜ਼ ਖਰਾਬ ਹੋ ਗਈ ਆ ਔਰ ਆ ਜਿਹੜਾ ਮਸਲਾ ਹੱਲ ਕੀਤਾ ਨਾ ਨੇ ਜਿਹੜਾ ਸਿਹਤ ਸਵਾਵਾ ਆ ਆਪਣੇ ਮਣ ਦੇ ਰਹੇ ਆ ਔਰ ਉਹਨੂੰ ਦੇ ਰਹੇ ਆ ਬਲ ਦੀ ਅੱਗ ਚ ਜਲ ਜਾਣਾ ਲੋਕਾਂ ਨੇ ਜਿਹੜਾ ਕੰਮ ਕਰਨਾ ਚਾਹੀਦਾ ਸੂਲਤਾਂ ਦੇ ਵਿੱਚ ਜਿਹੜੇ ਕਰਮੀ ਨੇ ਕੰਮ ਕਰਨ ਵਾਲੇ ਅਧਿਕਾਰੀ ਨੇ ਉਹ ਵੀ ਬੜੀ ਵੱਡੀ ਗੱਲ ਆ ਤੁਸੀਂ ਅਸੀਂ ਜੇ ਕੰਮ ਕਰੀਏ ਆਪਾਂ ਲੜਾਈ ਦੇ ਵਿੱਚ ਜਾਣ ਤੋਂ ਚਿਜਕਾਂਗੇ ਔਰ ਦੇਖੋ ਉੱਥੇ ਇਹ ਤਾਂ ਸਿਰ ਸਵਾਵਾ ਦੀ ਗੱਲ ਕੀਤੀ ਆ ਉੱਥੇ ਜੁੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੇ ਲੰਗਰ ਵੀ ਲਾਏ ਯੂਕਰੇਨ ਦੇ ਵਿੱਚ ਉਹ ਤਾਂ ਹਰਥਾਂ ਤੇ ਪਹੁੰਚ ਜਾਂਦੇ ਆ ਆਪਾਂ ਕਿਤੇ ਪਹੁੰਚ ਆ ਲਿਆ ਕਿਤੇ ਮਾਰੋ ਮਾਰ ਹੋ ਗਈ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਆਗਰੀਆਂ ਲਪਟਾਂ ਜਨ ਲੱਗ ਰਹੀਆਂ ਉੱਥੇ ਇਹ ਪਹੁੰਚ ਜਾਂਦੇ ਆ ਜਥੇਬੰਦੀਆਂ ਨੇ ਉੱਥੇ ਕੰਮ ਕੀਤਾ ਕਿਉਂਕਿ ਜਿਹੜੇ ਫੌਜੀ ਹਨ ਵਿਚਾਰੇ ਉਹਨਾਂ ਨੂੰ ਵੀ ਰੋਟੀ ਲੈਣੀ ਜਾਂ ਖਾਣੀ ਔਖੀ ਹੋ ਜਾਂਦੀ ਜਿਹੜੇ ਲੜ ਰਹੇ ਉੱਥੇ ਗਰਾਉਂਡ ਲੈਵਲ ਤੇ ਲੜ ਰਹੇ ਆ ਉਹ ਕਰੇ ਨਹੀਂ ਕਰ ਸਕਦੇ ਕਿਤੇ ਵੀ ਰੋਟੀ ਖਾਣ ਲਈ ਲੰਗਰ ਤਾਂ ਇਹ ਉਹਨਾਂ ਨੂੰ ਪਹੁੰਚਦਾ ਹੀ ਹੈਗਾ ਪਰ ਜਿੱਥੇ ਉਹਨਾਂ ਨੂੰ ਸਰਕਾਰ ਦਿੰਦੀ ਆ ਫੌਜੀਓ ਕੋਈ ਕਮਿਊਨਿਟੀ ਕਿੱਟ ਹੁੰਦੀ ਹੈ ਕਿੱਟ ਦੇ ਵਿੱਚ ਬਣਿਆ ਹੁੰਦਾ ਸਾਰਾ ਖਾਣ ਪੀਣ ਦਾ ਉਹ ਖਾਰੇ ਵਿਚਾਰੇ ਬਾਕੀ ਜਿਹੜੀ ਸਿਹਤ ਸੁਰਤਾ ਦੇ ਆ ਜਿਹੜੀ ਹੁਣ ਸੁਣੀ ਆਵਾਜ਼ ਉਹ ਜਿਹੜੀਆਂ ਜੋ ਗਏ ਲੋਕ ਅਰ ਸੁਰਤਾ ਪ੍ਰੋਵਾਈਡ ਕਰ ਦਿਤੀਆਂ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਤਾਂ ਉਹਨਾਂ ਨੇ ਸਵਰਗ ਬਣਾ ਦਿੱਤਾ ਉੱਥੇ ਦੇ ਲੋਕਾਂ ਦਾ ਬਿਲਕੁਲ ਜੀ ਉਹ ਬਾਤ ਬੰਦੇ ਜਿਹੜੇ ਉੱਥੇ ਮਰ ਰਹੇ ਨੇ ਜਾਂ ਛੜ ਰਹੇ ਉਹਨਾਂ ਨੂੰ ਬਚਾਉਣ ਲਈ ਬਹੁਤ ਵੱਡੀ ਜਦੋਜਾਇਦਾ ਔਰ ਇਹਦੇ ਤੇ ਲੋਕਾਂ ਨੇ ਜਿਹੜੇ ਦੁਨੀਆ ਦੇ ਬਾਹਰ ਲੋਕ ਬੈਠੇ ਨੇ ਉਹਨਾਂ ਨੇ ਬੜੀ ਤਾਰੀਫ ਕੀਤੀ ਆ ਉਹਨਾਂ ਨੇ ਉਹਨਾਂ ਦੇ ਭਲੇ ਦੀ ਪਰ ਅਰਦਾਸ ਵੀ ਕੀਤੀ ਲੋਕਾਂ ਨੇ ਕਿ ਇਹ ਲੋਕ ਜਦੋਂ ਆਏ ਨੇ ਇਹ ਵੀ ਤੰਦਰੁਸਤ ਰਹਿਣ ਤੇ ਜਿਹੜੇ ਵਿਚਾਰੇ ਲੜ ਰਹੇ ਆ ਮਰ ਰਹੇ ਆ ਉਹ ਵੀ ਤੰਦਰੁਸਤ ਰਹਿਣ ਬਿਲਕੁਲ ਜੀ ਔਰ ਦੇਖੋ ਨਾ ਉੱਧਰ ਲੜਾਈ ਛਿੜੀ ਹੋਈ ਹੈ ਇੱਧਰ ਇੱਕ ਹੋਰ ਸਬਬ ਬਣਦਾ ਪਿਆ ਇੱਥੇ ਵੀ ਧਮਕੀਆਂ ਚਲਦੀਆਂ ਪਈਆਂ ਕਿ ਦੱਖਣੀ ਚੀਨ ਸਾਗਰ ਦੇ ਵਿੱਚ ਕਿਉਂਕਿ ਚੀਨ ਇੱਕ ਐਸਾ ਮੁਲਕ ਹੈ ਜਿਹਦਾ ਆਪਣੇ ਗੁਆਂਢੀਆਂ ਨਾਲ ਏਰੀਏ ਨੂੰ ਲੈ ਕੇ ਹਮੇਸ਼ਾ ਹੀ ਰਫੜ ਪਿਆ ਰਹਿੰਦਾ ਹੈ ਬਾਰਡਰ ਤੇ ਹਮੇਸ਼ਾ ਭਾਰਤ ਨਾਲ ਵੀ ਰਫੜ ਪਿਆ ਹੋਇਆ ਹਰ ਖੇਤਰ ਦੇ ਵਿੱਚ ਜਿੱਥੇ ਵੀ ਤੁਸੀਂ ਦੇਖ ਲਓ ਉਸ ਖੇਤਰ ਦੇ ਵਿੱਚ ਇਲਾਕੇ ਨੂੰ ਲੈ ਕੇ ਚਾਹੇ ਸਮੁੰਦਰੀ ਇਲਾਕਾ ਹੈ ਚਾਹੇ ਜ਼ਮੀਨੀ ਇਲਾਕਾ ਹੈ ਚਾਹੇ ਆਕਾਸ਼ ਦਾ ਇਲਾਕਾ ਹੈ ਹਮੇਸ਼ਾ ਰਫੜ ਪਿਆ ਰਹਿੰਦਾ ਹੈ ਔਰ ਉੱਧਰ ਹੁਣ ਫਿਲੀਪੀਨ ਦੇ ਨਾਲ ਰਫੜ ਪਿਆ ਹੋਇਆ ਉਹ ਵੀ ਇਲਾਕੇ ਨੂੰ ਲੈ ਕੇ ਜੋ ਸਮੁੰਦਰੀ ਦੱਖਣੀ ਚੀਨ ਸਾਗਰ ਹੈ ਉਹਦੇ ਵਿੱਚ ਔਰ ਯੂ ایس اے ਨੇ ਇਹ ਕਲੀਅਰ ਕਰ ਦਿੱਤਾ ਕਿ ਸਾਡਾ ਸਮਝੌਤਾ ਹੋਇਆ ਹੋਇਆ ਹੈ 2013 ਵਿੱਚ ਵੀ ਗੱਲਬਾਤ ਹੋਈ ਹੈ 2016 ਵਿੱਚ ਵੀ ਗੱਲਬਾਤ ਹੋਈ ਹੈ ਤੇ ਜੇ ਕੋਈ ਸਟੈਪ ਇਦਾਂ ਦਾ ਚੁੱਕਦਾ ਹੈ ਚੀਨ ਫਿਲੀਪੀਨਸ ਦੇ ਖਿਲਾਫ ਸਾਗਰ ਦੇ ਵਿੱਚ ਤਾਂ ਅਸੀਂ ਫਿਲੀਪੀਨ ਦੀ ਰੱਖਿਆ ਕਰਨ ਵਾਸਤੇ ਅੱਗੇ ਆਵਾਂਗੇ ਕਿਉਂਕਿ ਅਸੀਂ ਰੱਖਿਆ ਕਰਨ ਵਾਸਤੇ ਡੀਲਸ ਜਿਹੜੀਆਂ ਕੰਟਰੈਕਟਸ ਜਿਹੜੇ ਨੇ ਸਾਲਾ ਕੁਝ ਉਹਨਾਂ ਦੇ ਜੋ ਆਪਸ ਵਿੱਚ ਸਮਝੌਤੇ ਹੁੰਦੇ ਨੇ ਅਹਿਦ ਹੁੰਦੇ ਨੇ ਉਹ ਸਭ ਸਾਈਨ ਹੋਏ ਹੋਏ ਨੇ ਸੋ ਇੱਕ ਹੋਰ ਪ੍ਰੈਸ਼ਰ ਬਣਦਾ ਪਿਆ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਤਲਬ ਵਿਸ਼ਵ ਸ਼ਾਂਤੀ ਵਾਸਤੇ ਕਿਤਨਾ ਕਿਤੇ ਖਤਰਾ ਨੇ bizness ਵਾਸਤੇ ਖਤਰਾ ਨੇ ਹਰ ਚੀਜ਼ ਵਾਸਤੇ ਖਤਰਾ ਨੇ ਕਿਉਂਕਿ ਵਿਕਾਸ ਉੱਥੇ ਹੋਏਗਾ ਜਿੱਥੇ ਸ਼ਾਂਤੀ ਹੋਏਗੀ ਜਿੱਥੇ ਸ਼ਾਂਤੀ ਨਹੀਂ ਹੈ ਹਰ ਵਕਤ ਤਸਲ ਹਰ ਵਕਤ ਪ੍ਰੈਸ਼ਰਸ ਬਣੇ ਹੋਏ ਨੇ ਹਰ ਵਕਤ ਲੜਾਈ ਦੇ ਚਾਂਸਸ ਬਣੇ ਹੋਏ ਨੇ ਉੱਥੇ ਤਰੱਕੀ ਕਿਵੇਂ ਹੋ ਸਕਦੀ ਹੈ ਸੋ ਇਹ ਤਰੱਕੀ ਕਰਨ ਵਾਸਤੇ ਇਨਸਾਨੀ ਸਮਾਜ ਨੂੰ ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਸ਼ਾਂਤੀ ਰੱਖਣਾ ਜ਼ਰੂਰੀ ਹੈ ਕਿ ਮਤਲਬ ਵਾਰ ਫਰੀ ਵਰਡ ਹੋਣਾ ਚਾਹੀਦਾ ਹੈ ਇੱਥੇ ਕੋਈ ਵਾਰ ਨਹੀਂ ਹੋਣੀ ਚਾਹੀਦੀ ਜਿੰਨਾ ਪੈਸਾ ਵਾਰ ਦੇ ਉੱਤੇ ਖਰਚ ਹੁੰਦਾ ਹੈ ਲੜਾਈਆਂ ਦੇ ਉੱਤੇ ਅਸਲੇ ਦੇ ਉੱਤੇ ਖਰਚ ਹੁੰਦਾ ਜੇ ਉਹਨਾਂ ਪੈਸਾ ਤੁਸੀਂ ਸਭ ਲੋਕਾਂ ਦੀ ਬਿਹਤਰੀ ਵਾਸਤੇ ਖਰਚ ਕਰੋ ਐਜੂਕੇਸ਼ਨ ਹੈ ਸਿਹਤ ਹੈ ਸਭ ਕੁਝ ਇੱਕ ਕੁਆਲਿਟੀ ਆਫ ਲਾਈਫ ਵਾਸਤੇ ਤੁਸੀਂ ਖਰਚ ਕਰੋ ਤਾਂ ਸਭ ਦੇ ਕੋਲ ਬੁਨਿਆਦੀ ਜ਼ਰੂਰਤਾਂ ਹੋਣਗੀਆਂ ਪੂਰੀ ਦੁਨੀਆ ਦੇ ਵਿੱਚ ਕੋਈ ਭੁੱਖਮਰੀ ਨਹੀਂ ਹੋਏਗੀ ਕੋਈ ਗਰੀਬੀ ਨਹੀਂ ਹੋਏਗੀ ਸੋ ਇਟਸ ਅ ਟੋਟਲ ਵੇਸਟ ਆਫ ਮਨੀ ਵੇਸਟ ਆਫ ਹਿਊਮਨ ਲਾਈਫ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਹਿਸਟਰੀ ਚ ਮੈਂਸ਼ਨਡ ਹੈ 1962 ਚ ਜਦੋਂ ਚੀਨਾ ਨਾਲ ਆਪਣਾ ਯੁੱਧ ਹੋਇਆ ਔਰ ਪ੍ਰਧਾਨ ਮੰਤਰੀ ਪੰਡਤ ਜਵਾਲਾ ਨਹਿਰਜੀ ਸੀਗੇ ਔਰ ਉਹਦੇ ਚ ਉਹਨਾਂ ਨੇ ਉਸ ਟੈਂਟ ਜਿਹੜੇ ਸਾਡੇ ਲੜਾਕੂ ਮੁੰਡੇ ਸੀ ਜਾਂ ਜਿੱਥੇ ਸਰਹੱਦਾਂ ਤੇ ਸੀਗੇ ਉਹ ਪੂਰੇ ਹਥਿਆਰ ਨਹੀਂ ਪਹੁੰਚ ਸਕੇ ਬਹੁਤ ਬਟਾਲੀਅਨ ਰੈਜiment ਦੇ ਮੁੰਡੇ ਜਿਹੜੇ ਉਹ ਦੀ ਮੌਤ ਹੋ ਗਈ ਔਰ ਉਸ ਸਮੇਂ ਦੀ ਜਿਹੜੀ ਬੜੀ ਜਿਹੜੀ ਕਮਸਾਨ ਦਾ ਯੁੱਧ ਹੋਇਆ ਔਰ ਤੁਸੀਂ ਕਿਹਾ ਕਿ ਚైనా ਜਿਹੜਾ ਹੈ ਸਰਹੱਦਾਂ ਤੇ ਆ ਕੇ ਆਪਣੀ ਥੋੜੀ ਜਿਹੀ ਦਿਖਾਉਂਦਾ ਵੀ ਆ ਕਿਉਂਕਿ ਇਲਾਕੇ ਤੋਂ ਲੜਾਈ ਹੁੰਦੀ ਹੈ ਔਰ ਉਹ ਜਦੋਂ ਬਾੜ ਦੇ ਵਿੱਚ ਜਿਹੜਾ ਇਲਾਕਾ ਇਹਨਾਂ ਨੇ ਆਪਣੇ ਅਧਿਕਾਰ ਖੇਤਰ ਚ ਲੈ ਲਿਆ ਚైనా ਨੇ ਉਹ ਅਜੇ ਤੱਕ ਵੀ ਛੜਾਇਆ ਨਹੀਂ ਗਿਆ ਹਿੰਦੁਸਤਾਨ ਕੋਲੋਂ ਉਹ ਰੋਣਾ ਨਾ ਦਿੱਤਾ ਯਾ ਹੁਣ ਵੀ ਬਹੁਤ ਮੁੰਡੇ ਮਾਰੇ ਸੀ ਉੱਥੇ ਜਿਹਦੇ ਹੱਥੋਂ ਪਾਈ ਹੋ ਕੇ ਮਾਰੇ ਗਏ ਆ ਔਰ ਉਹ ਜਿਹੜਾ ਵੀ ਬਾਰਡਰ ਏਰੀਆ ਕਵਾਈਲੀ ਏਰੀਆ ਉਹਦੇ ਵਿੱਚ ਜਾ ਕੇ ਜਦੋਂ ਮੁੰਡੇ ਮਾਰੇ ਗਏ ਆ ਉਹ ਅਜੇ ਵੀ ਉਸੇ ਤਰ੍ਹਾਂ ਦਾ ਲੇਫਰ ਲਦਾਖ ਦਾ ਏਰੀਆ ਕੁਛ ਹੈਗਾ ਜਿਹੜਾ ਚైనా ਦੇ ਕੋਲ ਰਿਹਾ ਹੈਗਾ ਲੇਹ ਤੋਂ ਏਰੀਆ ਜਿਹੜਾ ਉਹ ਸੀਗਾ ਪਰ ਜਿਹੜੀਆਂ ਘਾਟੀਆਂ ਗਈਆਂ ਉਹਨਾਂ ਦੇ ਵਿੱਚ ਉਹਦੇ ਵਿੱਚ ਹੋਇਆ ਚైనా ਥੋੜਾ ਇਸ ਪਾਸੇ ਆਉਂਦਾ ਰਿਹਾ ਔਰ ਸਰਹੱਦਾਂ ਨੂੰ ਅੱਗੇ ਵਧਾਉਣ ਲਈ ਆਪਣੀ ਕੋਸ਼ਿਸ਼ ਕਰਦਾ ਰਿਹਾ ਦੂਜੀ ਗੱਲ ਰਹੀ ਜੇ ਇਹ ਸੈਨਾ ਵਧਾਉਂਦਾ ਜਾਂ ਆਪਣਾ ਅੱਗੇ ਅਧਿਕਾਰ ਖੇਤਰਾਂ ਦਾ ਵਧਾਉਂਦਾ ਤੇ ਉਦੋਂ ਯੂਐਸਏ ਵੀ ਆ ਜਾਂਦਾ ਜਦੋਂ ਕਮਸਾਨ ਦੀ ਜੰਗ ਹੁੰਦੀ ਹੈ ਜਦੋਂ ਕਿਤੇ ਨਾਰੇ ਬਾਜੀ ਹੁੰਦੀ ਹੈ ਲੜਾਈ ਹੁੰਦੀ ਹੈ ਉਹ ਇੱਕ ਦੇਖਦਾ ਕਿ ਕਿੱਥੇ ਵੈਪਨ ਚੱਲਨੇ ਆ ਕਿੱਥੇ ਜ਼ਰੂਰਤ ਹੈ ਫਿਲਪਾਈ ਨੂੰ ਜ਼ਰੂਰਤ ਹੈ ਉਹਦੇ ਆ ਕੇ ਮੋਢਿਆਂ ਤੇ ਹੱਥ ਰੱਖ ਦਿੰਦਾ ਇਹ ਇੱਕ ਇਹਨਾਂ ਦੀ ਪਾਲਿਸੀ ਰਹੀ ਹੈ ਅਫਗਾਨਿਸਤਾਨ 'ਚ ਰਹੀ ਇਹਨਾਂ ਦੀ ਅਫਗਾਨਿਸਤਾਨ 'ਚ ਦੋਵਰੀ ਦੌੜਿਆ ਵੀ ਇੱਥੋਂ ਰਸ਼ੀਆ ਵੀ ਆ ਗਿਆ ਉੱਥੇ ਦੋਰੀ ਲੜਾਈ ਹੋਈ ਜਦੋਂ ਤਾਲਿਬਾਨ ਆ ਗਏ ਤਾਲਿਬਾਨ ਨੇ ਜਦੋਂ ਅੱਖਾਂ ਕੱਢ ਕੇ ਦਿਖਾਈਆਂ ਔਰ ਉਹਨਾਂ ਨੇ ਭਜਾਏ ਉਹ ਬਹੁਤ ਬੁਰੀ ਤਰ੍ਹਾਂ ਕਿਉਂਕਿ ਜਿਹੜੀ ਜ਼ਮੀਨ ਦੀ ਲੜਾਈ ਹੈ ਤਾਲਿਬਾਨ ਪਠਾਨ ਮੁਗਲ ਲੜ ਸਕਦੇ ਜਿਹੜੇ ਇਹ ਟੈਕਨੀਕਲ ਬੋਰਡ ਦੇ ਵਿੱਚ ਜ਼ਿਆਦਾ ਐਕਸਪਰਟ ਨੇ ਬਿਲਕੁਲ ਜਿੱਥੇ ਐਡਵਾਂਸ ਜਾਣਾ ਮੋਟਰ ਗੱਨਾਂ ਚਲਣੀਆਂ ਜਿੱਥੇ ਅਸਲਾਰ ਚਲਣੀਆਂ ਜ਼ਮੀਨੀ ਲੜਾਈ ਹੋਣੀ ਇਹ ਤਾਂ ਉੱਪਰੋਂ ਮੋਬਾਈਲਾਂ ਛੱਡ ਸਕਦੇ ਆ ਇਹ ਪਾਣੀ ਪੀ ਕੇ ਲੜਦੇ ਆ ਔਰ ਬੋਤਲਾਂ ਜਿਹੜੀਆਂ ਪਾਣੀ ਦੀਆਂ ਹੁੰਦੀਆਂ ਉਹੀ ਉਹਨਾਂ ਕੋਲ ਆਉਂਦੇ ਆ ਵੀਡੀਓ ਗੇਮ ਜਿਆ ਹੈ ਵੀ ਲੜ ਜਾਂਦੇ ਆ ਔਰ ਤਾਲਿਬਾਨ ਨੇ ਇਹਨਾਂ ਦਾ ਬਹੁਤ ਦੰਦ ਖੱਟੇ ਕੀਤੇ ਇਥੋਂ ਦੌੜੇ ਫਿਰ ਆ ਗਏ ਫਿਰ ਇਹਨਾਂ ਨੇ ਉਹਦਾ ਛੱਡ ਦਿੱਤਾ ਸਾਰਾ ਕੁਝ ਨਾ ਗਵਰਨਮੈਂਟ ਉਹਨਾਂ ਦੀ ਆਪਣੀ ਬਣਾ ਲਈ ਉਹਨਾਂ ਨੇ ਉਹ ਕੋ ਉਹਨਾਂ ਦੇ ਦੋ ਧੜੇ ਹੁਣ ਇੱਕ ਧੜਾ ਆ ਗਿਆ ਇੱਕ ਨੂੰ ਛੱਡ ਦਿੱਤਾ ਰਾਸ਼ਪਤੀ ਪੰਜਾਬੀ ਸਾਰੀ ਗੱਲ ਸ਼੍ਰੀਲੰਕਾ ਚ ਵੀ ਇਹੋ ਹੋ ਗਿਆ ਪਰ ਅਮਰੀਕਾ ਦੀ ਆ ਖੋਥੇ ਰਹਿੰਦੀ ਕਿੱਥੇ ਲੜਾਈ ਹੋ ਰਹੀ ਹੈ ਕਿੱਥੇ ਹਥਿਆਰ ਵੇਚਣੇ ਆ ਹੀ ਵਾਂਟਸ ਮਾਰਕੀਟ ਮੰਡੀ ਮੰਡੀ ਦਾ ਚਾਈਨਾ ਕੀ ਕਰਦਾ ਇਲੈਕਟ੍ਰੋਨਿਕਸ ਦਾ ਮਾਲ ਵੇਚਣਾ ਉਹਨਾਂ ਸਾਰਿਆਂ ਨੂੰ ਮਾਰਕੀਟ ਨੂੰ ਚਾਹੀਦੀ ਹੈ ਵਿਸ਼ਵ ਦੇ ਵਿੱਚ ਕਿੱਥੇ ਮੇਲਾ ਲੱਗਿਆ ਕਿੱਥੇ ਦੀਵਾਲੀ ਆ ਗਈ ਹੈ ਕਿੱਥੇ ਪਟਾਕੇ ਚੱਲਣੇ ਸਾਰੇ ਕੁਝ ਇਹਨਾਂ ਦਾ ਹੈਗਾ ਔਰ ਉਹਨਾਂ ਦੇ ਪਟਾਕੇ ਦੁੱਜੇ ਆ ਅਮਰੀਕਾ ਦੇ ਉਹ ਬੰਦੇ ਮਾਰਨ ਵਾਲੇ ਪਟਾਕੇ ਆ ਉਹ ਵੀ ਵੇਚਦੇ ਆ ਦੇਖੋ ਪਰ ਸ਼ਾਂਤੀ ਕਿੱਥੇ ਹੈ ਹਿੰਦੁਸਤਾਨ ਥੋੜਾ ਬਚਾ ਰਿਹਾ ਹਿੰਦੁਸਤਾਨ ਵੀ ਤੁਸੀਂ ਦੇਖ ਲਓ ਹੁਣ ਜਿਹੜੀ ਸ਼ਾਂਤੀ ਹੈ ਉਹਨੂੰ ਨਜ਼ਰ ਲੱਗੀ ਹੋਈ ਹੈ ਨਾ ਨਜ਼ਰ ਤਾਂ ਲੱਗ ਜਾਂਦੇ ਗੱਲ ਇਹ ਹੈ ਕਿ ਮਿਰਚਾਂ ਮਾਰ ਹੋਏ ਦੇ ਉੱਤੋਂ ਦੇ ਇਹ ਜਿਹੜੇ ਬੈਠੇ ਨੇ ਨਾ ਸਿਆਸਤ ਖੇਡਣ ਵਾਲੇ ਇਹਨਾਂ ਨੂੰ ਵੀ ਮਾਰਕੀਟ ਚਾਹੀਦੀ ਹੈ ਇਹ ਕਿੱਥੇ ਸਿਆਸਤ ਆਪਣੀ ਚਮਕਾ ਸਕਣ ਉਸ ਮਾਰਕੀਟ ਨੂੰ ਕੈਸ਼ ਕਰ ਸਕਣ ਪਾਕਿਸਤਾਨ ਚ ਵੀ ਇਸੇ ਹੋ ਗਿਆ ਨਾ ਦੋ ਬਦਲ ਹੋਈ ਹੈ ਇਸੇ ਕਰਕੇ ਬਦਲੇ ਇਨਸਾਨ ਜਿਹੜਾ ਨਾ ਉਹ ਪੈਦਾਇਸ਼ੀ ਬਿਜ਼ਨਸਮੈਨ ਹੈ ਔਰ ਉਹ ਆਪਣੇ ਕੰਮ ਲਈ ਜਿਹੜਾ ਉਹਨੇ ਧੰਦਾ ਕਰਨਾ ਹੁੰਦਾ ਨਾ ਉਹਦੇ ਵਾਸਤੇ ਮਾਰਕੀਟ ਲੱਭਦਾ ਹੀ ਰਹਿੰਦਾ ਤੁਸੀਂ ਗਵਾਂਢੀ ਦੇਸ਼ ਵਾਲ ਦੇਖ ਲਓ ਇਮਰਾਨ ਖਾਨ ਚੱਕ ਕੇ ਦੂਜੀ ਨੁਕਰੇ ਲਾਤਾ ਉਹਨਾਂ ਨੇ ਸ਼ਹਿਬਾਜ਼ ਸ਼ਰੀਫ ਆ ਗਏ ਉੱਥੇ ਜੀ ਜੀ ਬਿਠਾਤੇ ਤੁਸੀਂ ਨਾਂ ਸੁਣਿਆ ਸੀ ਜਿੱਦੋਂ ਰਾਗਵ ਚੱਡਾ ਦਾ ਤੁਸੀਂ ਨਾਂ ਕਰਕੇ ਹੈਰਾਨੀ ਕਰਦੇ ਜੇ ਨਵਾਜ਼ ਸ਼ਰੀਫ ਦਾ ਸੁਣਿਆ ਹੋਗਾ ਨਵਾਜ਼ ਸ਼ਰੀਫ ਤੇ ਰਹੇ ਆ ਪ੍ਰਧਾਨ ਮੰਤਰੀ ਉੱਥੋਂ ਦੇ ਰਹੇ ਆ ਪਾਕਿਸਤਾਨ ਦੇ ਔਰ ਉਹਨੋਂ ਬਾਅਦ ਜਿਹੜੀ ਇਹ ਪਾਰਟੀ ਲੈਂਦੀ ਨਵੀਂ ਇਸੇ ਪਾਰਟੀ ਦੇ ਉਹਦੇ ਭਰਾ ਨੂੰ ਅ ਨਵਾਜ਼ ਸ਼ਰੀਫ ਦੇ ਭਰਾ ਨੂੰ ਬਣਾਤਾ ਪ੍ਰਧਾਨ ਮੰਤਰੀ ਰਹਿ ਗਈ ਗੱਲ ਕਿੱਥੇ ਪੰਜਾਬ ਦੀ ਪੰਜਾਬ ਚ ਹਮਜ਼ਾ ਸ਼ਰੀਫ ਜਿਹੜੇ ਉਹ ਉਥੇ ਮੁੱਖ ਮੰਤਰੀ ਬਣਾਉਂਦੇ ਇੱਕ ਕੀ ਦੀ ਗੱਲ ਹੁੰਦੀ ਹੈ ਕੀ ਦੀ ਪਾਵਰ ਹੈ ਕੀ ਦੀ ਥਾਪਨਾ ਹੈਗੀ ਆ ਕਿਹੜਾ ਤੱਕਾ ਦੇ ਕਿਉਂ ਦਾ ਇਹਦੇ ਪਿੱਛੇ ਵੀ ਇਹ ਹੋ ਸਕਦਾ ਹੈ ਕਿ ਵਰਡ ਲੈਵਲ ਦੀ ਜਿਹੜੇ ਕਾਰਪੋਰੇਟਸ ਬੈਠੀਆਂ ਹੋਈਆਂ ਨੇ ਹਾਂ ਉਹਨਾਂ ਦਾ ਕੰਮ ਵੀ ਹੋਵੇ ਤੁਸੀਂ ਸ਼ਾਇਦ ਇਹ ਨਹੀਂ ਸੁਣੇ ਹੋਗਾ ਜਿਹੜਾ ਅਮਰੀਕਾ ਜਿਹੜਾ ਪਾਕਿਸਤਾਨ ਦਾ ਡਿਫੈਂਸ ਦਾ ਖਰਚਾ ਨਾ ਜਿੰਨਾ ਵੀ ਡਿਫੈਂਸ ਦਾ ਬਜਟ ਹੈਗਾ ਇਹ ਅਮਰੀਕਾ ਦਿੰਦਾ ਰਿਹਾ ਹੁਣ ਵੀ ਦਊਗਾ ਫਿਰ ਦੁਬਾਰਾ ਨਵਾਜ਼ ਸ਼ਰੀਫ ਤੇ ਟਾਈਮ ਤੇ ਵੀ ਦਿੰਦੇ ਰਹੇ ਆ ਉਹ ਨਵਾਜ਼ ਸ਼ਰੀਫ ਫਿਰ ਥੋੜਾ ਜਿਹਾ ਪੱਕੀ ਹੋ ਗਿਆ ਇੰਗਲੈਂਡ ਦਾ ਫਿਰ ਇੰਗਲੈਂਡ ਵਾਲੇ ਪੱਕ ਹੋ ਗਏ ਐਸ ਤਰ੍ਹਾਂ ਜਿਹੜੀ ਹੁੰਦੀ ਹੈ ਜਿਹੜੀ ਸੁਪਰ ਪਾਵਰ ਪੰਜ ਕੇ ਦੇਸ਼ ਨੇ ਉਹਨਾਂ ਦੀ ਬੋਲਾ ਬਾਲੀ ਹੁੰਦੀ ਹੈ ਉਹਨਾਂ ਦਾ ਹੀ ਹੁੰਦਾ ਤੁਸੀਂ ਚైనా ਦਾ ਨਾਮ ਹੈ ਚైనా ਵੀ ਸੁਪਰ ਕੰਟਰੀ ਚ ਨਾਮ ਹੈਗਾ ਇਹ ਵੀ ਉਹਨਾਂ ਚ ਬੈਠਦਾਗਾ ਰਸ਼ੀਆ ਵੀ ਉੱਥੇ ਹੀ ਹੈਗਾ ਉਹ ਰਸ਼ੀਆ ਕਿਉਂ ਨਹੀਂ ਯੂਕਰੇਨ ਤੋਂ ਨਿਕਲਣਾ ਚਾਹ ਰਿਹਾ ਕਿਉਂ ਉੱਥੇ ਲੜਾਈ ਲੰਬੀ ਹੋ ਰਹੀ ਹੈ ਕਿਉਂਕਿ ਉੱਥੋਂ ਮਾਰ ਨਹੀਂ ਚੱਲ ਰਹੀ ਜਿਹੜੀ ਹੈ ਯੂਐਸਏ ਦੀ ਰਸ਼ੀਆ ਦਾ ਨਾਲ ਹੈਗਾ ਰਸ਼ੀਆ ਦਾ ਇਲਾਕਾ ਆਪਣਾ ਉੱਥੇ ਹੈਗਾ ਨੇੜੇ ਵਾਲਾ ਤਾਂ ਉਹ ਤਾਂ ਇੱਥੇ ਜੋ ਕੋਈ ਚੀਜ਼ ਉਹ ਇੱਥੇ ਛੱਡੇ ਏਟ ਛੱਡੇ ਜੋਰਨਾ ਤਾਂ ਉੱਥੇ ਜਾ ਪਊਗੀ ਹੁਣ ਗੱਲ ਇਹ ਹੈ ਕਿ ਪੁਤਿਨ ਸਾਹਿਬ ਨੇ ਨਾ ਯੂਕਰੇਨ ਦੇ ਸਾਰੇ ਨਾਗਰਿਕਾਂ ਨੂੰ ਇੱਕ ਆਫਰ ਦਿੱਤੀ ਹੈ ਕਿ ਤੁਸੀਂ ਸਾਰੇ ਜਾਣਾ ਰੂਸ ਦੇ ਨਾਗਰਿਕ ਬਣ ਜਾਓ ਤੇ ਇਸ ਮੱਤੇ ਦੇ ਉੱਤੇ ਦਸਤਕਤ ਵੀ ਕਰ ਦਿੱਤੇ ਨੇ ਖੈਰ ਇਹ ਗੱਲਾਂ ਚੱਲਦੀਆਂ ਰਹਿਣਗੀਆਂ ਤੇ ਹੁਣ ਆਪਾਂ اپنی ਧਰਤੀ ਤੇ ਵਾਪਸ ਆ ਜਾਈਏ ਬੜਾ ਵਿਦੇਸ਼ਾਂ ਚ ਘੁੰਮਲੇ ਆ ਆਪਾਂ ਹੁਣ ਆਉਨੇ ਆ ਚੰਡੀਗੜ੍ਹ ਤੇ ਹਰਿਆਣਾ ਤੇ ਇਹ ਜ਼ਮੀਨ ਦਾ ਰਫੜ ਚੰਡੀਗੜ੍ਹ ਕਿਹਨੂੰ ਮਿਲਣਾ ਹੈ ਹਾਈ ਕੋਰਟ ਦੀ ਜ਼ਮੀਨ ਵਿਧਾਨ ਸਭਾ ਦੀ ਜ਼ਮੀਨ ਤੇ ਸਾਰੇ ਜਿਹੜੇ EMPLOYEES ਨੇ ਉਹਨਾਂ ਨੂੰ CENTRAL GOVERNMENT ਦੇ EMPLOYEES ਬਣਾ ਦਿੱਤਾ ਗਿਆ ਹੁਣ ਇਹ ਗੱਲਾਂ ਦੇ ਉੱਤੇ ਤੁਸੀਂ ਸ਼ੁਰੂਆਤ ਕਰੋ ਕਿਉਂਕਿ ਮੈਂ ਤਾਂ ਨਾ ਮਤਲਬ ਤੁਸੀਂ ਕਹੋਗੇ ਬੜਾ ਅਜੀਬ ਜਿਹਾ ਫੀਲ ਕਰਦਾ ਕਿ ਇਹ ਹੋ ਕੀ ਰਿਹਾ ਜਦੋਂ ਦਾ ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਸਾਨੂੰ ਵੀ ਦੇ ਦਿਓ ਮਤਲਬ ਆਪਣੇ ਘਰ ਚੋਂ ਆਪ ਹੀ ਨਿਕਲਦੇ ਪਏ ਨੇ ਤੇ ਸਾਨੂੰ ਕੋਈ ਹੋਰ ਜ਼ਮੀਨ ਦੇ ਦਿਓ ਘਰ ਬਣਾਉਣ ਵਾਸਤੇ ਇਹ ਮੈਨੂੰ ਸਟੇਟਮੈਂਟ ਤੋਂ ਬਾਅਦ ਨਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਕਿ ਇਹ ਕੀ ਮੈਟਰ ਹੈ ਕੀ ਇਹਨੂੰ ਡਿਸਕਸ ਕਰੀਏ ਆਪਾਂ ਦੱਸੋ ਤੁਸੀਂ ਤਾਂ ਇਹਦੇ ਤੇ ਆਪਾਂ ਕੋਈ ਆਪਣੀ ਬਹਿਸ ਹੋਈ ਵੀ ਹੈ ਕਿ ਡਿਟੇਲ ਚ ਆਪਾਂ ਕੀਤੀ ਵੀ ਹੈ ਗੱਲ ਕੀਤੀ ਇਸ ਕਰਕੇ ਕਿ ਹੁਣ ਆ ਜਿਹੜਾ ਨਵਾਂ ਮਸਲਾ ਆ ਗਿਆ ਕਿ ਇਹਨਾਂ ਨੇ ਉਹਨੂੰ ਰੱਦ ਕਰ ਦਿੱਤਾ ਆਪਣੇ ਵੱਲੋਂ ਇਹਨਾਂ ਨੇ ਨਾਰਾਜ਼ਗੀ ਸ਼ੋਅ ਕੀਤੀ ਹੈ ਪਹਿਲਾਂ ਤੇ ਇਹਨਾਂ ਨੇ ਕੀਤਾ ਕਿ ਸਾਨੂੰ ਹੀ ਦੇ ਦਿਓ ਉਜਨਵੰਦ ਨੇ ਵੀ ਸਾਨੂੰ ਇੱਕ ਮੰਜੀ ਡਾਉਣ ਜੋਗਾ ਥਾਂ ਦੇ ਦਿਓ ਇਹਨਾਂ ਵੀ ਮੰਗ ਲਿਆ ਕਿਉਂਕਿ ਇੱਕ ਸਰਕਾਰ ਦਾ ਨਿਕਲ ਕੇ ਲਾਣਾ ਚਾਹੁੰਦੀ ਸੀ ਜਦੋਂ ਕਿ 1970 ਦਾ ਆਪਾਂ ਦੱਸਿਆ ਕਿ ਕੋਈ ਪਾ ਚੁੱਕਿਆ ਜਿੱਚ ਰਜੀਬ ਲੰਗਵਾਲ ਦਾ ਮਸਲਾ ਸੀਗਾ ਉਹ ਸੈਂਟਰ ਮੰਨ ਗਿਆ ਸੀ ਇੰਦਰਾ ਗਾਂਧੀ ਨੇ ਕਹਿਤਾ ਸੀਗਾ ਕਿ 20 ਕਰੋੜ ਦੇ 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 ਉਹ 70 'ਚ ਸੀਗਾ ਵੱਖਰਾ ਬਣਾਉਣਗੇ ਟਾਊਨਸ਼ਿਪ ਇਹਨਾਂ ਨੂੰ ਵੱਖਰਾ ਬਣਾ ਦੋ ਪਰ ਹੁਣੇ ਜਿਹੜੀ ਸੁੱਤੀ ਕਾਲਾ ਫਿਰ ਜਾਗ ਪਈ ਜਾ ਕੇ ਕਿਦਾਂ ਗਈ ਹੈ 12 ਕਿੰਨੇ ਸਾਲਾਂ ਬਾਅਦ ਫਿਰ 50-70 ਸਾਲ ਬਾਅਦ ਫਿਰ ਜਾਗੀ ਔਰ ਅਮਨ ਸ਼ਾਹ ਨੇ ਕਹਿਤਾ ਕਿ ਇਹ ਇਹਨਾਂ ਨੂੰ ਦੇ ਕੇ ਜਗ੍ਹਾ ਦੇ ਦਿਓ ਤੇ ਆਪਣੀ ਵਿਧਾਨ ਸਭਾ ਉੱਥ ਜਿਹੜੀ ਨਏ ਪਾਰਕਾਂ ਵੀ ਆਪਣੀ ਬਣਾ ਲੈਣ ਤੇ ਆਪਣਾ ਵੱਖਰਾ ਬਣਾ ਕੇ ਟਾਊਨਸ਼ਿਪ ਤੇ ਦੂਜਾ ਚੰਡੀਗੜ੍ਹ ਕ੍ਰੀਏਟ ਕਰ ਲੈਣਾ ਔਰ ਉਹ ਅਜੇ ਇਹ ਤਾਂ ਗੱਲ ਵਧੀਆ ਸੀ ਵੀ ਜਿਹੋ ਬਾਹਰ ਜਾ ਰਹੇ ਆ ਉਹਨਾਂ ਨੂੰ ਪੈਸਾ ਇਹਨਾਂ ਨੂੰ ਚਾਹੀਦਾ ਹੈ ਕਹਿੰਦੇ ਵੀ ਪੈਸਾ ਦੇ ਉਹਨਾਂ ਜੋ ਪਹਿਲਾਂ ਮਸਲਾ ਹੋ ਗਿਆ ਉਹਦੇ ਨਾਲ 20 ਕਰੋੜ ਨਹੀਂ 40 ਕਰੋੜ ਦਾ ਹੋਣ ਦਾ ਡਬਲ ਹੋ ਗਿਆ ਕਿਉਂਕਿ ਹੁਣ ਮੰਗਾਈ ਹੋਈ ਪਰ ਆਪਣੇ ਮੁੱਖ ਮੰਤਰੀ ਸਾਹਿਬਾਨ ਨੇ ਕਿਹਾ ਤਾਂ ਕਿ ਸਾਨੂੰ ਹੀ ਦੇ ਉੱਥੇ ਜਗ੍ਹਾ ਐਵੇਂ ਬਣਾਉਣਾ ਹੈਗਾ ਪੀ ਸਾਡਾ ਸਾਡੂ ਕੋ ਖਲੋਣ ਜਗਾ ਥਾਂ ਸਾਨੂੰ ਬੈਂਡ ਜਗਾ ਥਾਂ ਦੇਦੇ ਉਹ ਇਹ ਗੱਲਾਂ ਹਾਸਾ ਬੜਾ ਅਜੀਬ ਜਿਹਾ ਲੱਗਦਾ ਹਾਸਾ ਨਹੀਂ ਬਣ ਗਈ ਹਾਸਾ ਹੀ ਨਹੀਂ ਬਣ ਗਈ ਇਹ ਗੱਲ ਇਸ ਕਰਕੇ ਹੁਣ ਇਹਨਾਂ ਨੇ ਆਪਣੇ ਵਾਪਸ ਲੈ ਲਿਆ ਇਸ ਕਰਕੇ ਲਿਆ ਕਿ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਨੇ ਤੇ ਨਾਰਾਜ਼ਗੀ ਜਤਾਈ ਹੈ ਪ੍ਰਤਾਪ ਸਿੰਘ ਬਾਜਬਾ ਵਿਰੋਧੀ ਨੇਤਾ ਨੇ ਆ ਗਏ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਜੀ ਨੇ ਵੀ ਇੱਥੇ ਰੌਲਾ ਪਾਇਆ ਉਹਨਾਂ ਨੇ ਕਿਹਾ ਕਿ ਇਹ ਗਲਤ ਗੱਲ ਹੋ ਗਈ ਹੈ ਜਿੰਨੀਆਂ ਵੀ ਸਾਡੇ ਇੱਥੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਕਿਹਾ ਔਰ ਇਹਨਾਂ ਨੂੰ ਫਿਰ ਲੱਗਿਆ ਫਿਰ ਇਹਨਾਂ ਦੇ ਕੰਨ ਤੇ ਜੂੰ ਸਰਕੀ ਕਿ ਆ ਗੱਲ ਕੀ ਹੋ ਗਈ ਅਸੀਂ ਗਲਤ ਕਹਤਾ ਹੁਣ ਇਹਨਾਂ ਨੇ ਉਹ ਰੱਦ ਕਰ ਦਿੱਤਾ ਹੁਣ ਇਹਦੇ ਚ ਇਹ ਕੀਤਾ ਨਾ ਨੇ ਕਿ ਆ ਪੰਜਾਬ ਦਾ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦਾ ਤੇ ਕੇਂਦਰੀਕਰਨ ਜਿਹੜਾ ਉਹ ਵੀ ਹੋ ਰਿਹਾ ਉਹਦੇ ਤੇ ਵੀ ਇਹਨਾਂ ਨੂੰ ਕਰਨਾ ਚਾਹੀਦਾ ਔਰ ਜਿਹੜਾ ਮਸਲਾ ਤੁਸੀਂ ਦੱਸਿਆ ਜਿੱਥੇ ਸੈਂਟਰ ਗਵਰਨਮੈਂਟ ਦੇ EMPLYE ਆ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਪੈਸਾ ਉਹ ਦਿੱਤਾ ਜਾਊਗਾ ਸੂਰਤਾਂ ਤੋਂ ਤੇ ਜਿਹੜੀਆਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਹਾਲਾਂਕਿ ਯੂਟੀ ਚ ਆ ਤੇ 60 चे चे 40 ਦੀ ਰੇਸ਼ਿਓ ਆ ਇਹ ਅਸੀਂ ਸਾਰੇ ਜਾਣਦੇ ਆ ਹਾਂ ਪਰ ਹੁਣ ਦੇਖੋ ਇਹ ਜੋ ਗੇਮ ਚੱਲਦੀ ਪਈ ਹੈ ਚੰਡੀਗੜ੍ਹ ਦੇ ਵਿੱਚ ਉਸ ਗੇਮ ਨੂੰ ਦੇਖਦੇ ਹੋਏ ਇਹ ਮਤਲਬ ਇੱਕ ਗੱਲ ਕਲੀਅਰ ਨਹੀਂ ਹੋ ਰਹੀ ਕਿ ਤੁਸੀਂ ਸ਼ਾਂਤੀ ਕਿਉਂ ਨਹੀਂ ਰੱਖਣਾ ਚਾਹੁੰਦੇ ਕਿਉਂ ਕੋਈ ਨਾ ਕੋਈ ਰੇਡ ਕੱਪਿਆ ਰਵੇ ਕੋਈ ਨਾ ਕੋਈ ਬਹਿਸ ਛਿੜੀ ਰਵੇ ਮਤਲਬ ਇਹ ਪਟਾਕੇ ਚਲਾ ਕੇ ਮਜ਼ਾ ਹੁੰਦਾ ਹੈ ਸ਼ਾਇਦ ਔਰ ਇਹ ਪਟਾਕੇ ਚੱਲਦੇ ਰਹਿਣ ਮਤਲਬ ਇਹ ਆ ਕਿ ਜੋ ਗੱਲ ਬਿਲਕੁਲ ਕਲੀਅਰ ਹੈ ਜਿਹਦੇ ਉੱਤੇ ਕੋਈ ਡਿਬੇਟ ਦੀ ਲੋੜ ਨਹੀਂ ਕੋਈ ਡਿਸਕਸ਼ਨ ਦੀ ਲੋੜ ਨਹੀਂ ਜੋ ਬਿਲਕੁਲ ਕਲੀਅਰ ਗੱਲ ਹੈ ਤੁਸੀਂ ਉਹਦੇ ਉੱਤੇ ਕੋਈ ਨਾ ਕੋਈ ਹੋਰ ਤਰਕ ਦੇ ਕੇ ਉਹ ਹੋਰ ਉਲਝਾਈ ਜਾਓ ਹੋਰ ਉਲਝਾਈ ਜਾਓ ਮਤਲਬ ਇਹਦਾ ਕੋਈ ਨੇ ਲੇਕੋ ਪਹਿਲੇ ਮਸਲੇ ਦੁਲਝੇ ਹੋਈ ਅੱਜ ਬੀਬੀਐਮ ਵੀ ਦਾ ਜਿਹੜਾ ਕੋਈ ਦਾ ਮਸਲਾ ਖੁਰਾਕ ਖੋਜ ਤਾਂ ਲੱਭਦਾ ਨਹੀਂ ਪਿਆ ਐਸਵੀਐਲ ਦਾ ਜਿਹੜਾ ਹੈਗਾ ਨਾ ਸਤਲੁਜ ਵਿਆਸ ਦਾ ਜਿਹੜਾ ਪਾਣੀ ਦਾ ਮਸਲਾ ਹੈਗਾ ਹੈਨਾ ਉਹਦੇ ਸਤਲੁਜ ਹੈਨਾ ਵਿਆਸ ਤੇ ਉਹ ਪਾਣੀ ਦਾ ਮਸਲਾ ਸੀਗਾ ਉਹ ਅਜੇ ਉਸੇ ਦਾ ਉੱਥੇ ਫਸਿਆ ਰਿਹਾ ਉਹਨੂੰ ਅਜੇ ਤੱਕ ਨਹੀਂ ਕਿਸੇ ਪਾਸੇ ਖੱਟ ਸਕਿਆ ਐਸਵੀਐਲ ਪੈਂਡਿੰਗ ਹੈ ਜੇ ਫਿਰ ਅਜੇ ਤੱਕ ਜਿਹੜਾ ਹੈਗਾ ਨਾ ਕੋ ਨਾਲ ਦਾ ਜਿਹੜਾ ਸੀਗਾ ਦੂਸਰਾ ਮਸਲਾ ਨਾਲ ਲੱਗਦਾ ਸੀ ਇਹਨਾਂ ਨੇ ਜਿਹੜੇ ਅਮਪਲਾਈ ਦਾ ਅਮਪਲਾਈ ਨੂੰ ਲਿਆ ਕੇ ਉਹਦੇ ਤੇ ਕੋਈ ਨਹੀਂ ਬੋਲਿਆ ਉਹ ਸੂਲਤਾਂ ਤਾਂ ਮਿਲ ਗੀਆਂ ਹੈ ਕਿ ਨਹੀਂ ਉਹ ਲੈ ਗਏ ਸੂਲਤਾਂ ਉਹਨਾਂ ਦੀ ਜਿਹੜੀ ਆ ਰਿਟਾਇਰਮੈਂਟ ਏਜ ਵੀ 60 ਸਾਲ ਹੋ ਗਈ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਆਇਆ ਉਹ ਰੈਗੇ ਮਸਲੇ ਜਿਹੜੇ ਨਿੱਕੇ ਨਿੱਕੇ ਮਸਲੇ ਉਹ ਤਾਂ ਗਾਇਬ ਹੋ ਗਏ ਤੇ ਦੂਜੇ ਜਿਹੜੇ ਆ ਵੱਡੇ ਮਸਲੇ ਵਾਲੇ ਪਾਸੇ ਹੋ ਗਏ ਕਿਸੇ ਬੰਦੇ ਦੀ ਨਾ ਜਦੋਂ ਬੰਦਾ ਕਿਤੇ ਲੜਦਾ ਹੈਗਾ ਤੋ ਕਰਦਿਆ ਕਰਦਿਆ ਨਾ ਉਹਦੀ ਜੁੱਤੀ ਜਦੋਂ ਭੱਜਾ ਜੁੱਤੀ ਡਿੱਗਦੀ ਜੁੱਤੀ ਡਿੱਗ ਤੇ ਬਾਅਦ ਮੁੜ ਕੇ ਉਹ ਜਨੋ ਡਾਂਗ ਮਾਰਨਾ ਦਾ ਡਾਂਗ ਉਹਨਾਂ ਡਾਂਗ ਤੇ ਡਾਂਗ ਮਾਰੀ ਡਾਂਗ ਡਿੱਗਦੀ ਹੈ ਨਾ ਮੁੜ ਕੇ ਉਹਦੀ ਚਾਦਰ ਡਿੱਗਦੀ ਹੈ ਨਾ ਉਹ ਦੇਖਦਾ ਤੂੰ ਮੁੜ ਕੇ ਉਹ ਪਹਿਲੋਂ ਆਂਦਾ ਜੀ ਮੇਰੀ ਡਾਂਗ ਡਿਪਰੀ ਡਾਂਗ ਦੇ ਦੋ ਮੈਨੂੰ ਹੈਨਾ ਉਹ ਸਿਆਣੇ ਬੰਦੇ ਨੇ ਡਾਂਗ ਦੇ ਦੋ ਉਹ ਮੁੜ ਕੇ ਆਂਦਾ ਜੀ ਮੇਰੇ ਜੁੱਤੀ ਵੀ ਨਹੀਂ ਲੱਭਦੀ ਹੈਨਾ ਜੁੱਤੀ ਨਹੀਂ ਲੱਭਦੀ ਆਂਦਾ ਜੁੱਤੀ ਲੱਭੋ ਜੁੱਤੀ ਦੇ ਨਾਲ ਚਾਦਰ ਕਿੱਥੇ ਗਈ ਹੈ ਹੈਨਾ ਤੌਲੀਏ ਕਿੱਥੇ ਗਿਆ ਹੁਣ ਇਹ ਗੱਲ ਹੋ ਗਈ ਉਹ ਬੰਦਿਆਂ ਦੇ ਵੀ ਜਦੋਂ ਜਿਹੜੇ ਸੂਝ ਆਂਦਾ ਜੀ ਇਹ ਤੂੰ ਸਾਰਾ ਕੁਝ ਗਵਾਇ ਫਿਰਦਾ ਇੱਕ ਚੀਜ਼ ਮੰਗ ਦੋ ਮੰਗ ਤੂੰ ਤੂੰ ਸਾਰੀਆਂ ਚੀਜ਼ਾਂ ਛੱਡ ਕੇ ਵਾਹ ਗਿਆ ਇਹ ਹੁਣ ਆਪਣਾ ਵੀ ਪੰਜਾਬ ਦਾ ਇਹ ਮਸਲਾ ਹੋ ਗਿਆ ਕਿ ਇੱਕ ਨਹੀਂ ਹੈਗਾ ਇੱਕ ਮਸਲਾ ਤਾਂ ਹੈਗਾ ਚੰਡੀਗੜ੍ਹ ਚੰਡੀਗੜੀ ਹੁੰਦੀ ਰਹੀ ਚੰਡੀਗੜ੍ਹ 'ਚ ਇਹ ਕਹਿੰਦੇ ਜੀ ਪਹਿਲ ਹਣਾ ਫਿਰ ਉਹ ਥਿਆਗਾ ਹਾਈ ਕੋਰਟ ਦਾ ਇਕੱਠੀ ਹੋਗੀ ਵਿਧਾਨ ਸਭਾ ਖਲੇਰਾ ਹੈ ਜੀ ਖਲੇਰਾ ਹੁਣ ਕਿੰਨੇ ਖਲਾਰੇ ਆ ਕਿੰਨੇ ਹੈਗੇ ਇਹ ਗੱਲ ਹੈ ਪੰਜਾਬੀ ਸੂਬਾ ਬਣਦੇ ਟਾਈਮ ਤੇ ਸੀਗਾ ਜਦੋਂ 1966 ਚ ਬਣਿਆ 1966 ਚ ਉਦੋਂ ਡਿਫਰੈਂਸ਼ੀਏਟ ਨਹੀਂ ਕਰ ਸਕੇ ਨਾ ਕਿਨੇ ਕੀਤਾ ਸੈਂਟਰ ਨੇ ਉਹਦਾ ਇਹ ਰੱਖਿਆ ਜਿੱਦਾਂ ਹੁਣ ਸੈਂਟਰ ਕਰ ਰਹੀ ਉਹਦੇ ਵੀ ਇਹੀ ਹਾਰ ਰਿਹਾ ਜੇ ਉਹਦੋਂ ਨੇ ਇਹਨਾਂ ਨੇ ਕਲੀਅਰ ਕੀਤਾ ਤੇ ਹੁਣ ਕਿੱਥੇ ਕਲੀਅਰ ਹੋਣਾ ਹੈ ਪੈਂਡਿੰਗ ਰਹੂਗਾ ਪੱਕੇ ਤੌਰ ਤੇ ਰਹੂਗਾ ਇਹਦੇ ਚ ਜੇ ਬੈਨੀਫਿਟ ਲੈ ਗਿਆ ਤੇ ਹਰਿਆਣਾ ਲੈ ਜਾਊਗਾ ਪਾਕ ਜਿਹੜਾ ਪੰਜਾਬ ਹੈ ਇਹ ਫਿਰ ਹੱਥ ਮਲਦਾ ਰਹੇਗਾ ਦਿੱਕੂ ਗੱਲ ਇਹ ਐ ਜਦੋਂ ਨਾ ਖਲੇਰਾ ਪਾਇਆ ਹੋਵੇ ਹੁਣ ਇੱਕ ਸਵਾਲ ਐ ਉਹਦਾ ਜਵਾਬ ਦਿਓ ਫਿਰ ਆਪਾਂ ਅੱਗੇ ਵਧਦੇ ਆਂ ਜਰੂਰ ਇੱਕ ਪੈਨਸਲ ਗਵਾਚ ਗਈ ਹਾਂ ਮੈਂ ਤੁਹਾਨੂੰ ਕਹੂੰਗਾ ਲੱਭਦੇ ਤੁਸੀਂ ਲੱਭ ਸਕਦੇ ਹੋ ਹੁਣ ਗਵਾਚੀ ਨਹੀਂ ਐ ਫਿਰ ਵੀ ਲੱਭੋ ਹਾਂ ਬਾਸ ਹੁਣ ਤੁਸੀਂ ਕੀ ਲੱਭੋਗੇ ਉਹ ਹੀ ਆ ਜਿਹੜੀ ਚੀਜ਼ ਗਵਾਚੀ ਨਹੀਂ ਗਈ ਉਹਨੂੰ ਲੱਭਣਾ ਐਨਕਾਂ ਤੁਹਾਡੇ ਜੇਬ 'ਚ ਐਨਕਾਂ ਤੁਹਾਡੇ ਜੇਬ 'ਚ ਲੱਭੋ ਤੇ ਤੁਸੀਂ ਮੁੜ ਕੇ ਕਹੋਗੇ ਐਨਕਾਂ ਕਿੱਥੇ ਮਰੀਆਂ ਐਨਕਾਂ ਕਿੱਥੇ ਮੈਂ ਤਾਂ ਪੜਨ ਲੱਗਿਆ ਹੋਇਆ ਨਾ ਤੇ ਐਨਕਾਂ ਛੜ ਕੁੜੀ ਤੇ ਸ਼ਹਿਰ ਟੰਡੋਰਾ ਚਲੋ ਹੁਣ ਟੰਡੋਰੇ ਤੋਂ ਅੱਗੇ ਚੱਲਦੇ ਆਪਾਂ ਹਾਂ ਇੱਕ ਬੜਾ ਖਤਰਨਾਕ ਮਾਮਲਾ ਸਾਹਮਣੇ ਆਇਆ ਕਿ ਐਡਵੋਕੇਟ ਜਨਰਲ ਪੰਜਾਬ ਅਨਮੋਲ ਰਤਨ ਸਿੱਧੂ ਜੋ ਕਿ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨੇ ਉਹ ਜਦੋਂ ਵਾਪਸ ਆ ਰਹੇ ਨੇ ਤੇ ਪਾਣੀਪਤ ਦੇ ਕਰੀਬ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਉਹਨਾਂ ਦੀ ਜਾਨਲੇਵਾ ਹਮਲਾ ਕੀਤਾ ਜਾਂਦਾ ਕੁਝ ਨੌਜਵਾਨਾਂ ਵੱਲੋਂ ਇਹ ਤਾਂ ਬਚ ਗਏ ਨੇ ਉਹ ਪਰ ਇਹ ਹਾਲਾਤ ਦੇਖੋ ਕੀ ਬਣਨੇ ਜਾ ਰਹੇ ਨੇ ਮਤਲਬ ਇੰਨੀ ਹਿੰਮਤ ਇੰਨਾ ਹੌਸਲਾ ਵਧਿਆ ਹੋਇਆ ਆ ਦੇਖੋ ਪੋਸਟ ਬੜੀ ਵੱਡੀ ਪੋਸਟ ਹੈਗੀ ਆ ਬਹੁਤ ਵੱਡੀ ਪੋਸਟ ਹੈ ਐਡਵੋਕੇਟ ਜਨਰਲ ਜਿਹੜੇ ਲੀਗਲ ਤੌਰ ਤੇ ਸਾਰੇ ਮਸਲਿਆਂ ਦਾ ਨਿਪਟਾਰਾ ਕਰਦੇ ਉਹਦੇ ਕੇਸ ਜੀ ਇਹ ਗਏ ਸੀਗੇ ਦਿੱਲੀ ਸੁਪਰੀਮ ਕੋਰਟ ਚ ਬਿਲਕੁਲ ਜੀ ਆ ਨਾਰਿਸ ਬਸ਼ਨੋਈ ਦਾ ਉਹ ਤੇ ਕੇਸ ਸੀਗਾ ਔਰ ਜਵਾਬ ਦਾ ਸਰਕਾਰਾਂ ਨੂੰ ਇਹਨਾਂ ਦੇਣਾ ਸੀਗੇ ਗਏ ਸੀਗੇ ਹੁਣ ਉਹਦੇ ਪਿੱਛੇ ਭੇਦ ਆ ਕਿ ਜਿਹੜੇ ਉਹ ਮੁੰਡੇ ਗਏ ਆ ਉਹਨਾਂ ਨੂੰ ਪਤਾ ਕਿਹੜੀ ਟ੍ਰੇਨ ਚ ਕਿਹੜੇ ਡੱਬੇ ਚ ਬੈਠੇ ਆ ਕਿਹੜੀ ਸੀਟ ਆ ਕਿੱਥੇ ਆ ਰਹੇ ਆ ਜਦੋਂ ਪਾਣੀਪਤ ਸਟੇਸ਼ਨ ਤੇ ਆ ਗਏ ਉਹ ਮੁੰਡਿਆਂ ਨੇ ਪੂਰਾ ਜਮਕਟਾ ਬਣਾ ਕੇ ਰੋਲਾ ਪਾਇਆ ਰੋਲਾ ਪਾਉਣ ਤੋਂ ਬਾਅਦ ਸ਼ੀਸ਼ਾ ਬੜਾ ਸਖਤ ਹੁੰਦਾ ਪਹਿਲੇ ਤਾਂ ਸ਼ੀਸ਼ਾ ਹੀ ਤੋੜ ਦਿੱਤਾ ਫਿਰ ਇਹਨਾਂ ਦੀ ਚਲੋ ਰਬਰ ਲੋ ਵਧਣੀ ਸੀ ਇਹਨਾਂ ਦੀ ਜ਼ਿੰਦਗੀ ਵਧਣੀ ਸੀ ਇਹਨਾਂ ਤੇ ਕੋਈ ਆਂਚ ਨਹੀਂ ਆਈ ਬਚਾਅ ਹੋ ਗਿਆ ਬਚ ਗਏ ਨੇ ਬਚ ਗਏ ਕੁਝ ਨਹੀਂ ਹੋਇਆ ਇਹਨਾਂ ਨੂੰ ਪਰ ਉਸ ਤੋਂ ਬਾਅਦ ਉਹ ਹਲਚਲ ਪੂਰੀ ਹੋਈ ਗੱਡੀ ਦੇ ਜਿਹੜੇ ਟੀਟੀ ਆ ਔਰ ਟ੍ਰੇਨ ਦੇ ਵਿੱਚ ਜਿਹੜੇ ਅਧਿਕਾਰੀ ਆ ਔਰ ਉਹਨਾਂ ਦੇ ਫੋਰਸ ਵੀ ਆ ਉਹ ਭਜਣਾ ਠੋਣਾ ਕੀਤੀ ਪਰ ਮੁੰਡੇ ਨਹੀਂ ਉਹਨਾਂ ਦੇ ਨੇੜੇ ਆਏ ਨਾ ਫੜ ਸਕੇ ਆ ਨਾ ਉਥੋਂ ਦੀ ਜਿਹੜੀ ਪੁਲਿਸ ਆ ਹਰਿਆਣੇ ਦੀ ਉਹਨੇ ਕੋਈ ਇਸ ਤਰ੍ਹਾਂ ਦੀ ਕੀਤੀ ਆ ਹਾਲਾਂਕਿ ਜਦੋਂ ਕਿ ਇਦਾਂ ਦਾ ਕੋਈ ਕੇਸ ਹੁੰਦਾ ਜਿਹੜੀ ਉਥੋਂ ਦੀ ਰੇਲੇ ਪੁਲਿਸ ਆ ਉਹ ਇੱਕਦਮ ਐਕਸ਼ਨ 'ਚ ਆਉਂਦੀ ਆ ਉਹਦਾ ਕੋਈ ਫੋਟੋ ਫੋਟੜੀ ਦਾ ਨਹੀਂ ਹੋਇਆ ਹੋ ਸਕਦਾ ਜਾਂ ਮੁੰਡੇ ਤਕੜੇ ਹੋਣਗੇ ਜਾਂ ਹੋ ਸਕਦਾ ਮੁੰਡਿਆਂ ਨੂੰ ਉਹਨਾਂ ਨੇ ਹੱਥ ਨਹੀਂ ਪਾਇਆ ਜਾਂ ਹੋ ਸਕਦਾ ਮੁੰਡੇ ਭੱਜ ਗਏ ਪਰ ਇਹ ਹੁਣ ਉਸ ਪਰਛੇ ਦਾ ਕੁਝ ਨਹੀਂ ਆਇਆ ਪਰ ਜਿਹੜੀ ਇਹ ਖਬਰ ਹੋਈ ਹੈ ਬੜੀ ਮਾਰੂ ਖਬਰ ਹੋਈ ਹੈ ਅੱਜ ਨਹੀਂ ਕੱਲ ਵੀ ਇਹ ਨਾ ਜਾਣਾ ਪੰਜਾਬ 'ਚ ਵੀ ਰਹਿਣਾ ਹੈਗਾ ਜੇ ਇੱਕ ਵਾਰੀ ਇਦਾਂ ਦਾ ਹਮਲਾ ਹੋ ਗਿਆ ਉਤਪਾਦ ਦੇ ਦੂਜੀ ਗੱਲ ਇਹ ਕਿ ਸਿਕਿਉਰਿਟੀ ਉਹਨਾਂ ਦੇ ਕਿੱਥੇ ਸੀ ਜਦੋਂ ਉਹਨਾਂ ਤੇ ਹੋਇਆ ਹਮਲਾ ਕੁਝ ਹੋਇਆ ਐਡਵੋਕੇਟ ਜਨਰਲ ਹੈ ਹੈ ਨਾ ਉਹਨਾਂ ਨਾਲ ਜਦੋਂ ਜਾ ਰਹੇ ਆ ਉਹਨਾਂ ਦੇ ਸਿਪਾਹੀ ਜਾਂ ਉਹਨਾਂ ਦੇ ਸੰਤਰੀ ਜਾਂ ਉਹਨਾਂ ਦੇ ਨਾਲ ਸੇਵਾਦਾਰ ਕੰਮ ਕਰਨ ਵਾਲੇ ਉਹ ਕਿੱਥੇ ਗਏ ਸੀ ਉਦੋਂ ਜਦੋਂ ਪੰਜਾਬ ਦੇ ਉਹ ਸਾਰੀਆਂ ਗੱਲਾਂ ਨੇ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਉਹਦੀ ਡਿਟੇਲ ਚ ਹੋਰ ਜਾਈ ਜਾਈਏ ਹੂੰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿਸੇ ਨੇ ਟਿਪ ਦਿੱਤੀ ਸੀ ਜੋ ਮਰਜ਼ੀ ਆਪਾਂ ਗੱਲਾਂ ਕਰੀ ਜਾਈਏ ਉਹ ਤਾਂ ਤਹਿਕੀਕਾ ਦਾ ਵਿਸ਼ਾ ਹੈ ਇੱਕ ਜੋ ਸਮਾਜਿਕ ਤੌਰ ਤੇ ਅਸੀਂ ਇਸ ਐਂਗਲ ਤੋਂ ਦੇਖਦੇ ਆਂ ਇਹ ਸਮਾਜ ਜਾ ਕਿੱਧਰ ਨੂੰ ਰਿਹਾ ਇਹ ਬੜਾ ਸੰਜੀਦਾ ਮਸਲਾ ਹੈ ਔਰ ਇਹ ਇੱਕ ਪਹਿਲੀ ਘਟਨਾ ਨਹੀਂ ਹੈ ਬੜੀਆਂ ਘਟਨਾਵਾਂ ਜੇ ਆਪਾਂ ਗਿਣਨ ਬੈਠੀਏ ਕੜੀ ਦਾਲ ਕੜੀ ਜੁੜੀ ਜਾਊਗੀ ਬਹੁਤ ਘਟਨਾਵਾਂ ਇਦਾਂ ਦੀਆਂ ਇਹ ਪੰਜਾਬ ਦਾ ਮਾਹੌਲ ਜਿਹੜਾ ਹੈ ਇਹ ਕਿੱਧਰ ਨੂੰ ਜਾ ਰਿਹਾ ਇਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੈ ਔਰ ਮਾਨ ਸਾਹਿਬ ਨੂੰ ਇਸ ਦੇ ਉੱਤੇ ਖਾਸ ਧਿਆਨ ਦੇਣਾ ਪੈਣਾ ਕਿਉਂਕਿ ਜਿਹੜਾ ਇਹ ਸਿਕਿਉਰਿਟੀ ਦਾ ਹੈ ਨਾ ਹਾਂ ਗੱਲ ਜਿਹੜੀ ਹੈਗੀ ਹੈ ਨਾ ਸਿਕਿਉਰਿਟੀ ਜਾਂ ਦਿੱਤੀ ਜਾਉਣਾ ਨਹੀਂ ਲਈ ਜਾਂ ਉਹ ਤਾਂ ਗੱਲ ਹੈਗੀ ਪਰ ਉਹ ਪੰਜਾਬ ਦੀ ਗੱਲ ਨਹੀਂ ਘਟਨਾ ਤਾਂ ਪਾਣੀ ਪਤਾ ਹਰਿਆਣੇ 'ਚ ਹੋ ਰਹੀ ਹੈ ਕੁਝ ਵੀ ਹੈ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਭਗਵੰਤ ਮਾਨ ਹੈ ਤਾਂ ਕੋਈ ਇਹਦਾ ਮਤਲਬ ਨਹੀਂ ਜਦੋਂ ਉਹ ਤੇ ਡਿਊਟੀ ਤੇ ਜਾ ਰਿਹਾ ਉਹ ਡਿਊਟੀ ਤੇ ਜਾ ਰਿਹਾ ਗੱਡੀ 'ਚ ਜਾ ਰਿਹਾ ਬੈਠਾ ਜਾ ਰਿਹਾ ਜੇ ਪੰਜਾਬ ਦੀ ਬਾਉਂਟੀ 'ਚ ਹੋ ਗਿਆ ਤਾਂ ਉਹਦੇ 'ਚ ਜ਼ਿੰਮੇਵਾਰ ਹੋਣਾਗਾ ਗੌਰਵ ਜੀ ਆਡ ਡਿਪਟੀ ਡਾਇਰੈਕਟਰ ਜਨਰਲ ਪਲੀਜ਼ ਤੁਹਾਡੀ ਗੱਲ ਨੂੰ ਕੱਟ ਨਹੀਂ ਦਿਆ ਮੈਂ ਇਹ ਕਹਿ ਰਿਹਾ ਹਾਂ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਇਸ ਕਰਕੇ ਮਾਨ ਸਾਹਿਬ ਨੂੰ ਖਾਸ ਇਹਦੇ ਵਿੱਚ ਧਿਆਨ ਦੇਣਾ ਪਏਗਾ ਬਹੁਤ ਇੰਪੋਰਟੈਂਟ ਪੋਸਟ ਦੇ ਉੱਤੇ ਹੈ ਕਿਉਂਕਿ ਪੰਜਾਬ ਨਾਲ ਰਿਲੇਟਡ ਨੇ ਪਰ ਜਿਹੜਾ ਮੁੱਖ ਮੰਤਰੀ ਹੈ ਇਹ ਤਾਂ ਇਹ ਨਾਲ ਤਾਂ ਨਹੀਂ ਤੁਰਿਆ ਫਿਰ ਗਿਆ ਨਹੀਂ ਤਾਂ ਇਹ ਸਕਿਉਰਟੀ ਦੀ ਨਹੀਂ ਇਹ ਕਹਿ ਰਿਹਾ ਕਿ ਸਕਿਉਰਟੀ ਦਊਗਾ ਮਾਨੂੰ ਇਹ ਚੀਜ਼ ਦੇਖਣੀ ਪਏਗੀ ਸਕਿਉਰਟੀ ਕੌਣ ਦਗਾ ਡਿਪਟੀ ਡਾਇਰੈਕਟਰ ਜਨਰਲ ਪੁਲਿਸ ਜੋ ਗੌਰਵ ਜაძੇ ਨਹੀਂ ਦੇਣੀ ਉਹ ਦੇਖੂਗਾ ਇਹ ਤਾਂ ਆਪਣੇ ਇਹਨਾਂ ਕੋ ਮਸਲੇ ਦੂਜੇ ਹੈਗਾ ਇਹ ਹੁਣ ਬਚਾਉਣ ਲਈ ਤਾਂ ਨਹੀਂ ਹੋਣਗੇ ਬਿਲਕੁਲ ਨਹੀਂ ਹੈ ਮੈਂ ਕਹਿ ਰਿਹਾ ਕਿ ਕੁਝ ਕੁਝ ਮੈਟਰਸ ਐਸੇ ਹੁੰਦੇ ਨੇ ਇੰਪੋਰਟੈਂਟ ਮੈਟਰਸ ਨੇ ਕੁਝ ਮੈਟਰਸ ਐਸੇ ਹੁੰਦੇ ਨੇ ਜਿਹਦੇ ਵਿੱਚ ਡਾਇਰੈਕਟਲੀ ਤਾਨੂੰ ਇਨਵੋਲਵ ਹੋਣਾ ਪੈਂਦਾ ਤਾਨੂੰ ਦੇਖਣਾ ਪੈਂਦਾ ਕਿ ਪੰਜਾਬ 'ਚ ਨਹੀਂ ਮਸਲੇ ਹੱਲ ਹੋਣੇ ਹੋਣਾ ਆ ਮਰਨਾ ਹੀ ਵੀ ਆ ਜਾਣਾ ਹੀ ਵੀ ਆ ਸਾਰਾ ਕੁਝ ਹੁੰਦਾ ਹੈ ਤੇ ਚੱਲੇਗਾ ਕੰਮ ਪਰ ਇਹਨੂੰ ਪਤਾ ਕਿੱਥੇ ਥੋਪਿਆ ਜਾਂਦਾ ਇਹ ਤੇ ਪਰ ਸਰਕਾਰ ਤੇ ਸੁੱਟ ਦਿੰਦੇ ਸਾਰਾ ਕੁਝ ਪਿਛਲਾ ਇਤਿਹਾਸ ਦੇਖ ਲਓ ਤੇ ਪਿਛਲੇ ਤੇ ਪ੍ਰਤਾਪ ਸਿੰਘ ਕੈਰੋਨਾ ਕਤਲ ਕਿਸ ਤਰ੍ਹਾਂ ਹੋਇਆ ਔਰ ਮੁੱਖ ਮੰਤਰੀ ਪੰਜਾਬ ਰਹੇ ਬੀਨ ਸਿੰਘ ਜੀ ਹਾਂ ਬੀਨ ਸਿੰਘ ਦਾ ਕਤਲ ਸੈਕਟਰੀਏਟ 'ਚ ਹੋਇਆ ਇਹ ਤਾਂ ਗੱਲ ਛੋਟੀ ਹੈ ਤੁਸੀਂ ਇਹ ਆਪਾਂ ਇੱਕਦਮ ਕਹਿ ਦੇਣੇ ਨਾ ਨਾ ਕਿ ਆਪ ਸਰਕਾਰ ਕੀ ਕਰ ਰਹੀ ਹੈ ਪੰਜਾਬ ਦੇ ਵਿੱਚ ਪਿਛਲੀਆਂ ਗਲਤੀਆਂ ਤੋਂ ਸਿੱਖਣਾ ਸਾਡਾ ਫਰਜ਼ ਹੈ ਔਰ ਦੇਖੋ ਪਿਛਲਾ ਇਤਿਹਾਸ ਦੇਖ ਲਓ ਕਿਨੇ ਕਿਨੇ ਲੋਕ ਮਾਰੇ ਆ ਅਗਲੇ ਪਾਰਲੀਮੈਂਟ ਦੇ ਅੰਦਰ ਜਾਵੜਦੇ ਲੋਕ ਇਹ ਹੈਗਾ ਇਹਦੇ ਵਿੱਚ ਬੜਾ ਇਹ ਹੈਗਾ ਸਾਰਾ ਕੁਝ ਔਰ ਜੇ ਕੁਝ ਅਸੀਂ ਇਹਦੇ ਤੇ ਇੱਕ ਚਿੰਤਾ ਦਾ ਪ੍ਰਗਟਾਵਾ ਕਰੀਏ ਉਹ ਨਹੀਂ ਹੁੰਦੀ ਇਹ ਲੜਾਈ ਝਗੜੇ ਹੋਣੇ ਆ ਜੇ ਅੱਜ ਅੱਜ ਜੇ ਰੰਗ ਦੇਣਗੇ ਜਾਂ ਅੱਜ ਗੱਲ ਕਰਨਗੇ ਨਾ ਉਹ ਗੱਲ ਨਹੀਂ ਹੈਗੀ ਗੱਲ ਤੇ ਹੈਗੀ ਕਿ ਜੇ ਹੋਇਆ ਤੇ ਚਲ ਬਚਾਅ ਹੋ ਗਿਆ ਉਹਨਾਂ ਦਾ ਪਰ ਉਹ ਵੀ ਐਡਵੋਕੇਟ ਜਨਰਲ ਆ ਉਹਨਾਂ ਨੂੰ ਇਹ ਚਾਹੀਦਾ ਕਿ ਮੈਂ ਚੱਲਣਾ ਕਿੱਦਾਂ ਪਹਿਲੀ ਗੱਲ ਤਾਂ ਟ੍ਰੇਨ ਤੇ ਨਹੀਂ ਜਾਂਦਾ ਉਹ ਗੱਡੀ ਲੈ ਕੇ ਆਪਣੇ ਜਾਣ ਕਾਫਲਾ ਜਾਣਾ ਚਾਹੀਦਾ ਨਾਲ ਜਦੋਂ ਜ ਜਾਣਾ ਪੁਲਿਸ ਜਾਵੇ ਨਾਲ ਅੱਗੇ ਜਾਵੇ ਬੜੀ ਵੱਡੀ ਪੋਸਟ ਹੈਗੀ ਸੁਪਰੀਮ ਕੋਰਟ ਜਾ ਰਹੇ ਹਨ ਟ੍ਰੇਨ ਚ ਕੌਣ ਬਿੰਦਾ ਕਾਮਨ ਮੈਨ ਜਾ ਰਿਹਾ ਜ ਮਪੀ ਰਿਟਾਇਰਡ ਹੈ ਨਾ ਜਿਹੜੇ ਮੈਂਬਰ ਪਾਰਲੀਮੈਂਟ ਹੋ ਜਾ ਰਹੇ ਇਹ ਐਡਵੋਕੇਟ ਜਨੇ ਦਾ ਤੁਸੀਂ ਦੇਖੋ ਇਹਨੂੰ ਸਿਕਿਉਰਿਟੀ ਨਾਲ ਲੈ ਕੇ ਜਾਈ ਸਿਕਿਉਰਿਟੀ ਆਊਗੀ ਵਾਪਸ ਇਹ ਵੀ ਥੀ ਆਗਾ ਇਹ ਉਹਨੇ ਭਗਵਾਨ ਜੀ ਮਾਨ ਨੇ ਤਾਂ ਨਹੀਂ ਕਿਹਾ ਨਾ ਕਿ ਤੁਸੀਂ ਉੱਤੇ ਚੱਲ ਜਾਓ ਡਿਸੀਜਨ ਤਾਂ ਆਪ ਲੈਣਾ ਕਿਸ ਤਰ੍ਹਾਂ ਪ੍ਰੋਟੋਕੋਲ ਬਣਿਆ ਹੋਏਗਾ ਇਹ ਕੀ ਮਿਲਦਾ ਨਨ ਡੀਏ ਡੀਏ ਮਿਲਦਾ ਮੈਂ ਉਹੀ ਕਹਿ ਰਿਹਾ ਪ੍ਰੋਟੋਕੋਲ ਕੀ ਬਣਿਆ ਹੋਏਗਾ ਕਿਦਾਂ ਡਿਸੀਜਨ ਹੋਇਆ ਹੋਏਗਾ ਆਫਿਸ ਵੱਲੋਂ ਕਿਉਂਕਿ ਬਿਨਾ ਆਫਿਸ ਦੀ رائے ਤੋਂ ਜਾਂ ਬਿਨਾ ਆਫਿਸ ਦੇ ਡਿਸੀਜਨ ਤੋਂ ਤਾਂ ਮੂਵ ਨਹੀਂ ਨਾ ਕਰਨਗੇ ਕਿਉਂਕਿ ਇੰਪੋਰਟੈਂਟ ਪੋਸਟ ਹੈ ਉਹਨੇ ਅੰਦਰਲੀ ਗੱਲ ਕੀਤੀ ਹੈ ਇਹ ਤਾਂ ਹੁਣ ਟੈਕੀਕਾਤ ਦਾ ਵਿਸ਼ਾ ਹੈ ਬਟੇ ਗਵਰਨਮੈਂਟ ਨੂੰ ਮੈਂ ਕਹਿ ਰਿਹਾ ਕਿ ਬੜੀ ਇੰਪੋਰਟੈਂਟ ਪੋਸਟ ਆ ਇਹ ਸਾਰੇ ਹਾਲਾਤ ਜਿਹੜੇ ਨੇ ਇਹ ਇਸ ਵੱਲ ਸੰਕੇਤ ਕਰਦੇ ਨੇ ਕਿ ਗਵਰਨਮੈਂਟ ਨੂੰ ਡਾਇਰੈਕਟਲੀ ਸਿਕਿਉਰਿਟੀ ਐਂਡ ਲਾਅ ਐਂਡ ਕੁਤਿ ਕਰਦੇ ਤੁਸੀਂ ਉਸ ਤੇ ਮੈਮੋਰੰਡਮ ਦੇ ਉਸ ਤੇ ਦਾ ਰਿਟਰਨ ਲਾਓ ਇਹ ਰਿਟਰਨ ਲੈਣਾ ਪੈਂਦਾ ਕਿ ਚੁੱਪ ਕਰਕੇ ਜੇ ਤੁਸੀਂ ਆਪਣਾ ਮੂੰਹ ਬੰਦ ਕਰਕੇ ਤੁਰਪੋਗੇ ਤੇ ਰਿਸਕ ਹੈ ਇਹ ਵੀ ਚਲੋ ਆਪਾਂ ਹੁਣ ਅੱਗੇ ਵਧਦੇ ਆ ਕਿ ਯਸ਼ਵੰਤ ਸੇਨਾ ਜੋ ਰਾਸ਼ਟਰਪਤੀ ਦੀ ਦੌੜ ਵਿੱਚ ਨੇ ਹੂੰ ਤੇ ਨਾਲ ਦ੍ਰੋਪਦੀ ਮੁਰਮਮ ਨੇ ਹਾਂ ਸੋ ਜਸ਼ਵੰਤ ਸੇਨਾ ਜੀ ਦਾ ਕਹਿਣਾ ਹੈ ਕਿ ਜੋ ਭਾਜਪਾ ਹੈ ਉਹ ਦੇਸ਼ ਦੀ ਜਮਹੂਰੀਅਤ ਦਾ ਡੈਮੋਕ੍ਰੇਸੀ ਦਾ ਕਾਹਨ ਕਰਦੀ ਪਈ ਹੈ ਇਹ ਬਹੁਤ ਵੱਡਾ ਦੋਸ਼ ਲਾਇਆ ਉਹਨਾਂ ਨੇ ਬੀਜੇਪੀ ਦੇ ਉੱਤੇ ਕੋਈ ਛੋਟਾ ਦੋਸ਼ ਨਹੀਂ ਹੈ ਔਰ ਉਸ ਕੈਂਡੀਡੇਟ ਵੱਲੋਂ ਜੋ ਰਾਸ਼ਟਰਪਤੀ ਦੀ ਚੋਣ ਲੜਨ ਜਾ ਰਹੇ ਹਾਂ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਦਾ ਜਿਹੜਾ ਕਾਹਨ ਕਰ ਦਿੱਤਾ ਕਿਲ ਕਰ ਰਹੀ ਹੈ ਮਾਰ ਰਹੀ ਹੈ ਲੋਕਤੰਤਰ ਦਾ ਖਾਤਮਾ ਕਰ ਦਿੱਤਾ ਕਿਉਂਕਿ ਉਹ ਵੀ ਵੁੱਡ ਬੀ ਪ੍ਰੈਜ਼ੀਡੈਂਟ ਦੇ ਲਈ ਆ ਰਹੇ ਆ ਔਰ ਉਹ ਚੋਣ ਲੜ ਰਹੇ ਆ ਔਰ ਬੜੇ ਪੁਰਾਣੇ ਨੇਤਾ ਆ ਗਏ ਆ ਔਰ ਫਾਈਨੈਂਸ ਮਿਨਿਸਟਰ ਵੀ ਰਹੇ ਆ ਔਰ ਉਹਨਾਂ ਨੇ ਬੜਾ ਕੁਝ ਕੀਤਾ ਔਰ ਸਭ ਤੋਂ ਵੱਡੀ ਗੱਲ ਉਹ ਬੀਜੇਪੀ ਤੇ ਹੀ ਨੇ ਬੀਜੇ ਹਾਂ ਐਨਡੀਏ ਦੇ ਬੀਜੇਪੀ ਦੇ ਆ ਬਿਲਕੁਲ ਔਰ ਇਹ ਚ ਹੁਣ ਜਿਹੜੀ ਦਰੂਪਦੀ ਮਰਮਨ ਜੀ ਆ ਰਹੇ ਆ ਉਹ ਤਾਂ ਉਹ ਐਨਡੀ ਵੱਲੋਂ ਆ ਰਹੇ ਇਹ ਵਿਰੋਧੀ ਪਾਰਟੀਆਂ ਦੇ ਨੇਤਾ ਬਿਲਕੁਲ ਔਰ ਇੱਕ 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 ਚੀਜ਼ ਹੈ ਜਿਹੜੀ ਧਿਆਨ ਦੇਣ ਵਾਲੀ ਹੈ ਐਡਾ ਵੱਡਾ ਬਿਆਨ ਮਤਲਬ ਖੁਦ ਵੀ ਬੀਜੇਪੀ ਤੋਂ ਹੀ ਨੇ ਔਰ ਇਸ ਵਕਤ ਤੁਸੀਂ ਐਡਾ ਵੱਡਾ ਬਿਆਨ ਦੇ ਰਹੇ ਹੋ ਔਰ ਬੀਜੇਪੀ ਸੈਂਟਰ ਗਵਰਨਮੈਂਟ ਹੈ ਸਾਡੀ ਔਰ ਭਾਜਪੀ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਡੈਮੋਕਰੇਸੀ ਦਾ ਕਾਹਨ ਕਰਦੇ ਪਿਓ ਔਰ ਇਹ ਗੱਲਾਂ ਸਿਰਫ ਯਸ਼ਵੰਤ ਸੇਨਾ ਨੇ ਕਹ ਰਹੇ ਹੋਰ ਵੀ ਕਾਫੀ ਲੋਕਾਂ ਦੇ ਮੂੰਹੋਂ ਸੁਣੀਆਂ ਨੇ ਔਰ ਬੜੀਆਂ ਵੱਡੀਆਂ ਵੱਡੀਆਂ ਪੋਸਟ ਦੇ ਉੱਤੇ ਬੈਠੇ ਹੋਏ ਲੋਕਾਂ ਨੇ ਗੱਲਾਂ ਕਹੀਆਂ ਨੇ ਇਹ ਵਾਕਈ ਸੱਚ ਹੈ ਜਾਂ ਇਹ ਵੀ ਸਿਰਫ ਇਲਜ਼ਾਮ ਲੱਗੇ ਹੋਏ ਨੇ ਹਾਂ ਨੇ ਇਹ ਤਾਂ ਇਥੋਂ ਦੇਖਿਆ ਜਾ ਸਕਦਾ ਕਿ ਜਿਹੜੇ ਜਿੱਥੇ ਜਿੱਥੇ ਵੀ ਹੋਇਆ ਜਿੱਥੇ ਜੇ ਬਲਡੋਜ਼ਰ ਚੱਲੇ ਆ ਉਹ ਰੌਲਾ ਪਿਆ ਜਿੱਥੇ-ਇਥੇ ਘਟ ਗਿੰਟੀਆਂ ਨੂੰ ਤੰਗ ਕੀਤਾ ਗਿਆ ਜਿੱਥੇ-ਜਿੱਥੇ ਇਹ ਹੋਇਆ ਇਹ ਉਹਨਾਂ ਨਾਲ ਲੈ ਕੇ ਗਿਆ ਜਿੰਦਾ ਪੱਛਮੀ ਬੰਗਾਲ ਚ ਦੇਖ ਲੋ ਕੀ ਕੁਛ ਹੋਇਆ ਸੀ ਬਿਲਕੁਲ ਔਰ ਦੂਜੇ ਤੁਸੀਂ ਗੁਜਰਾਤ ਚ ਦੇਖ ਗੁਜਰਾਤ ਚ ਕੀ ਹੋਇਆ ਸੀ ਉਹ ਜ਼ਮਾਨਾ ਯਾਦ ਕਰੋ ਜਦੋਂ ਗੱਡੀਆਂ ਚ ਅੱਗ ਲਾ ਕੇ ਮਰੇ ਲੋਕ ਉਹ ਟਾਈਮ ਔਰ ਉਹਦੇ ਵਿੱਚ ਬਾਕੀ ਸੂਬਿਆਂ ਚ ਵੀ ਹੁੰਦਾ ਰਿਹਾ ਪੰਜਾਬ ਚ ਕੀ ਹੋਇਆ ਉਸ ਟਾਈਮ ਤੇ ਹਰ ਸੂਬੇ ਚ ਕੁਛ ਨਾ ਕੁਛ ਤੇ ਗੜਬੜ ਹੁੰਦੀ ਰਹੀ ਹੈ ਜਿਵੇਂ ਪੂਰਾ ਹਿੰਦੁਸਤਾਨ ਦਾ ਖਾਕਾ ਗੇ ਰੱਖ ਲਈਏ ਔਰ ਉਹਨੂੰ ਵੇਖੇ ਕਿ ਕਿਹੜੇ ਕਿਹੜੇ ਪ੍ਰਦੇਸ਼ ਚ ਕਿਹੜੇ ਕਿਹੜੇ ਸੂਬੇ ਚ ਕਦੋਂ ਤੇ ਕੀ ਹੋਇਆ ਔਰ ਤੁਹਾਨੂੰ ਉਹ ਸਾਰਾ ਕੁਝ ਵੇਖ ਵੇਖ ਕੇ ਤੁਹਾਡੇ ਅੱਖਾਂ ਚੋਂ ਦਿਲਿਆ ਜਾਣਗੀਆਂ ਬਿਲਕੁਲ ਸਹੀ ਪਰ ਇਹ ਕੱਲੇ ਜਸਨ ਸਿੰਘਾ ਜੀ ਨੇ ਕਿਹਾ ਕਿਉਂਕਿ ਉਹ ਬੜੇ ਪੁਰਾਣੇ ਲੀਡਰ ਇੱਕ ਗੱਲ ਹੈਗੀ ਕਿ ਉਹਨਾਂ ਨੇ ਐਨਡੀ ਦੇ ਉਹਨਾਂ ਨੇ ਕਿਹਾ ਕਿ ਜਦੋਂ ਐਨਡੀ ਸੀ ਜੋ ਮੈਂਬਰ ਸੀਗੇ ਉਦੋਂ ਇਹ ਨਹੀਂ ਸੀਗਾ ਕਾਣ ਬੱਚਾ ਹੁੰਦਾ ਹੁਣ ਕਾਣ ਬੱਚਾ ਜ਼ਿਆਦਾ ਹੋ ਗਿਆ ਕਿਉਂਕਿ ਇਹ ਉਹਨਾਂ ਦੀ ਜ਼ੁਬਾਨੀ ਆ ਜਾਂ ਬਾਕੀ ਨੇਤਾ ਦੀ ਜ਼ੁਬਾਨੀ ਆ ਇਹ ਕੱਲਾ ਮੀਡੀਆ ਨਹੀਂ ਕਹਿ ਰਿਹਾ ਨਾ ਕੋਈ ਪਬਲਿਕ ਕਹਿ ਰਹੀ ਆ ਇਹ ਨੇਤਾ ਖੁਦ ਆਪ ਕਹਿ ਰਿਹਾ ਔਰ ਇਸ ਕੇ ਕਰਕੇ ਕਹਿ ਰਿਹਾ ਕਿ ਹੁਣ ਉਹ ਕਿ ਉਹਨਾਂ ਨੇ ਕਹਿਤਾ ਕਿ ਇੱਕ ਕਬਾਈਲੀ ਜਿਹੜੀ ਔਰਤ ਆ द्रौपदी जी नु नॉमिनेट ਕਰ ਰਹੇ ਆ ਐਨਡੀਆ ਵਾਲੇ ਕਹਿੰਦੇ ਹੁਣ ਉਹਨਾਂ ਨੇ ਕਿਹਾ ਕਿ ਕਬਾਇਲੀ ਵੋਟਾਂ ਜਿਹੜੀਆਂ ਸਾਡੇ ਅਧਿਕਾਰ ਖੇਤਰ ਚ ਆ ਜਾਣਗੀਆਂ ਇਹਨਾਂ ਨੂੰ ਅਸੀਂ ਸਹੂਲਤਾਂ ਦੇਵਾਂਗੇ ਕਿਉਂਕਿ ਉਹ ਅੱਗੇ ਸਾਬਕਾ ਰਾਜਪਾਲ ਵੀ reh ਚੁੱਕੇ ਆਂ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ 8 ਸਾਲ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਚੇਤਾ ਆ ਉਹਨਾਂ ਲੋਕਾਂ ਦਾ ਹੁਣ ਇਹ ਚੇਤਾ ਆ ਗਿਆ ਪਰ ਦੇਖੋ ਜੇ ਵੀ ਆਵਾਜ਼ ਜਦੋਂ ਜਿੱਧਰ ਚੱਲਦੀ ਆ ਵਾਪੁਰੇ ਦੀ ਚੱਲਦੀ ਆ ਜਾਂ ਵਾ ਤੁਹਾਡੇ ਕੋਈ ਵਿਰੋਧ ਚੱਲਦੀ ਆ ਪਰ ਉਹ ਹਵਾ ਉਹੀ ਬਿਹਤਰ ਹੁੰਦੀ ਆ ਜਿਹੜੀ ਤੁਹਾਡੇ ਫੇਵਰਟ ਚ ਚੱਲਦੀ ਆ ਉਹਨਾਂ ਐਨਡੀ ਦੇ ਫੇਵਰ ਚ ਹੈਗੀ ਇਹ ਗੱਲ ਕਿ ਇਹ ਨਾਮਿਨੇਟ ਹੋ ਜੂਗਾ ਔਰ ਨਾਮਿਨੇਟ ਨਾਮਿਨੇਸ਼ਨ ਤਾਂ ਪਾ ਦੇਣਾ ਨੇ ਪ੍ਰੈਜ਼ੀਡੈਂਟ ਬੜਨਾ ਔਰ ਜਸਵੰਤ ਸਿੰਘ ਜੀ ਨੂੰ ਇਹ ਪਤਾ ਲੱਗ ਚੁੱਕਿਆ ਕਿ ਜਦੋਂ ਰੂਲਿੰਗ ਪਾਰਟੀ ਜੀ ਦੇ ਪਿੱਛੇ ਹੈਗੀ ਆ ਔਰ ਜਿਹਦੇ ਪਿੱਛੇ ਹੁਣ ਉਹਨਾਂ ਨੇ ਅੱਜ ਬੈਲਟ ਪੇਪਰ ਸ਼ੁਰੂ ਕਰ ਦਿੱਤੇ ਔਰ ਚ ਮੁੱਖ ਕਮ ਚੋਣ ਕਮਿਸ਼ਨਰ ਉਹਨਾਂ ਨੇ ਐਕਸ਼ਨ ਚ ਆ ਗਏ ਆ ਰਾਜੂ ਜੀ ਉਹ ਆਂਦੇ ਉਹਨਾਂ ਨੂੰ ਔਰ ਆ ਕੇ ਉਹਨਾਂ ਨੇ ਮੈਂ ਮੈਂ ਇੱਕ ਗਲਤ ਸੋਚਦਾ ਇਹ ਤਾਂ ਸਾਰਾ ਪ੍ਰੋਸੈਸ ਸ਼ੁਰੂ ਹੋ ਗਿਆ ਮੈਂ ਗਲਤ ਸੋਚਦਾ ਹੂੰ ਕਿਉਂਕਿ ਇਹ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਕਿ ਦ੍ਰੋਪਦੀ ਜੀ ਨੇ ਹੀ ਬਣਨਾ ਹੈ ਮੈਂ ਗਲਤ ਸੋਚਦਾ ਕਿ ਮੰਨ ਲਓ ਯਸ਼ਵੰਤ ਸੇਨਾ ਬਣ ਜਾਂਦੇ ਨੇ ਔਰ ਉਸ ਵਕਤ ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਉਹਨਾਂ ਨੇ ਅੱਜ ਦਿੱਤੀ ਹੈ ਕਿ ਬੀਜੇਪੀ ਡੈਮੋਕਰੇਸੀ ਦਾ ਕਾਹਨ ਕਰਦੀ ਪਈ ਹੈ ਭਾਰਤ ਦੇ ਵਿੱਚ ਔਰ ਯਸ਼ਵੰਤ ਸੇਨਾ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਜਾਂਦੇ ਨੇ ਤੇ ਇਹ ਵਿਚਾਰਤਾ ਰਹਿ ਹੈ ਉਹਨਾਂ ਦੀ ਤੇ ਸੈਂਟਰ ਦੇ ਵਿੱਚ ਬੀਜੇਪੀ ਹੈ ਤੇ ਦੱਸੋ ਇਹ ਕੀ ਇਕੁਏਸ਼ਨ ਬਣਦੀ ਏ ਖਿੱਚਾ ਤਾ ਨਹੀਂ ਨਹੀਂ ਇਹ ਚੰਦ ਬਣਦੇ ਆ ਨਾ ਇਹ ਜੇ ਬਣ ਗਏ ਇਹ ਆਪੋਜੀਸ਼ਨ ਨੂੰ ਅਨਵਾਰੇ ਇਹਨੂੰ ਬਿਲਕੁਲ ਆਪੋਜੀਸ਼ਨ ਵੱਲ ਅਨਵਾਰੇ ਆ ਨਾ ਇਹਨਾਂ ਨੂੰ ਜਿਹੜੇ ਵਿਰੋਧੀ ਪਾਰਟੀਆਂ ਉਹ ਲਹਿਾਰੀਆਂ ਉਧਰ ਨਾਮਿਨੇਸ਼ਨ ਕਰਨਗੇ ਜਿਹੜਾ ਪ੍ਰੈਜ਼ੀਡੈਂਟ ਬਣ ਗਏ ਪਰ ਉਹਨਾਂ ਦੇ ਇੱਕ ਹੋਰ ਵੀ ਉਹਨਾਂ ਨੇ ਕਿਹਾ ਉਹਨਾਂ ਨੁਕਤੇ ਚੁੱਕਿਆ ਹੁੰਦਾ ਜਿਹੜੇ ਪ੍ਰਧਾਨ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਐਕਸ਼ਨ 'ਚ ਹੁੰਦਾ ਹਿੰਦੁਸਤਾਨ ਦੀ ਡੈਮੋਕ੍ਰੇਸੀ 'ਚ ਜਿਹੜਾ ਰਾਸ਼ਟਰਪਤੀ ਆ ਉਹ ਮਿੱਟੀ ਦਾ ਮਾਦੋ ਬਣਾ ਕੇ ਰੱਖਦੇ ਉਹਨੂੰ ਆਪਣੇ ਜੋ ਮਰਜ਼ੀ ਤਰੀਕੇ ਨਾਲ ਰਬਰ ਸਟੈਂਪ ਦੇ ਤੌਰ ਤੇ ਵਰਤਿਆ ਜਾਂਦਾ ਉਹਨ ਇਹ ਮੀਡੀਆ ਜਾਂ ਮੈਂ ਨਹੀਂ ਕਹਿ ਰਿਹਾ ਉਹਨਾਂ ਦਾ ਬਿਆਨ ਪੜ੍ਹਿਆ ਖੁੱਲਾ ਉਹਨਾਂ ਕਿਹਾ ਕਿ ਹੁਣ ਨੀਗਾ ਅੰਦੇ ਪਿੱਛੇ ਤੋਂ ਸਦੀਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਵਰਤਦੇ ਰਾਸ਼ਟਰਪਤੀ ਨੂੰ ਡੈਮੋਕ੍ਰੇਸੀ ਆਫ ਇੰਡੀਆ ਦੀ ਜੈ ਇਸ ਤਰ੍ਹਾਂ ਵਰਤਿਆ ਜਾਂਦਾ ਜ਼ਬਰਦ ਸਟੈਂਪ ਕੀਤਾ ਜਾਂਦਾ ਹਾਂ ਯਸ ਇਹ ਕਹਿ ਰਹੇ ਹਾਂ ਦਾ ਨਾ ਕਿ ਪਾਵਰਫੁੱਲ ਹੁੰਦਾ ਸਭ ਤੋਂ ਪਾਵਰਫੁੱਲ ਤਿੰਨਾਂ ਸੈਨਾਵਾਂ ਦਾ ਮੁਖੀ ਮੁਖੀ ਔਰ ਨੰਬਰ 1 ਸਿਟੀਜ਼ਨ ਆਫ ਇੰਡੀਆ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਖੈਰ ਉਹਨਾਂ ਦੀ ਆਪਣੀ ਗੱਲ ਹੈ ਪਰ ਇਹ ਬਹੁਤ ਵੱਡਾ ਇਲਜ਼ਾਮ ਹੈ ਔਰ ਦੇਖਿਆ ਜਬ ਇਹ ਇੱਕ ਤਰ੍ਹਾਂ ਨਾਲ ਜਨਤਾ ਦੀ ਅਦਾਲਤ ਵਿੱਚ ਜਨਤਾ ਦੇ ਕਟਹਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਭਾਜਪਾ ਨੂੰ ਯਸ਼ਵੰਤ सिन्हा ਜੀ ਦੀ ਇਸ ਸਟੇਟਮੈਂਟ ਨੇ ਜੋ ਕਿ ਰਾਸ਼ਟਰਪਤੀ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਨੇ ਸੋ ਆਪਾਂ ਅੱਗੇ ਵਧਦੇ ਹਾਂ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਸਿਆਸੀ ਧੜੇ ਇੱਕ ਨਮੀਆਂ ਮੰਗਾ ਲੈ ਕੇ ਆਏ ਨੇ ਨਵਾਂ ਚਾਰਟਰ ਬਣਾਉਣਾ ਹੈ ਜਿਹੜਾ ਉਹਨਾਂ ਨੇ ਕੇਂਦਰ ਨੂੰ ਪੇਸ਼ ਕਰਨਾ ਹੈ ਕਿਉਂਕਿ ਆਪਾਂ ਦੇਖਦੇ ਆ ਕਿਸਾਨ ਅੰਦੋਲਨ ਤੋਂ ਬਾਅਦ ਫਿਰ ਕਿਸਾਨ ਅੰਦੋਲਨ ਤੋਂ ਬਾਅਦ ਰਾਜਨੀਤੀ ਦੇ ਵਿੱਚ ਪਰਵੇਸ਼ ਤੇ ਰਾਜਨੀਤੀ ਦੇ ਪਰਵੇਸ਼ ਤੋਂ ਬਾਅਦ ਜੋ ਹਾਲ ਹੋਇਆ ਓਬਵੀਅਸੀ ਜਾਣਦੇ ਆ ਕਿ ਕੋਈ ਵੀ ਸੀਟ ਨਹੀਂ ਮਿਲੀ ਟੋਟਲੀ ਹਾਰ ਕੇ ਵਾਸ਼ ਆਊਟ ਹੁਣ ਫਿਰ ਤੋਂ ਉਹ ਪੁਰਾਣੇ ਜਲਵੇ ਨੂੰ ਦੁਹਰਾਣਾ ਚਾਹੁੰਦੇ ਨੇ ਔਰ ਨਵੀਆਂ ਮੰਗਾ ਲੈ ਕੇ ਆਉਣਾ ਚਾਹੁੰਦੇ ਨੇ ਪਤਾ ਨਹੀਂ ਲੋਕਾਂ ਵੱਲੋਂ ਉਹ ਇਹਨਾਂ ਨੂੰ ਹੱਲਾਸ਼ੇਰੀ ਮਿਲਨੀ ਹੈ ਕਿ ਨਹੀਂ ਮਿਲਨੀ ਪਰ ਉਹ ਆਪਣੀ ਕੋਸ਼ਿਸ਼ ਪੂਰੀ ਤਰ੍ਹਾਂ ਲੱਗੇ ਹੋਏ ਨੇ ਪਰ ਤੁਸੀਂ ਇੱਕ ਤਰ੍ਹਾਂ ਨਾਲ ਦੇਖਦੇ ਹੋ ਨਾ ਕਿ ਕਿਤੇ ਨਾ ਕਿਤੇ ਠੀਕ ਹੈ ਅਸੀਂ ਸਾਰੇ ਇੱਜ਼ਤ ਕਰਦੇ ਹਾਂ 700 ਸਵਰਥ ਜਾਣਾਂ ਗਈਆਂ ਨੇ ਪਰ ਜੋ ਉਹ ਗ੍ਰੇਸ ਬਣੀ ਹੋਈ ਸੀ ਰਾਜਨੀਤੀ ਦੇ ਵਿੱਚ ਆਣ ਕਰਕੇ ਉਸ ਗ੍ਰੇਸ ਨੂੰ ਕਿਤੇ ਨਾ ਕਿਤੇ ਛੱਟ ਲੱਗੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਜਦੋਂ ਕਾ ਚੱਲਿਆ ਅੰਦੋਲਨ ਚੱਲਿਆ ਲੋਕਾਂ ਨੇ ਬੜਾ ਇਹਦਾ ਸਤਿਕਾਰ ਕੀਤਾ ਮੋਢੇ ਨਾਲ ਮੋਢਾ ਜੋੜ ਕੇ ਲੋਕ ਚੱਲੇ ਪਬਲਿਕ ਪੂਰੀ ਹਿੰਦੁਸਤਾਨ ਦੀ ਨੇ ਬਿਲਕੁਲ ਚੱਲੇ ਇਹ ਤੇ ਨਾ ਕੇਵਲ ਪਬਲਿਕ ਆਧਕਾਰੀ ਵਕੀਲ ਵੀ ਆਗੇ ਸਿਰ ਚ ਗਾਇਕ ਵੀ ਇਹਦੇ ਚ ਆਗੇ ਸੀਗੇ ਕਿਰਤੀ ਮਜ਼ਦੂਰ ਵੀ ਆਗੇ ਸੀਗੇ ਔਰਤ ਜਿਹੜੀਆਂ ਕਮਿਸ਼ਨਰਾਂ ਦੇ ਉਹ ਵੀ ਲੋਕ ਆਗੇ ਸੀਗੇ ਹਾਂਜੀ ਬੱਚਾ ਬੱਚਾ ਇਸ ਅੰਦੋਲਨ ਚ ਸ਼ਾਮਲ ਹੋ ਗਿਆ ਸੀਗਾ ਫਿਰ ਕਰਕੇ ਕੇਂਦਰ ਸਰਕਾਰ ਨੂੰ ਇਹਦਾ ਪਤਾ ਲੱਗਾ ਹਲੂਨਾ ਆਇਆ ਤੇ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਦਿਨ ਤੇ ਮubaruk ਮੌਕੇ ਤੇ ਉਹਨਾਂ ਨੇ ਬਿਲਕੁਲ ਇਤਨੇ ਕਾਨੂੰਨ ਜਿਹੜੇ ਵਾਪਸ ਲੈ ਲਏ ਸੀ ਜਿਨ੍ਹਾਂ ਨੂੰ ਕਾਲੇ ਕਾਨੂੰਨ ਦਾ ਨਾਮ ਲਿਆ ਗਿਆ ਉਦੋਂ ਬਾਅਦ ਇਸੇ ਜਥੇਬੰਦੀ ਨੇ ਜਿੱਦੇ ਚ ਰਾਜਗIRI ਜਾਂ ਰਾਜਨੇਤਾ ਬਣ ਗਏ ਇਲੈਕਸ਼ਨ ਲੜੀ ਇਹਨਾਂ ਨੇ ਔਰ ਰਾਜਵਾਲ ਵੀ ਆ ਗਏ ਉਹਨਾਂ ਚ ਹੋਰ ਲੋਕ ਵੀ ਆਏ ਬਕਾਇਤ ਸਾਹਿਬ ਇਤੋਂ ਦੂਰ ਹੈ ਔਰ ਉਹ ਹੁਣ ਇਹਨਾਂ ਨੇ ਨਿਰੋਲ ਕਰ ਦਿੱਤਾ ਕਿ ਉਹ ਆ ਜਿਹੜਾ ਹੁਣ ਮੋਰਚਾ ਲਾਇਆ ਇਹਦੇ ਚ ਉਹਨਾਂ ਨੂੰ ਥੋੜਾ ਜਿਹਾ ਵੱਖਰਾ ਰੱਖ ਕੇ ਸੰਯੁਕਤ ਮੋਰਚਾ ਹੈਗਾ ਉਹਦੇ ਚ ਇਹਨਾਂ ਦੀ ਬਾਕੀ ਜਥੇਬੰਦੀਆਂ ਆ ਗਈਆਂ ਪਰ ਇਹਦੇ ਚੰਨ ਨੇ ਇਹ ਕਿ ਸਾਨੂੰ ਜਿਹੜੀ ਐਮਐਸਪੀ ਜਿਹੜੀ ਸੀ ਮੈਨੂੰ ਵੀ ਮਾਮੂਸ ਹੋਰ ਸਪਰਾਈਡ ਆ ਪ੍ਰਾਈਸ ਆ ਉਹਦੇ ਬਾਰੇ ਸਾਨੂੰ ਕੁਝ ਦੱਸੋ ਕਿ ਉਹਦਾ ਕੀ ਬਣਿਆ ਹੈ ਕੀ ਬਣਿਆ ਹੈ ਹਣਾ ਉਹ ਜਿਹੜਾ ਸਮਰਥਾ ਮੁੱਲ ਹੁੰਦਾ ਘਟੂ ਘਟੂ ਸਮਰਥਨ ਬੋਲ ਉਹ ਜਿਹੜਾ ਉਹਦਾ ਸਾਨੂੰ ਕੀ ਬਣਾਇਆ ਕਮੇਟੀ ਕਿਹੜੀ ਬਣਾਈ ਸੀ ਔਰ ਉਹ ਗੱਲ ਹੋ ਰਹੀ ਹੈ ਕਮੇਟੀ ਇੱਕ ਨਾਂ ਦੀ ਕਮੇਟੀ ਜਿਹੜੀ ਰਹੀ ਹੈ ਔਰ ਉਹਦੇ ਚ ਕਿਸਾਨ ਵੀ ਸ਼ਾਇਦ ਉਸ ਤੋਂ ਥੋੜਾ ਜਿਆਦਾ ਦੂਰ ਹੈਗੇ ਉਹਨਾਂ ਨੇ ਇਹਦਾ ਇਹਨਾਂ ਦਾ ਇੱਕ ਨੁਮਾਇੰਦਾ ਭੰਗਿਆ ਸੀ ਤਨ ਮੰਤਰੀ ਉਹਨਾਂ ਦੇ ਸੀਗੇ ਤੇ ਤੈਨ ਇੱਕ ਇਹਨਾਂ ਦਾ ਮੰਗਿਆ ਸੀਗਾ ਇਹਨਾਂ ਨੇ ਕਿਹਾ ਕਿ ਅਸੀਂ ਦੇਨੇ ਆ ਜਿਵੇਂ ਖਰੋ ਜੋ ਉਹ ਗੱਲ ਉਹਨੂੰ ਤੋਂ ਖਲੋਦੋ ਖਲੋਜੋ ਕਰਦਿਆਂ ਚੋ ਠੰਡੇ ਪਾਸੇ ਚ ਪੈ ਗਈ ਅਜੇ ਤੱਕ ਉਹਦਾ ਕੁਝ ਨਹੀਂ ਬਣਿਆ ਪ੍ਰੋਸੈਸ ਸਮਰਥਨ ਮੁੱਲ ਨਹੀਂ ਬਣਿਆ ਬਣਿਆ ਉਹ ਤੋਂ ਬਾਅਦ ਭਗਵੰਤ ਮਾਨ ਜੀ ਨੇ ਵੀ ਦੇਖ ਕੇ ਭੇਜਿਆ ਮੂੰਗੀ ਦੀ ਫਸਲ ਦਾ ਜਿਹੜਾ ਸੀਗਾ ਦਾਲਾਂ ਦਾ ਉਹ 75 172 ਰੁਪਏ ਮਿਲਿਆ ਉਹਦਾ 7572 ਰੁਪਏ ਉਹਦਾ ਮੁੱਲ ਨਿਯਤ ਹੋ ਗਿਆ ਔਰ ਉਹਨਾਂ ਨੇ 1500 ਰੁਪਏ ਜਿਹੜਾ ਹੁਣ ਲੈਣਾ ਸੀ ਇਹਨਾਂ ਨੇ ਸਿੱਧੀ ਭੁਜਾਈ ਦੀ ਉਹ ਵੀ ਅਮਿਤ ਸ਼ਾਹ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖੀ ਇਹਨਾਂ ਨੇ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਪੰਜਾਬ ਗਵਰਨਮੈਂਟ ਦੇ ਦੇ ਕੋਲ ਰੜਕੇ ਦੇ ਰਹੇ ਨਾ ਉਹਨਾਂ ਨੇ ਕੀਤੀ ਪਾਇਆ ਨਾ ਉਧਰੋਂ ਪੂਰੀ ਹੋਇਆ ਇਤਨਾ ਇਤਨਾ ਕੋਈ ਪਤਾ ਲੱਗਾ ਲੰਬੀਆਂ ਲੰਬੀਆਂ ਚਿੱਠੀਆਂ ਚਿੱਠੀ ਜਾ ਰਹੀ ਹੈ ਚਿੱਠੀ ਆ ਰਹੀ ਹੈ ਰੈਫਰੈਂਸ ਜਾ ਰਿਹਾ ਹੈ ਰੈਫਰੈਂਸ ਆ ਰਿਹਾ ਹੈ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਉਸ ਤੋਂ ਬਾਅਦ ਤੁਸੀਂ ਇਹਦਾ ਪੂਰਾ ਬਜਟ ਬਣਾ ਕੇ ਭੇਜੋ ਉਧਰੋਂ ਬਜਟ ਬਣਾ ਕੇ ਭਜਣ ਦੀ process process ਚੱਲੀ ਜਾਂਦਾ ਹੈ ਉਹ ਇੱਕ ਛੋਟੀ ਜੀ ਗੱਲ ਆ ਬੰਦਾ ਸਿਲੈਕਟ ਹੋਇਆ ਹਾਂ ਦਫ਼ਤਰ ਦੇ ਵਿੱਚ ਕੰਪਿਊਟਰ ਆਪਰੇਟਰ ਤੇ ਹੁਣ ਉਹ ਬੈਠਿਆ ਕਰੇ ਤੇ ਉਹਦੇ ਪੈਰ ਦੁਖਣ ਹਾਂ ਉਹਨੂੰ ਥੋੜੀ ਪ੍ਰੋਬਲਮ ਸੀ ਉਹ ਕਹਿੰਦਾ ਮੈਨੂੰ ਫੁੱਟ ਰੈਸਟ ਦੇ ਦਿਓ ਮੈਂ ਉਹਦੇ ਤੇ ਪੈਰ ਰੱਖ ਕੇ ਬਹਿ ਜਾ ਕਰਾਂਗਾ ਹਾਂ ਫੁੱਟ ਰੈਸਟ ਦੇ ਉੱਤੇ ਪੈਰ ਰੱਖਣ ਵਾਸਤੇ ਉਹਨੇ ਐਪਲੀਕੇਸ਼ਨ ਕੀ ਦੇਣੀ ਸੀ ਉੱਧਰ ਜਾ ਕੇ ਸਿੱਧਾ ਮਿਲਿਆ ਹਾਂ ਤੇ ਅਫੀਸਰ ਕਹਿੰਦਾ ਤੂੰ ਤੇ ਕਲਰਕ ਹੈ ਤੈਨੂੰ ਤੇ ਮਿਲ ਨਹੀਂ ਸਕਦਾ ਨਾ ਇਹ ਤਾਂ ਅਫੀਸਰ ਵਾਸਤੇ ਹੁੰਦਾ ਕਹਿੰਦਾ ਜੀ ਮੇਰੀ ਜ਼ਰੂਰਤ ਹੈ ਕਹਿੰਦਾ ਫਿਰ ਆਪ ਖਰੀਦ ਲੈ ਕਹਿੰਦਾ ਮੈਂ ਕਿਉਂ ਪੈਸੇ ਖਰਚਾਂ ਮੈਂ ਤਾਂ ਦਫ਼ਤਰ ਦੇ ਵਿੱਚ ਕੰਮ ਕਰਨਾ ਹੈ ਗੱਲ ਆ ਗਈ ਐਪਲੀਕੇਸ਼ਨ ਤੇ ਕਹਿੰਦਾ ਐਪਲੀਕੇਸ਼ਨ ਲਿਖੋ ਉਹ ਹੈੱਡ ਕੁਆਰਟਰ ਨੂੰ ਜਾ ਰਹੀ ਹੈ ਆ ਰਹੀ ਹੈ ਜਾ ਰਹੀ ਹੈ ਆ ਰਹੀ ਹੈ ਐਪਲੀਕੇਸ਼ਨਾਂ ਇ ਠਹਿ ਲੱਗ ਗਿਆ ਠਹਿ ਲੱਗ ਗਿਆ ਹਾਂ ਤੇ ਚਪੜਾਸੀ ਜਿਹੜੇ ਸੀ ਭਾਈ ਸਾਹਿਬ ਪੀਐਨਸੀ ਉਹ ਕਹਿੰਦਾ ਇਹਨੂੰ ਹੀ ਪੈਰਾ ਥੱਲੇ ਰੱਖ ਲਓ ਨਾ ਬਣ ਗਿਆ ਫੁੱਟ ਰੈਸਟ ਆਪਣੇ ਆ ਫੁੱਟ ਰੈਸਟ ਬਣ ਜੂਗਾ ਇਹ ਆ ਹਿਸਾਬ ਹੈਗਾ ਜੀ ਇਹ ਤਾਂ ਹੈ ਹੀ ਹੈ ਜਦੋਂ ਵੀ ਕੋਈ ਬਣਦੀ ਹੈ ਨਾ ਗੱਲ ਜਾਂ ਕੋਈ ਉਹ ਵਿੰਗੀ ਟੱਡੀ ਕਰਕੇ ਹੋ ਜਾਂਦੀ ਗੱਲ ਸਿੱਧੇ ਤੌਰ ਤੇ ਨਹੀਂ ਕਰਦੇ ਉਹ ਐਸੀਆਂ ਗੁੰਝਲਾਂ ਪਾਉਂਦੇ ਆ ਜਲੇਬੀ ਉਹ ਗੁੰਝਲਾਂ ਪਾ ਕੇ ਕੀ ਹੈ ਉਹ ਤਾਂ ਪਤਾ ਲੱਗਦਾ ਵੀ ਕਿਧਰੋਂ ਖਾਣੀ ਹੈ ਕੀ ਕਰਨਾ ਹੈ ਐਡੀ ਵੱਡੀ ਫਾਈਲ ਜਮ੍ਹਾਂ ਹੋ ਜਾਂਦੀ ਹੈ ਉਹਦੇ ਵਿੱਚ ਇੱਕ ਡਾਕੂਮੈਂਟ ਇਸ ਕੰਮ ਦਾ ਨਹੀਂ ਹੁੰਦਾ ਕਿ ਜਿਹਦੇ ਬੇਸ ਦੇ ਉੱਤੇ ਕੋਈ ਡਿਸੀਜਨ ਦਿੱਤਾ ਜਾ ਸਕੇ ਸੋ ਪੇਪਰ 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 ਨੂੰ ਪਤਾ ਨਹੀਂ ਪੇਪਰਲੈਸ ਵਰਕ ਕਿੱਦਾਂ ਹੋਣਾ ਮੈਨੂੰ ਇਹ ਨਹੀਂ ਸਮਝ ਆ ਰਹੀ ਚਲੋ ਆਪਾਂ ਅੱਗੇ ਵਧਦੇ ਹਾਂ ਹਾਂ ਅੱਗੇ ਵਧਦੇ ਆਂ ਜੀ ਭਾਰਤ ਦੀ ਵੱਧਦੀ ਆਬਾਦੀ ਸੰਯੁਕਤ ਰਾਸ਼ਟਰ ਮੈਂਬਰ ਬਣਨ ਵਿੱਚ ਹੋ ਸਕਦੀ ਹੈ ਸਹਾਇ ਮਤਲਬ ਚੀਨ ਨੂੰ ਅਸੀਂ ਪਿੱਛੇ ਛੱਡ ਦੇਣਾ ਪਛਾੜ ਦੇਣਾ ਹੈ ਆਬਾਦੀ ਅਸੀਂ ਇਸ ਰਫ਼ਤਾਰ ਨਾਲ ਵਧਾਉਂਦੇ ਪਏ ਆਂ ਔਰ ਕਹਿੰਦੇ ਨੇ ਕਿ ਆਬਾਦੀ ਹਮੇਸ਼ਾ ਨੁਕਸਾਨ ਕਰਦੀ ਵੱਧਦੀ ਆਬਾਦੀ ਕੋਈ ਵੀ ਪਾਲਿਸੀ ਸਿਰੇ ਨਹੀਂ ਚੜ੍ਹਦੀ ਜਿਹੜੀ ਮਰਜ਼ੀ ਪਲੈਨਿੰਗ ਕਰ ਲਓ ਵੱਧਦੀ ਆਬਾਦੀ ਕਰਕੇ ਨਾ ਹਮੇਸ਼ਾ ਹਰ ਪਾਲਿਸੀ ਡੁੱਬਦੀ ਆ ਕਦੀ ਆਪਣੇ ਰਿਜ਼ਲਟ ਨਹੀਂ ਹਾਸਲ ਕਰ ਸਕਦੀ ਪਰ ਵੱਧਦੀ ਆਬਾਦੀ ਕਰਕੇ ਸਾਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਸਥਾਈ ਤੌਰ ਦੇ ਉੱਤੇ ਮੈਂਬਰਸ਼ਿਪ ਮਿਲਦੀ ਵੀ ਦੇਖੋ ਹੁਣ ਵੱਧਦੀ ਆਬਾਦੀ ਵੀ ਕਿਤੇ ਨਾ ਕਿਤੇ ਫਾਇਦਾ ਤਾਂ ਦਿੰਦੀ ਪਈ ਹੈ ਨਾ ਪਹਿਲੀ ਗੱਲ ਤਾਂ ਜਿਹੜੇ ਹਿੰਦੁਸਤਾਨ ਦੀ ਜ਼ਮੀਨ ਹੀ ਨੇ ਥੋੜੀ ਹੈ ਬਿਲਕੁਲ ਜ਼ਮੀਨ ਘਟ ਗਈ ਹੈ ਪਾਣੀ ਦੀ ਘਾਟ ਪੈ ਗਈ ਇੱਥੇ ਪਾਣੀ ਬਿਲਕੁਲ ਘਟ ਗਿਆ ਖੁਰਾਕ ਦੇਖੋ ਵਾਤਾਵਰਣ ਜਿਹੜਾ ਖਰਾਬ ਹੋ ਗਿਆ ਉਹਦੇ ਚ ਸਾਹ ਲੈਣਾ ਔਖਾ ਹੈ ਇਸ ਵੇਲੇ ਔਰ ਲੋਕਾਂ ਦੇ ਫੇਫੜੇ ਖਰਾਬ ਹੋ ਰਹੇ ਆ ਔਰ ਬਿਮਾਰੀਆਂ ਆ ਰਹੀਆਂ ਲੋਕਾਂ ਨੇ ਸਿਰਾਂ ਤੇ ਬਹੁਤ ਜਿਆਦੀਆਂ ਤਜੀ ਗੱਲ ਇਹ ਆ ਗਈ ਕਿ ਇਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਮੈਂਬਰ ਸਥਾਈ ਤੌਰ ਤੇ ਵਧਣ ਲਈ ਇਹ एलिਜੀਬਿਲਟੀ ਹੈ ਕਿ ਉਹਨਾਂ ਦੀ ਜਿਹੜੀ ਆਬਾਦੀ ਜ਼ਿਆਦਾ ਹੋਣੀ ਚਾਹੀਦੀ ਆ ਕਿਉਂਕਿ ਇਸ ਕਰਕੇ ਆਬਾਦੀ ਕੋਈ ਚਾਇਨਾ ਪਹਿਲੇ ਨੰਬਰ ਤੇ ਆ ਆਪਾਂ ਦੂਜੇ ਨੰਬਰ ਤੇ ਆ ਪਰ ਹੁਣ ਇਹ ਆਬਾਦੀ ਇੰਨੀ ਵਧਾਰੇ ਕਿ ਚਾਇਨਾ ਤੋਂ ਅੱਗੇ ਨਿਕਲ ਗਿਆ ਚਾਇਨਾ ਤਾਂ ਪਹਿਲੇ ਨੰਬਰ ਤੇ ਆ ਜੂਗਾ ਕੰਮ ਦੇ ਲਈ ਨਹੀਂ ਕਿਉਂਕਿ ਵਰਲਡ ਮਾਰਕੀਟ 'ਚ ਉਹਦਾ ਨੰਬਰ 1 ਹੈਗਾ ਇਲੈਕਟ੍ਰੋਨਿਕਸ ਦੇ ਕੰਮ 'ਚ ਮਾਰਕੀਟਿੰਗ ਦੇ ਬਾਕੀ ਸਮਾਨ ਵੇਚਣ 'ਚ ਹਰ ਕੰਟਰੀ 'ਚ ਚਾਇਨਾ ਬੈਠਾ ਉਦੇ ਕਰਿੰਦੇ ਬੈਠੇ ਉਹਦੇ ਕੰਮ ਵਾਲੇ ਬੈਠੇ ਆ ਅਸੀਂ ਉਹਨਾਂ ਕੰਟਰੀਜ਼ ਬੈਠੇ ਆ ਜਿਹੜੇ ਕੰਟਰੀਆਂ ਛੋਟੀਆਂ-ਛੋਟੀਆਂ ਜਾਂ ਜੇ ਵੱਡੀਆਂ ਵੀ ਹੈਗੇ ਤਾਂ ਉੱਥੇ ਚੰਗੇ ਕੰਮਾਂ ਤੇ ਨਹੀਂ ਪਰ ਇਹ ਚਾਹਨਾ ਇਸ ਕਰਕੇ ਕਿ ਵੱਧ ਗਿਆ ਕਿ ਇਹਨਾਂ ਨੂੰ ਕੰਮ ਕਰਨ ਦਾ ਵਰਕ ਕਲਚਰ ਦਾ ਪਤਾ ਹੈਗਾ ਕੰਮ ਦਾ ਪਤਾ ਹੈਗਾ ਕਰ ਰਹੇ ਹੈਗੇ ਇਸ ਕਰਕੇ ਅੱਗੇ ਆ ਸੰਯੁਕਤ ਰਾਸ਼ਟਰ ਦਾ ਮੈਂਬਰ ਸਥਾਈ ਤੌਰ ਤੇ ਬਣਨ ਨਾਲ ਜੇ ਪੂਰੇ ਵਿਸ਼ਵ ਦੀ 8 ਅਬਾਦੀ ਹੋ ਜਾਂਦੀ ਹੈ ਤੇ ਇੰਡੀਆ 2023 ਚ ਇਹਦੇ ਪਹਿਲੇ ਨੰਬਰ ਤੇ ਆ ਜਾਊਗਾ ਤੇ ਇਹਨੂੰ ਦਿੱਤਾ ਜਾਊਗੀ ਉਹਦੀ ਸਥਾਈ ਮੈਂਬਰਸ਼ਿਪ ਹੁਣ ਮੈਂਬਰਸ਼ਿਪ ਜਿਹੜੀ ਚੁੰਮਣੀ ਹੈ ਕੀ ਕਰਨੀ ਹੈ ਮੈਂਬਰਸ਼ਿਪ ਨੂੰ ਕੀ ਕਰਨਗੇ ਇਹ ਦੇਸ਼ ਹੀ ਵਾਤਾਵਰਨ ਖਰਾਬ ਹੋ ਗਿਆ ਜੇ ਤੁਸੀਂ ਤੁਰਨ ਲੱਗੇ ਇੱਕ ਦੂਜੇ ਨਾਲ ਦੂਜਾ ਮੋੜਾ ਮਾਰ ਕੇ ਤੁਰਨ ਲੱਗੇ ਇਹਨਾਂ ਹੋ ਜਾਊਗਾ ਕਿ ਤੁਸੀਂ ਇੱਕ ਦੂਜੇ 'ਚ ਵੱਜੋਗੇ ਹੁਣ ਐਸੋ ਦੇਖੋ ਗੱਡੀਆਂ ਜਦੋਂ ਚੱਲਦੀਆਂ ਆਪਣੀ ਕਾਰਾਂ ਸਕੂਟਰ ਮੋਟਰਸਾਈਕਲ ਚੱਲਦੇ ਸੜਕ ਤੇ ਜਗ੍ਹਾ ਨਹੀਂ ਲੱਭਦੀ ਪੰਜਾਬ 'ਚ ਤਾਂ ਹੈ ਹੀ ਦੂਜੀ ਗੱਲ ਪੰਜਾਬ 'ਚ ਅਸੀਂ ਵੇਨੇ ਆ ਬੱਚੇ ਤਾਂ ਦੋ ਦੋ ਆਪਣੇ ਕਈਆਂ ਦੇ ਕੇ ਕੀ ਹੈ ਹੈਨਾ ਦੋ ਦੋ ਅੱਜਕੱਲ੍ਹ ਦੋ ਤੋਂ ਬਾਅਦ ਹਾਂ ਅੱਜਕੱਲ੍ਹ ਪਰ ਪੁਰਾਣੇ ਸਮਝਦਾ ਨੌ-ਨੌ ਬੱਚੇ ਵੀ ਨਹੀਂ ਹਾਂ ਪਰ ਉਹ ਤੋਂ ਬਾਅਦ ਇੱਥੇ ਨਹੀਂ ਸੀ ਹੈਗੀ ਹੁਣ ਜੇ ਬੱਚੇ ਘਟੇ ਤਾਂ ਬਾਅਦ ਹੀ ਫਿਰ ਉੱਪਰ ਉਹ ਤਾਂ ਲੋਕ ਇੱਕ ਪੀੜੀ ਤਾਂ ਮਰ ਗਈ ਹੁਣ ਕਦੋਂ ਤੂੰ ਗੱਲ ਕਰੇ ਜੇ 50 ਸਾਲ ਤੋਂ ਬਾਅਦ ਉਹ ਬੰਦੇ ਨੇ ਆਪਣੇ ਦਾਦੇ ਪਰਦਾਦੇ ਨਗਰ ਦਾਦੇ ਤੇ ਨਹੀਂ ਜਿੰਦੇ ਆਗੇ ਪੰਜਾਬ ਦੀ ਜਿਹੜੀ ਹੈ ਜਨਰੇਸ਼ਨ ਜਾਂ ਜਿਹੜੀ ਇੱਥੇ ਪੰਜਾਬ ਜਬਾਦੀ ਹੈ ਇਹ ਮਾਈਗਰੇਟਰੀ ਲੇਬਰ ਨਾਲ ਵੀ ਵੱਧ ਗਈ ਹੈ ਨੇਪਾਲੀ ਇੱਥੇ ਬੈਠੇ ਹੈ ਬੰਗਾਲ ਦੇ ਲੋਕ ਇੱਥੇ ਬੈਠੇ ਹੈ ਆਪਣਾ ਹਿਮਾਚਲ ਦੇ ਲੋਕ ਇੱਥੇ ਬੈਠੇ ਹੈ ਬਿਹਾਰ ਯੂਪੀ ਸਾਰੇ ਇੱਥੇ ਬੈਠੇ ਹੈ ਉਹਨਾਂ ਦੀ ਵੀ ਵੋਟਾਂ ਬਣੀਆਂ ਉਹਨਾਂ ਦੇ ਆਧਾਰ ਕਾਰਡ ਬਣਿਆ ਇਹ ਗੱਲ ਨਹੀਂ ਵਿਕਦੀ ਕਿਸੇ ਨੂੰ ਕਿਉਂਕਿ ਜਿਹੜੀ ਪਿਛਲੀ ਸਰਕਾਰਾਂ ਵਾਂ ਉਹ ਆਪਾਂ ਪੰਜਾਬ ਤੇ ਆ ਜਾਨੇ ਆ ਪਰ ਜਿਹੜੀ ਪਿਛਲੀ ਸਰਕਾਰਾਂ ਉਹਨਾਂ ਨੇ ਇਹਨਾਂ ਦਾ ਸਾਰਾ ਗਿਣਤੀ ਕਰਕੇ ਇਹਨਾਂ ਦੀਆਂ ਵੋਟਾਂ ਇੱਥੇ ਬਣਾ ਲਈਆਂ ਵੋਟ ਬੈਂਕ ਬਣ ਗਏ ਇਹਨਾਂ ਦਾ ਇਹ ਉਹਨਾਂ ਦੇ ਚੇਲੇ ਚਪਟੇ ਬਣ ਗਏ ਇੱਥੇ ਬਹਿ ਗਏ ਇੱਥੇ ਆ ਕੇ ਤੁਸੀਂ ਹੁਣੇ ਰੈਲੀ ਦੀ ਗੱਲ ਕੀਤੀ ਰੈਲੀ 'ਚ ਬੈਠੇ ਆਥੇ ਲੋਕ ਦੱਸਦੇ ਕਿ ਕਿਤੋਂ ਹੈ ਕੁਰਸੀਆਂ ਖਾਲੀ ਨਹੀਂ ਹੈ ਕਿ ਭਰੀਆਂ ਗਈਆਂ ਇਸੇ ਕਰਕੇ ਗੱਲ ਇਹ ਹੈ ਕਿ 8 8 9 9 ਬੱਚੇ ਵੀ ਹੈਗੇ ਨੇ ਤਾਂ ਇਦਾਂ ਹੀ ਕੋਈ ਲੀਡਰ ਸਾਹਿਬ ਨੇ ਉਹਨਾਂ ਦੇ ਵੀ 8 9 ਬੱਚੇ ਹਾਂ ਤੇ ਕਹਿੰਦੇ ਵੀ ਇੰਨੇ ਬੱਚੇ ਕਿਉਂ ਕਹਿੰਦੇ ਕ ਪਾਲਿਸੀ ਬਣਾਈ ਸੀ ਹਮ ਦੋ ਹਮਾਰੇ ਦੋ ਕਹਿੰਦੇ ਫਿਰ ਇਹਦੇ ਵਿੱਚ ਵਿਰੋਧੀ ਧਿਰ ਚਾ ਨਾ ਵਿਰੋਧ ਤਾਂ ਫਿਰ ਕਰਨਾ ਹੀ ਹੋਇਆ ਕਹਿੰਦਾ ਇਹ ਕਿਹੜਾ ਢੰਗ ਤਰੀਕਾ ਤੁਸੀਂ ਅਪਣਾਇਆ ਵਿਰੋਧ ਕਰਨ ਦਾ ਅੱਠ ਨੌ ਬੱਚੇ ਜੰਮ ਕੇ ਰੱਖ ਦਿੱਤੇ ਜਦਕਿ ਪਾਲਿਸੀ ਦੋ ਬੱਚਿਆਂ ਦੀ ਸੀ ਖੈ ਇਹ ਵਿਰੋਧ ਕਰਨਾ ਉਹਨਾਂ ਦਾ ਆਪਣਾ ਤਰੀਕਾ ਪਰ ਇਹ ਹੈ ਕਿ ਵਿਰੋਧ ਕਰਨਾ ਇੱਕ ਪਾਸੇ ਰਹਿ ਗਿਆ ਦੇਸ਼ ਦੀ ਹਾਲਤ ਤੇ ਸੋਚੋ ਨਾ ਤੁਸੀਂ ਦੇਸ਼ ਦਾ ਕਿ ਵਿਰੋਧ ਕਰਦੇ ਹੋ ਇੰਨੀ ਆਬਾਦੀ ਔਰ ਇੰਨੀ ਆਬਾਦੀ ਤੋਂ ਆਪਾਂ ਪੁਰਾਣੇ ਵਕਤ ਤੋਂ ਲੈ ਲਈਏ ਗੱਲ 6 7 ਬੱਚੇ ਆਮ ਹੁੰਦੇ ਸੀਗੇ ਭੈਣ ਭਰਾ ਮਿਲਾ ਕੇ ਸੋ ਆਬਾਦੀ ਅੱਜਕੱਲ ਇੰਨੀ ਨਹੀਂ ਵਧਦੀ ਪਈ ਜਿੰਨੀ ਪੁਰਾਣੇ ਸਮੇਂ 'ਚ ਵਧਦੀ ਸੀ ਔਰ ਨਾਲ ਪੁਰਾਣੇ ਸਮੇਂ ਦੇ ਵਿੱਚ ਮੈਡੀਕਲ ਫੈਸਿਲਿਟੀ ਨਹੀਂ ਸੀ ਇੰਨੀ ਡੈਥ ਜ਼ਿਆਦਾ ਹੁੰਦੀਆਂ ਸੀ ਜੇ ਜ਼ਿਆਦਾ ਬੱਚੇ ਪੈਦਾ ਵੀ ਹੁੰਦੇ ਸੀ ਤਾਂ ਜ਼ਿਆਦਾ ਡੈਥ ਕਰਕੇ ਉਹ ਬੈਲੈਂਸ ਬਣਿਆ ਰਹਿੰਦਾ ਸੀ ਪਰ ਉਹ ਪੁਰਾਣੀ ਆਬਾਦੀ ਵਧੀ ਹੋਈ ਇਸ ਤਰ੍ਹਾਂ ਹੈ ਕਿ ਅੱਜ ਮੈਡੀਕਲ ਫੈਸਿਲਿਟੀ ਵੀ ਹੋ ਗਈ ਹੈ ਡੈਥ ਰੇਟ ਘਟ ਗਿਆ ਹੈ ਹੈਨਾ ਔਰ ਲਾਈਫ ਜ਼ਿਆਦਾ ਹੋ ਗਈ ਹੈ ਲੋਕਾਂ ਦੀ ਤਾਂ ਇਸ ਕਰਕੇ ਉਹ ਡੈਥ ਰੇਟ ਘਟਣ ਕਰਕੇ ਬੱਚੇ ਉਸੇ ਰਫ਼ਤਾਰ ਨਾਲ ਪੈਦਾ ਹੋ ਰਹੇ ਨੇ ਤਾਂ ਉਹ ਆਬਾਦੀ ਵਧਦੀ ਵੀ ਕਿਉਂਕਿ ਉਹ ਬੈਲੈਂਸ ਨਹੀਂ ਹੁੰਦਾ ਪਿਆ ਸੋ ਹੁਣ ਇਸ ਵਕਤ ਜ਼ਰੂਰਤ ਇਸ ਗੱਲ ਦੀ ਆ ਕਿ ਬੱਚੇ ਘੱਟ ਪੈਦਾ ਕੀਤੇ ਜਾਣ ਔਰ ਕਈ ਥਾਂ ਦੇ ਤਾਂ ਤੁਸੀਂ ਦੇਖੋ ਕਿ ਇੱਕ ਨਵਾਂ ਫਾਰਮੂਲਾ ਹੈ ਡਿੰਕ ਡੀ ਆਈ ਐਨ ਸੀ ਡਬਲ ਇਨਕਮ ਨੋ ਚਾਈਲਡ ਇਹ ਉਹਨਾਂ ਨੇ ਫਾਰਮੂਲਾ ਜਿਹੜੇ ਮੈਟਰੋਪੋਲੀਟਨ ਸਿਟੀਜ਼ ਨੇ ਨਾ ਦਿੱਲੀ ਹੋ ਗਈ ਮੁੰਬਈ ਹੈਗੀ ਉੱਥੇ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਦੇ ਵਿੱਚ ਕੰਮ ਕਰਦੇ ਨੇ ਦੋਵੇਂ ਹਸਬੰਡ ਵਾਈਫ ਲੱਖਾਂ ਰੁਪਏ ਤਨਖਾਹਾਂ ਨੇ ਪਰ डबल इनकम नो चाइल्ड दोनों जगह काम करके खूब इनकम लेंडे ने पर बच्चा पैदा नहीं करते दे क्योंकि देश दी आबादी बहुत ज्यादा है तो वो पैसे ਦਾ ਕੀ ਕਰਦੇ ਨੇ ਉਹ پیسے ਦਾ ਸਪான்ਸਰਸ ਕਰਦੇ ਨੇ ਕਿਹੜੇ ਬੱਚਿਆਂ ਨੂੰ এডਿਕੇਸ਼ਨ ਵਾਸਤੇ ਚਾਹੀਦਾ ਕਿੱਥੇ ਮੈਡੀਕਲ ਫੈਸਿਲਿਟੀ ਚਾਹੀਦੀ ਹੈ ਉਹ ਹਮੇਸ਼ਾ ਉਸ ਸੰਸਥਾ ਨੂੰ ਦਾਨ ਦਿੰਦੇ ਨੇ ਉੱਥੇ ਉਹ ਉਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨਾਲ ਖੜੇ ਹੁੰਦੇ ਨੇ ਸੋ ਇਹ ਵੀ ਇੱਕ ਸੋਚ ਡਿਵੈਲਪ ਹੋਈ ਹੈ ਟਾਈਮ ਦੇ ਨਾਲ ਨਾਲ ਪਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਮਾਈਗਰੇਟਰੀ ਲੇਬਰ ਪੰਜਾਬ ਚ ਆਉਂਦੀ ਹੈ ਪਰ ਪੰਜਾਬ ਦੇ ਲੋਕ ਵੀ ਤਾਂ ਬਾਹਰ ਗਏ ਨੇ ਤੁਸੀਂ ਬਹਾਦਰਲੇ ਦੇਸ਼ਾਂ ਦੇਖੋ ਕਿੰਨੇ ਲੋਕ ਸਾਡੇ ਕਿੰਨੇ ਪੂਰੀ ਦੁਨੀਆ ਦੀ ਆਬਾਦੀ ਵੱਧੀ ਪੀਪਲਕਾਰ ਜੀ ਜੇ ਦੇਖੋ ਇੰਗਲੈਂਡ ਤੇ ਆਪਾਂ ਜਾਣਦੇ ਆ ਪਰ ਉਹ ਨਹੀਂ ਪੂਰੀ ਦੁਨੀਆ ਨਹੀਂ ਤੁਸੀਂ ਨਿਊਜ਼ੀਲੈਂਡ ਦੀ ਦੇਖ ਲਓ ਨਿਊਜ਼ੀਲੈਂਡ ਤੇ ਸਾਰੇ ਟੋਟਲ ਦੁਨੀਆ ਨੂੰ ਮਿਲਾ ਕੇ ਚੱਲਦਾ ਭਈ ਨਹੀਂ ਕੁਝ ਜਿਹੜੇ ਹੈਂਡਫੁੱਲ ਲੋਕ ਨੇ ਜਿਹੜੇ ਕੰਟਰੀ ਹੈ ਉਹਨਾਂ ਦੀ ਹੈ ਚਾਈਨਾ ਇੰਡੀਆ ਹੈਨਾ ਤੁਸੀਂ ਬਾਕੀ ਕੰਟਰੀ ਦੇਖ ਲਓ ਜਿਹੜੇ ਡਿਵੈਲਪਿੰਗ ਕੰਟਰੀ ਹੈ ਉਹਨਾਂ ਦੀ ਹੈ ਜਿਹੜੇ ਡਿਵੈਲਪਡ ਕੰਟਰੀ ਕੈਨੇਡਾ ਚ ਕੀ ਹੈਗਾ ਕੈਨੇਡਾ ਚ ਆਪਾਂ ਜਾ ਕੇ ਵਧਾ ਰਹੇ ਉੱਥੇ ਕੁਝ ਉਹਨਾਂ ਦੇ ਸੂਬੇ ਜਿਹੜੇ ਖਾਲੀ ਪਏ ਆ ਕਿਊ ਵਿਨੀਪੈਗ ਏਰੀਆ ਜਿੱਥੇ ਠੰਡ ਵੀ ਸਾਰਾ ਕੁਝ ਹੈਗਾ ਉੱਥੇ ਕੋਈ ਆਬਾਦੀ ਨਹੀਂ ਜਨਸੰਖਿਆ ਨਹੀਂ ਹੈਗੀ ਤੁਸੀਂ ਹਾਂ ਨਾ ਆਤਾਪਾਂ ਦੇਖਾਂਗੇ ਇੰਗਲੈਂਡ ਮੈਂ ਇਸ ਐਂਗਲ ਨਾਲ ਇੰਗਲੈਂਡ ਜਿੰਨੀ ਆਬਾਦੀ ਜਿਹੜੀ ਜਿਹੜੀ ਸਾਡੇ ਪੰਜਾਬ ਚ ਹੀ ਹੈਗੀ ਹੈ ਮੈਂ ਇਸ ਐਂਗਲ ਨਾਲ ਤੁਹਾਨੂੰ ਡਿਸਕਸ ਕਰਦਾ ਪਿਆ ਕਿਉਂਕਿ ਜਦੋਂ ਵਰਲਡ ਲੈਵਲ ਦੇ ਉੱਤੇ ਪਾਲਿਸੀ ਬਣਦੀ ਹੈ ਨਾ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਵਨ ਵਰਲਡ ਗਵਰਨਮੈਂਟ ਹੋਵੇ ਨਿਊ ਵਰਲਡ ਆਰਡਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਨ ਵਰਲਡ ਗਵਰਨਮੈਂਟ ਇੱਕੋ ਹੀ ਗਵਰਨਮੈਂਟ ਹੋਵੇ ਪੂਰੀ ਦੁਨੀਆ ਦੀ ਇੱਕੋ ਹੀ ਕਰੰਸੀ ਹੋਵੇ ਮੈਂ ਉਸ ਐਂਗਲ ਤੋਂ ਗੱਲ ਕਰਦਾ ਪਿਆ ਕਿ ਜਦੋਂ ਪੋਲਿਸੀ ਮੇਕਰਸ ਬੈਠਦੇ ਨੇ ਉਹ ਪੂਰੀ ਦੁਨੀਆ ਦੀ ਆਬਾਦੀ ਨੂੰ ਦੇਖਦੇ ਨੇ ਕਿ ਪੂਰੀ ਦੁਨੀਆ ਦੀ ਆਬਾਦੀ ਵੱਧਦੀ ਪਈ ਹੈ ਉਹ ਫਿਰ ਅਗਲੀ ਕੈਟਾਗਰੀ ਬਣਦੀ ਹੈ ਕਿ ਕਿਹੜੇ ਕਿਹੜੇ ਕੈਟਾਗਰੀ ਦੇ ਵਿੱਚ ਕਿਹੜੇ ਕਿਹੜੇ ਦੇਸ਼ ਆਉਂਦੇ ਨੇ ਜਿੱਥੇ ਜ਼ਿਆਦਾ ਹੈ ਜਿੱਥੇ ਘੱਟ ਹੈ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ ਉਹਨੂੰ ਕਿੱਦਾਂ ਸਮਝਾਇਆ ਜਾਵੇ ਸੋ ਇਹ ਗੱਲਾਂ ਨੇ ਕਿਉਂਕਿ ਵਰਲਡ ਬੈਂਕ ਇਸ ਚੀਜ਼ ਨੂੰ ਲੈ ਕੇ ਚੱਲੇਗਾ ਆਈਐਮਐਫ ਇਸ ਚੀਜ਼ ਨੂੰ ਲੈ ਕੇ ਚੱਲੇਗੀ ਔਰ ਯੂਐਨਓ ਇਸ ਚੀਜ਼ ਨੂੰ ਲੈ ਕੇ ਚੱਲੇਗੀ ਜਦੋਂ ਆਪਾਂ ਪੂਰੀ ਦੁਨੀਆ ਨੂੰ ਇਕੱਠਾ ਕਰਨ ਜਾ ਰਹੇ ਹਾਂ ਗਲੋਬਲ ਪਹਿਲੀ ਗੱਲ ਹੋਏਗੀ ਪ੍ਰਾਇੋਰਟੀ ਉਸ ਦੀ ਹੋਣੀ ਹੈ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਨਾ ਜਿਹੜੀਆਂ ਸੈਮੀਨਾਰ ਹੁੰਦੇ ਵਰਲਡ ਲੈਵਲ ਤੇ ਹੁੰਦੇ ਗਲੋਬਲਾਈਜੇਸ਼ਨ ਤੇ ਹੁੰਦੇ ਆ ਜੇ ਕਰਨ ਤੇ ਕਰਾਉਣ ਤੇ ਹੁੰਦਾ ਕੁਝ ਕੰਟਰੀ ਜਾਂਦੇ ਆ ਮੋਦੀ ਸਾਹਿਬ ਵੀ ਜਾਂਦੇ ਆ ਬੜੇ ਹੋਏ ਸਾਰਾ ਕੁਝ ਤੁਸੀਂ ਪਰ ਇਹ ਦੇਖ ਲਓ ਇਹਦਾ ਪਾ ਲਾ ਕੇ ਛਿੱਟਾ ਜਿਹੜਾ ਹੈਗਾ ਕੁਝ ਨਹੀਂ ਨਿਕਲਦਾ ਹੁਣ ਇੱਥੋਂ ਛਿੱਟਾ ਕੱਢ ਲਓ ਜੁਕ੍ਰੇਨ ਤੇ ਰਸ਼ੀਆ ਦੀ ਲੜਾਈ ਬੰਦ ਨਹੀਂ ਕਰ ਸਕੇ ਜਦੋਂ ਇਹਹੀ ਲੜਾਈ ਜਿਹੜੀ ਜੁਕ੍ਰੇਨ ਤੇ ਰਸ਼ੀਆ ਦੀ ਲੜਾਈ ਬਕਾਇਦਾ ਤੌਰ ਤੇ ਚੱਲ ਜ ਰਹੀ ਹੈ ਉਦੋਂ ਇਹ ਏਜੰਸੀ ਜੁਐਨੋ ਉਦੋਂ ਕਿਧਰ ਗਈ ਹੈ ਜੁਐਨੋ ਦਾ ਮਤਲਬ ਹੁੰਦਾ ਵਾਈਟ ਫਲੈਗ ਲੈ ਕੇ ਲੜਾਈ ਨੂੰ ਬੰਦ ਕਰਾਉਣਾ ਹੈ ਨਾ ਉਹ ਸਭ ਤੋਂ ਹੈਗਾ ਉਹਨਾਂ ਨੇ ਲੜਾਈ ਨੂੰ ਬੰਦ ਕਰਾਉਣਾ ਹੁੰਦਾ ਉਹਦੇ ਤੱਕ ਕੋਈ ਐਕਸ਼ਨ ਨਹੀਂ ਅਜੇ ਹੋਇਆ ਕਿਉਂ ਨਹੀਂ ਹੋਇਆ ਕਿ ਇਹਦੇ ਪਿੱਛੇ ਸੁਪਰ ਪਾਵਰ ਬੈਠੀਆਂ ਗਈਆਂ ਜਿਨ੍ਹਾਂ ਨੇ ਆ ਮੈਂਬਰ ਨੇ ਉਹਦੀ ਔਰ ਉਹਦੇ ਤੇ ਕੋਈ ਐਕਸ਼ਨ ਨਹੀਂ ਦੰਦਾ ਮਾਰ ਤਾੜ ਹੋ ਜਾਏ ਮਰ ਬਲੱਡ ਸ਼ੈਡ ਹੋ ਜਾਏ ਜਿੰਨੇ ਮਰਜੀ ਮਰ ਜਾਣ ਇਹ ਕੁਝ ਨਹੀਂ ਹੁੰਦਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਇਹ ਸਿਰਫ ਗੱਲ ਕਰ ਰਹੇ ਹਾਂ ਮੀਡੀਆ ਦੇ ਰਾਈ ਜਾਂ ਜਿਹੜੇ ਗਲੋਬਲਾਈਜੇਸ਼ਨ ਦੀ ਗੱਲ ਹੈਗੀ ਹੈ ਜਸਟ ਲਾਈਕ ਅ ਡ੍ਰੀਮ ਇਹਨੂੰ ਪ੍ਰੈਕਟੀਕਲੀ ਤੌਰ ਤੇ ਨਹੀਂ ਗਿਣਿਆ ਜਾ ਸਕਦਾ ਕਿੰਨੇ ਲੋਕ ਮਰ ਰਹੇ ਆ ਕਿੰਨੇ ਲੋਕ ਵਿਚਾਰੇ ਭੁੱਖ ਨਾਲ ਮਰ ਰਹੇ ਆ ਉਦੋਂ ਕਿੱਧਰ ਜਾ ਰਹੇ ਆ ਉਹ ਕਿਉਂ ਨਹੀਂ ਗਿਣਤੀ ਹੁੰਦੀ ਪੰਜਾਬ 'ਚ ਨਹੀਂ ਹੈਗਾ ਪੰਜਾਬ 'ਚ ਤਾਂ ਰੋਜ਼ੀ ਰੋਟੀ ਮਿਲਦੀ ਆ ਇੰਡੀਆ 'ਚ ਵੀ ਵੇਖ ਲਓ ਕਈ ਸੂਬਿਆਂ 'ਚ ਰੋਜ਼ੀ ਰੋਟੀ ਜਾਂ ਉਹਦਾ ਤਾਂ ਹੈ ਹੀ ਕੱਖ ਨਹੀਂ ਗੁਰਾ ਹਾਲ ਹੈ ਔਰ ਸਾਡੇ ਇਹ ਇਹ ਸੂਬੇ ਜਿਹੜੇ ਆ ਬੜੇ ਅੱਗੇ ਨਿਕਲ ਗਿਆ ਇਹਨਾਂ ਦੇ ਤਾਂ ਕੋਈ ਇਦਾਂ ਨਹੀਂ ਸਾਨੂੰ ਤਾਂ ਨਹੀਂ ਪਤਾ ਹੈਗਾ ਪਰ ਜਦੋਂ ਅਸੀਂ ਪੜਦੇ ਆ ਅਸੀਂ ਪਹਿਲਾਂ ਤਾਂ ਵੱਡੀ ਵੱਡੀ ਉਹਨੀਆਂ ਵਿੱਚ ਪੜਦੇ ਆ ਆਪਾਂ ਹਿੰਦੁਸਤਾਨ ਦੇ ਜਿਹੇ ਸਿੱਸਤੀ ਪਾਰਟੀ ਤੇ ਇਹਦੇ ਵਿੱਚ ਬਹੁਤ ਮਾੜਾ ਹਾਲ ਹੈ ਇਹਦੇ ਵਿੱਚ ਇਹ ਹਾਲ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ ਹਰ ਥਾਂ ਦੇ ਉੱਤੇ ਸਿਆਸਤ ਬੈਠੀ ਹੋਈ ਹੈ ਆਹ ਔਰ ਸਿਆਸਤ ਨੇ ਆਪਣਾ ਕੰਮ ਕਰਨਾ ਹੁੰਦਾ ਜਿੱਧਰ ਉਹਨੂੰ ਆਪਣਾ ਫਾਇਦਾ ਦਿਖਦਾ ਬਿਲਕੁਲ ਔਰ ਕਿਸੇ ਸਿਆਣੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਇਵਨ ਇਫ ਯੂ ਆਰ ਨਾਟ ਇੰਟਰਸਟਿਡ ਇਨ ਪੋਲਿਟਿਕਸ ਪੋਲਿਟਿਕਸ ਇਜ਼ ਇੰਟਰਸਟਿਡ ਇਨ ਯੂ ਜੇ ਤੁਸੀਂ ਸਿਆਸਤ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ ਪਰ ਸਿਆਸਤ ਤੁਹਾਡੇ ਦੇ ਵਿੱਚ ਦਿਲਚਸਪੀ ਲੈਂਦੀ ਹੈ ਕਿਉਂਕਿ ਉਹਨੇ ਤੁਹਾਨੂੰ ਵਰਤਨਾ ਆਪਣੇ ਵਾਸਤੇ ਉਹਨੇ ਤੁਹਾਡਾ ਪੱਲਾ ਫੜ ਰੱਖਣਾ ਉਹਨੇ ਤੁਹਾਨੂੰ ਘੜੀਸਣਾ ਵਾ ਆਪਣੇ ਵੱਲ ਉਹਨੇ ਜਾਣ ਦੋ ਜੀ ਉਹਨੇ ਤੁਹਾਨੂੰ ਵਰਤਨਾ ਆਪਣੇ ਫਾਇਦੇ ਲਈ ਤੁਸੀਂ ਜੇ ਨਰਮ ਜੀ ਦੌੜ ਲਓ ਬਿਲਕੁਲ ਜੀ ਚੱਲਿਆ ਜਾਵੇ ਫਿਰ ਜੀ ਬਿਲਕੁਲ ਅਜਾਜਤ ਲਈ ਜਾਵੇ ਸਾਰੇ ਜੀ ਸਾਡੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਆ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਫੋਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕੋਈ ਚਾਹੁੰਦੇ ਹੋ ਸਾਨੂੰ ਜ਼ਰੂਰ ਲਿਖੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ ਪੰਜਾਬ ਮਿਲ ਯੂਐਸਸੀ ਟੀਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ